चौधरी चिड़ी जिनी तू विठ करनी हुंदी है भाजड़ तू बांदर जिनी पा लेना चाचा दुनिया सब तो पहला तेरा मुंह वेख के किसी ने कहा सी की फिटे मुंह लो जी अज नहीं गोल्फ खेडी जानी साडा फोन ता आफ्टरनून च मीन दसी जांदा है फिर की करांगे तुहाडी सेवा करांगे चुप करो जी सवेरे ही शुरू हो जाने हो चाचा जी करेले दा जूस आ टेस्ट जे करा के मैं ता पंगा ही ले लिया पता नहीं की पियोंगे चुप करके पी लो तुहानू किन्ने वारी आख्या मैं चंगा पला पावे मिट्टी दी ट्राली लुआ के वेख लो कई नाल चाचा जी हुन तोड़ी नी डॉक्टर दी चलनी है चुप चाप पी लो चंगा भाई पी लेने और नाले रुपिंदर नु आवाज मार दी सरदारनी दे लाड़ले नु गरेवाल साहब मेरी कल्ली दा ते लाड़ला नहीं ना हो काली का दी है आजूगा ओ आहो ਉਹਨੇ ਕਿਹੜਾ ਦਫ਼ਤਰ ਜਾਣਾ ਹੈ ਗੁੱਡ ਮਾਰਨਿੰਗ ਮਾਮ ਗੁੱਡ ਮਾਰਨਿੰਗ ਬੇਟਾ ਹਾਂਜੀ ਡੈਡ ਗੁੱਡ ਮਾਰਨਿੰਗ ਲਿਆ ਵੀ ਚੰਨੋ ਪਰੌਂਠੇ ਛੋਟੇ ਲਿਆ ਨਾਲੇ ਮੱਖਣ ਵੀ ਲਿਆਈ ਡੈਡ ਤੁਸੀਂ ਤਾਂ ਪਾਓ ਆਪਣੀ ਕੌਲੀ ਚ ਕੰਦਮੂਲ ਸਵੇਰੇ ਸਵੇਰੇ ਹੀ ਪਿਓ ਤੇ ਤਵਾ ਤੁਸੀਂ ਨਹੀਂ ਲਿਆ ਸੀ ਮੇਰੇ ਤੇ ਕਹਿੰਦੇ ਇਹਨੇ ਕਿਹੜਾ ਦਫ਼ਤਰ ਜਾਣਾ ਬੋਲੋ ਹੁਣ ਚੁੱਪ ਕਿਉਂ ਕਰਕੇ ਲੈ ਬੋਲਣ ਕੇ ਕੀ ਇਹਨਾਂ ਨੇ ਸਾਨੂੰ ਕੰਮ ਕਰਨ ਜੋਗਾ ਛੱਡਿਆ ਹੀ ਨਹੀਂ ਇੰਨਾ ਬਣਾਤਾ ਕਿ ਚਾਰ ਪੁਸ਼ਤਾਂ ਵੀ ਬਹਿ ਕੇ ਖਾਈ ਜਾਣ ਤਾਂ ਨਹੀਂ ਮੁੱਕਦਾ ਓ ਐਸ਼ ਕਰ ਓਏ ਪਿਓ ਦੇ ਸਿਰ ਤੇ ਐਸ਼ ਤਾਂ ਫੁੱਲ ਕਰੀ ਦੀ ਹੈ ਜੀ ਤੁਹਾਡੇ ਸਿਰ ਤੇ ਡੱਕਾ ਤੋੜਨਾ ਨਹੀਂ ਨੱਕਾ ਮੋੜਨਾ ਨਹੀਂ ਓਏ ਕਿਸੇ ਬਾਹਰਲੇ ਮੁਲਕ ਦਾ ਹੀ ਗੇੜਾ ਛੇੜਾ ਮਾਰਿਆ ਕਿਉਂ ਜਾਵਾਂ ਐਵੇਂ ਆਹ ਪਰੌਂਠੇ ਪਰੌਂਠੇ ਬਣਾ ਬਣਾ ਕੌਣ ਖਵਾਊਗਾ ਬਾਹਰ ਯਾਰਾਂ ਨੂੰ ਤੁਹਾਨੂੰ ਨਹੀਂ ਮਿਲਦਾ ਤੁਸੀਂ ਆਪਣੇ ਕੌਨਫਲੇਕਸ ਖਾਓ ਹਾਂ ਭੋਲੀ ਦੱਸ ਕੀ ਬਣਿਆ ਜਿੱਥੇ ਰੁਪਿੰਦਰ ਦੇ ਸਾਗ ਦੀ ਗੱਲ ਤੋਰੀ ਸੀ ਨਾ ਹਾਂ ਉੱਥੇ ਗੱਲ ਨਹੀਂ ਬਣਨੀ ਉਹ ਤਾਂ ਮਾਸੀ NRI ਮੁੰਡਾ ਭਾਲਦੇ ਆ ਹੈ ਹੱਦ ਹੋ ਗਈ ਆਪ ਤਾਂ ਕਦੀ ਮੋਗਾ ਨਹੀਂ ਟੱਪੇ ਤੇ ਕੁੜੀ ਲਈ ਮੁੰਡਾ ਭਾਲਦੇ ਨੇ NRI ਜਵਾਬ ਦੇ ਦੇ ਸਾਡੇ ਵੱਲੋਂ ਮੈਂ ਨਹੀਂ ਵਿਆਹਣਾ ਮੁੰਡਾ ਉੱਥੇ ਵੱਡੇ ਆਏ ਕਿਹਦਾ ਸੀ ਅੱਜ ਕੱਲ੍ਹ ਜਿਹਨੂੰ ਦੇਖੋ ਉਹਨੂੰ ਬਾਹਰ ਦਾ ਬੁਖਾਰ ਚੜਿਆ ਹੋਇਆ ਕਹਿੰਦੇ ਨੇ ਮੁੰਡਾ NRI ਚਾਹੀਦਾ ਕਿਉਂ ਪੰਜਾਬ ਦੇ ਮੁੰਡਿਆਂ ਨੂੰ ਖੁਰਕ ਪਈ ਵੀ ਹੈ ਰਾਈਟ ਪੇਡਾ ਨੂੰ ਜ਼ੁਕਾਮ ਹੋ ਗਿਆ ਮੇਰੇ ਮੁੰਡੇ ਨੂੰ ਨਾ ਕਹਿ ਕੇ ਉਹਨਾਂ ਨੇ ਆਪਣੀ ਕਿਸਮਤ ਨੂੰ ਤਾਲਾ ਹਮੇਸ਼ਾ ਲਈ ਲਾ ਲਿਆ ਮੇਰਾ ਮੁੰਡਾ ਚਾਹੇ ਤਾਂ 50 NRIs ਨੂੰ ਇੰਪਲੋਈ ਰੱਖ ਲਵੇ ਹੈ ਨਾ ਕਿਉਂ ਓਏ ਮੈਂ ਕੀ ਆਦਾ ਸੀ ਜੇ ਤੂੰ ਬਾਹਰ ਗਿਆ ਹੁੰਦਾ ਤਾਂ ਕੁੜੀਆਂ ਵਾਲੇ ਤੇਰੇ ਮਗਰ ਮਗਰ ਤੁਰੇ ਫਿਰਦੇ ਡੈਡ ਐ ਥੋੜਾ ਕਿਸੇ ਕੁੜੀ ਨਾਲ ਵੀ ਵਿਆਹ ਕਰਾ ਸਕਦੇ ਆ ਮੈਂ ਤਾਂ ਉਸ ਕੁੜੀ ਨਾਲ ਵਿਆਹ ਕਰਾਉਂਗਾ ਜਿਹਨੂੰ ਮੈਂ ਵੇਖਾਂ ਤੇ ਕੀ ਓਏ ਤੋਤੇ ਉੱਡ ਜਾਣ ਓਏ ਧਿਆਨ ਨਾਲ ਪੁੱਤ ਇਹ ਤੋਤੇ ਉਡਾਉਣ ਵਾਲੀਆਂ ਨਾ ਬੰਦੇ ਨੂੰ ਤੋਤਾ ਬਣਾ ਕੇ ਪਿੰਜਰੇ ਚ ਡੱਕ ਲੈਂਦੀਆਂ ਅੱਛਾ ਵਾਟ ਡੂ ਯੂ ਮੀਨ ਕੀ ਮਤਲਬ ਹੈ ਤੁਹਾਡਾ ਮਤਲਬ ਹੈ ਕਿ ਮਮ ਨੇ ਤੁਹਾਨੂੰ ਪਿੰਜਰੇ ਚ ਪਾ ਕੇ ਰੱਖਿਆ ਓਏ ਮੈਂ ਥੋੜੀ ਆਖਿਆ ਯਾਰ ਹੈ ਇੱਕ ਤਾਂ ਤੁਹਾਡਾ ਸਾਰਾ ਟਾਈਮ ਖਿਆਲ ਰੱਖਦੀ ਉਪਰੋਂ ਮੈਨੂੰ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਹੋ ਲੈ ਲੱਗੇ ਰੋ ਜੀ ਮੈਂ ਨਹੀਂ ਤੇਰਾ ਖਿਆਲ ਰੱਖਦਾ ਮੇਰੀ ਇਹ ਤੋਤੀਏ ਬੇਟਾ ਕਿੱਥੇ ਜਾ ਰਿਹਾ ਇਨ ਸਰਚ ਆਫ ਤੋਤੇ ਉਡਾਉਣ ਵਾਲੀ ਗੁੱਡ ਲੱਕ ਚਾਚਾ ਜੀ ਗਨ ਪਾਈਨਾ ਗੋਲੀ ਮੈਂ ਨਹੀਂ ਗੋਲੀ ਖਾਣੀ ਲੈਣੀ ਪੈਣੀ ਆ ਪਿੰਜਰੇ ਚ ਬੰਦ ਕਰਕੇ ਰੱਖਿਆ ਖਾਓ ਗੋਲੀ ਜੀਤ ਜਗਾੜੀ ਇਹ ਕੀ ਸੱਪ ਕੱਢ ਰਿਹਾ ਓ ਹੈਲੋ ਮਿਸਟਰ ਪਹਿਲਾਂ ਤੁਸੀਂ ਆ ਫਾਰਮ ਫਿਲ ਕਰੋ ਫੇਰ ਤੁਹਾਨੂੰ ਮਿਲਾਵਾਂਗੇ ਸਰ ਨਾਲ ਸਰ ਹੋਊਗਾ ਤੇਰਾ ਮੇਰਾ ਤਾਂ ਯਾਰ ਹੈ ਓ ਬੱਲੇ ਬੱਲੇ ਕੱਲੇ ਕੱਲੇ ਬਣਾ ਲੈ ਜੋੜਾ ਹੱਥ ਮਿਲਾ ਕੀ
सीधा ओबामे नू पै गया। यह नकली है ना? ना ना बिल्कुल असली ओबामा। आप ही नकलियां बेच यूनिवर्सिटीज ने कागजा से लिख के डिग्रियां दें दिया। असली करियर तो आप बनाई दा डालर पाउंडा दे बेच इनू कहते नाले पुन ते नाले फलियां। बेजा बह के कर दें गल्ला मत तेरे नाल साली तो मिलिया कि तेरा भी पुन घटिया किसी ने कि तू भी अपलाइड फॉर ही फिरदा मेरे वांग ਇਹਦਾ ਮਤਲਬ ਤੂੰ ਵੀ ਸਾਡੇ ਵਾਂਗੂ ਛੜਾ ਹੀ ਤੁਰਿਆ ਫਿਰਦਾ ਅਜੇ ਹੈਂ। ਹੁਣ ਦਾ ਮਿੱਤਰ ਪਿਆਰਿਆ ਪੂਰੀ ਦੁਨੀਆ ਆਪਣੇ ਹੱਥਾਂ ਹੇਠ ਆ ਗਲੋਬ ਦੇ ਉੱਤੇ ਨਾ ਅੱਖਾਂ ਮੀਟ ਕੇ ਜਿਹੜੇ ਮਰਜ਼ੀ ਮੁਲਕ 'ਤੇ ਉਂਗਲੀ ਰੱਖਦੇ ਕਿੱਥੋਂ ਦੀ ਕੰਨਿਆ ਚਾਹੀਦੀ ਹੈ। ਤੂੰ ਤਾਂ ਵੈਸੇ ਵੀ ਪਤੰਦਰਾ ਹੀਰੋ ਮਟੀਰੀਅਲ ਆ ਸਾਡਾ, ਤੈਨੂੰ ਤਾਂ ਜਹਾਜ਼ ਦੀ ਵੀ ਲੋੜ ਨਹੀਂ ਪੈਣੀ, ਅਗਲੀ ਨੇ ਹੱਥਾਂ 'ਤੇ ਚੱਕ ਕੇ ਲੈ ਜਾਣਾ। ਆ ਸਾਰੀਆਂ ਫੋਟੋਆਂ ਬਾਹਰਲੀਆਂ ਦੀਆਂ ਆਈਆਂ, ਛਾਂਟ ਲਾ ਕੋਈ ਚੂਚਕ ਦੀ ਬੇਟੀ। ਬਾਹਰ ਤਾਂ ਮੈਂ ਜਦ ਮਰਜ਼ੀ ਨਿਕਲ ਜਾਵਾਂ, ਘਰ 'ਤੇ ਇਕੱਲੇ ਪੈ ਜਾਣਗੇ। ਕਿੱਧਰ ਨਿਕਲ ਗਏ ਜਵਾਨਾ, ਬਾਏਰ ਹੀ ਹੋ ਗਏ। ਆ ਕਾਫੀ ਗਰਮਾ ਗਰਮ ਆਈ ਸੀ, ਕੋਲਡ ਡਰਿੰਕ ਬਣਾ ਲਈ। ਤੋਤੇ ਉੱਡ ਗਏ ਬਈ, ਇੰਨੇ ਸਾਲਾਂ ਦੇ ਜਿਹਨੂੰ ਲੱਭਦਾ ਸੀ ਉਹ ਲੱਭ ਗਈ। ਅੱਛਾ ਲਿਆ ਸੀ ਵੀ ਦੇਖੀ ਕਿਹੜੀ ਹੂਰ ਪਰੀ ਹੈ ਜਿਹਨੇ ਸਾਡੇ ਯਾਰ ਦੇ ਤੋਤੇ ਉਡਾ। ਲੈ ਉਹ ਇਹ ਤਾਂ ਦੇਸਣ ਹੈ, ਇੱਧਰ ਲਈ। ਫਿਰ ਤਾਂ ਬਣ ਗਈ ਗੱਲ, ਰੇਸ ਤੋਂ ਪੈਰ ਚੱਕ, ਬ੍ਰੇਕ ਲਾ, ਇੰਜਨ ਠੰਡਾ ਰੱਖ ਕੱਕ। ਕਿਉਂ ਕਦੇ ਤਾਂ ਸਿੱਧੇ ਰਾਹ ਤੁਰ ਪਿਆ ਕਰ, ਕਾਲਜ ਵੀ ਨਾਨ ਮੈਡੀਕਲ ਨਾਲ ਪੰਗਾ ਲੈ ਲਏ ਸੀ, ਮੁੜ ਕੇ ਸਪਲੀਆਂ ਦੇਂਦਾ ਰਹਿ ਗਿਆ ਸੀ ਨਾ। ਆ ਫਿਰ ਗਲਤ ਚੀਜ਼ ਤੇ ਹੱਥ ਰੱਖੀ ਜਾਂਦਾ। ਉਹ ਪਹਿਲੀ ਵਾਰੀ ਕਿਸੇ ਸਹੀ ਚੀਜ਼ ਨੂੰ ਹੱਥ ਲਾਇਆ, ਤੂੰ ਗਲਤ ਰੱਖੀ ਜਾਂਦਾ। ਉਹ ਭਾਈ ਇਹਦਾ ਪਿਓ ਨਾ ਆਪਣੀ ਕੁੜੀ ਕਿਸੇ NRI ਮੰਗਤੇ ਨਾਲ ਵਿਆਹ ਦੂਗਾ, ਇਧਰਲੇ ਰਾਜੇ ਨੂੰ ਵੀ ਨਾ। ਉਹ ਐਡੀ ਕਿਹੜੀ ਗੱਲ ਹੈ, ਤੂੰ ਇਹਦਾ ਨਾਂ ਟਿਕਾਣਾ ਦੇ ਮੈਨੂੰ, ਮੈਂ ਦੇਖਦਾ। ਚੱਲ ਭਾਈ ਜੇ ਇੰਨਾ ਹੀ ਪਿੱਛੇ ਪੈ ਗਏ ਫਿਰ ਨਾਂ ਪਤਾ ਵੀ ਪਿੱਛੇ ਲਿਖਿਆ ਹੋਇਆ ਤਾਂ ਚੱਕ ਲਓ। दिशा ढिलों डॉक्टर दिलीप सिंह ढिलों पिंड खेड़ी 98152 9359 यार तो फिर चले किधर दिशा वाल। ਤੁਸੀਂ ਦੋਵੇਂ ਮੇਰੇ ਵਿਆਹ ਦੀ ਫਿਕਰ ਕਰਦੇ ਰਹਿੰਦੇ, ਮੈਂ ਕਿਹਾ ਵਿਆਹ ਹੀ ਕਰਾ ਲੈਂਦੇ। ਸੱਚੀ ਰੁਪਿੰਦਰ ਕਿਸੇ ਵੀ ਕੁੜੀ ਨਾਲ? ਕਿਸੇ ਕੁੜੀ ਨਾਲ ਨੀ ਮੋਮ, ਇੱਕ ਕੁੜੀ ਜਿਹਨੂੰ ਵੇਖਦੇ ਹੀ ਮੈਨੂੰ ਲੱਗਾ ਕਿ ਇਹ ਕਰੂ ਮੇਰੀ ਮਾਂ ਦੀ ਸੇਵਾ। ਉਹਦੇ ਮੱਥੇ ਤੇ ਲਿਖਿਆ ਬਈ ਇਹ ਸੱਸ ਦੀ ਸੇਵਾ ਕਰੂਗੀ, ਪੈਂਟਰ ਘੱਟ ਮਾਰਿਆ ਕਰ। ਰੁਪਿੰਦਰ ਜੇ ਕੁੜੀ ਤੈਨੂੰ ਪਸੰਦ ਹੈ ਨਾ ਤੇ ਮੈਨੂੰ ਵੀ ਪਸੰਦ ਹੈ,
ਕੀ ਨਾਮ ਹੈ ਉਹਦਾ ਕਿੱਥੇ ਦੀ ਹੈ ਦਿਸ਼ਾ ਢਿੱਲੋਂ ਡਾਕਟਰ ਆਫ ਦਿਲੀਪ ਸਿੰਘ ਢਿੱਲੋਂ ਪਿੰਡ ਐਂਡ ਆਖਾ ਨਖੇੜੀ ਆਹ ਨਾਲ ਪੇ ਲੈ ਬਈ ਸਰਦਾਰਨੀ ਮੁੰਡੇ ਦੇ ਰੰਗ ਢੰਗ ਦੱਸ ਰਹੇ ਹੈ ਕਿ ਤੈਨੂੰ ਇਸੇ ਕੁੜੀ ਤੋਂ ਪਾਣੀ ਵਾਰਨਾ ਪੈਣਾ ਤੁਹਾਨੂੰ ਤਾਂ ਮਜ਼ਾਕ ਹੀ ਸੁੱਝਦਾ ਹੈ ਮੈਂ ਕਰਦੀ ਹਾਂ ਉਹਦੇ ਕਰਦਿਆਂ ਨਾਲ ਗੱਲ ਓਏ ਹੈਲੋ ਮੈਂ ਕੱਲੀਆਂ ਗੋਲੀਆਂ ਖਾਣ ਨੂੰ ਨਹੀਂ ਮੈਂ ਗੱਲਾਂ ਵੀ ਕਰ ਲੈਣਾ ਹੁੰਨਾ ਕਰਦੀ ਹਾਂ ਮੈਂ ਗੱਲ ਓਏ ਹਾਂ ਬਈ ਕੋਈ ਨੰਬਰ ਨੰਬਰ ਹੈ ਉਹਨਾਂ ਦਾ 9852359 ਵਾਹ ਨੰਬਰ ਤਾਂ ਯਾਦ ਰੱਖਿਆ ਜਿਵੇਂ ਹੈਲਪਲਾਈਨ ਦਾ ਹੋਵੇ ਡੈਡ ਇਹ ਕੁੜੀ ਦਾ ਨਹੀਂ ਉਹਦੇ ਡੈਡੀ ਜੀ ਦਾ ਨੰਬਰ ਹੈ ਡੈਡੀ ਜੀ ਮੈਨੂੰ ਡੈਡ ਤੇ ਉਹਨੂੰ ਹੁਣੇ ਤੋਂ ਹੀ ਡੈਡੀ ਜੀ ਤੁਸੀਂ ਫੋਨ ਕਰ ਰਹੇ ਹੋ ਕਿ ਨਹੀਂ ਆਪਾਂ ਤੁਹਾਡੀ ਗੱਲ ਮੁੜੀ ਹੈ ਕਦੇ ਲਾਈਨ ਡੈਡ ਪਈ ਹੋਵੇ ਤਾਂ ਵੀ ਕਰੂੰਗਾ ਕਿਉਂ ਬਈ ਕਾਕਾ ਕਰਦੇ ਫਿਰ ਫੋਨ ਕਰ ਦੋ ਜੀ ਦੇਖੀ ਜਾਊਗੀ 9852359 ਅੱਛਾ ਹੈਲੋ ਢਿੱਲੋਂ ਸਪੀਕਿੰਗ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਮੈਂ ਹਰਜੀਤ ਸਿੰਘ ਗਰੇਵਾਲ ਬੋਲ ਰਿਹਾ ਜੀ ਗਿੱਲਾਂ ਤੋਂ ਗਰੇਵਾਲ ਹਾਂਜੀ ਫਰਮਾਓ ਮੈਂ ਆਪਣੇ ਬੇਟੇ ਦੇ ਰਿਸ਼ਤੇ ਲਈ ਤੁਹਾਨੂੰ ਮਿਲਣਾ ਚਾਹੁੰਦਾ ਸੀ ਜੀ ਮੋਸਟ ਵੈਲਕਮ ਜੀ ਐਨੀ ਟਾਈਮ ਆਓ ਹੈਂ ਇਫ ਯੂ ਡੋਨਟ ਮਾਈਂਡ ਦੱਸੋਗੇ ਆਪਣਾ ਕਾਕਾ ਕਰਦਾ ਕੀ ਹੈ ਕਰੋੜ ਕਰੋੜ ਨੂੰ ਕਿੱਲਾ ਹੋਇਆ ਪਿਆ 50 ਕਿੱਲੇ ਜ਼ਮੀਨ ਹੈ ਕੱਲਾ ਕੱਲਾ ਮੁੰਡਾ ਹੈ ਤੁਸੀਂ ਪੁੱਛਦੇ ਹੋ ਕਾਕਾ ਕਰਦਾ ਕੀ ਹੈ ਗਰੇਵਾਲ ਸਾਹਿਬ ਵੈਸੇ ਤਾਂ ਤੁਸੀਂ ਕਦੇ ਵੀ ਆਓ ਪਰ ਡੋਨਟ ਮਾਈਂਡ ਮੈਂ ਆਪਣੀ ਧੀ ਲਈ ਕੋਈ NRI ਮੁੰਡਾ ਲੱਭ ਰਿਹਾ ਕੀ ਗੱਲ ਢਿੱਲੋਂ ਸਾਹਿਬ ਪੰਜਾਬ ਦੇ ਮੁੰਡੇ ਗੈਸ ਤੇ ਚੱਲਦੇ ਹੈ ਬਈ ਇੱਥੇ ਨਹੀਂ ਵੀ ਆਉਣਾ ਧੀ ਨੂੰ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਗਰੇਵਾਲ ਸਾਹਿਬ ਬੇਇੱਜ਼ਤੀ ਤਾਂ ਤੁਸੀਂ ਸਾਰੇ ਪੰਜਾਬ ਦੀ ਕਰੀ ਜਾਂਦੇ ਹੋ ਢਿੱਲੋਂ ਸਾਹਿਬ ਮੈਂ ਘਰ ਦਾ ਦਰ ਨਹੀਂ ਖੋਲਿਆ ਤੁਸੀਂ ਮੇਰੇ ਕੋਠੇ ਤੇ ਧੁੱਪ ਸੇਕਣ ਨੂੰ ਫਿਰਦੇ ਹੋ ਮੇਰੀ ਧੀ ਹੈ ਮੈਂ ਜਿੱਥੇ ਮਰਜ਼ੀ ਵਿਆਹਾਂ ਮੈਨੂੰ ਤਾਂ ਤੁਹਾਡੀ ਗੱਲ ਦੀ ਸਮਝ ਨਹੀਂ ਆਈ ਢਿੱਲੋਂ ਸਾਹਿਬ ਲੋਕੀ ਖਾਨਦਾਨ ਵੇਖਦੇ ਹੈ ਮੁੰਡਾ ਵੇਖਦੇ ਹੈ ਤੁਸੀਂ ਸਿਰਫ NRI ਦੇ ਪਿੱਛੇ ਪਏ ਹੋ ਮਾਫ ਕਰਨਾ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਕੋਈ ਬਾਲਾ ਚਾਹ ਨਹੀਂ ਚੜਿਆ ਗਰੇਵਾਲ ਸਾਹਿਬ ਚੰਗਾ ਹੋਊਗਾ ਆਪਾਂ ਗੱਲ ਇੱਥੇ ਹੀ ਮੁਕਾ ਦਈਏ ਗੱਲ ਖਤਮ ਕਰਨ ਨੂੰ ਕੋਈ ਮੰਤਰ ਪੜ੍ਹਨੇ ਆ ਡੈਡ ਆ ਫੋਨ ਬੰਦ ਕਰ ਦੇ ਆਪੇ ਗੱਲ ਬੰਦ ਹੋ ਗਈ ਉਹ ਗੱਲ ਤਾਂ ਖਤਮ ਹੀ ਹੈ ਅੱਗੇ ਤੋਂ ਗਲਤੀ ਨਾਲ ਵੀ ਮੈਨੂੰ ਫੋਨ ਨਾ ਮਿਲਾ ਲਿਓ ਕਿਤੇ ਤੁਸੀਂ ਤਾਂ ਫਾੜ ਕਰਕੇ ਮਾਰਦੇ ਹੋ ਅਗਲੇ ਦੇ ਸਿਰ ਤੇ ਇਹ ਕੋਈ ਤਰੀਕਾ ਹੈ ਗੱਲ ਕਰਨ ਦਾ ਕੀ ਸਿਖਾਵਾਂ ਤੁਹਾਨੂੰ ਸੌਰੀ ਪੁੱਤ ਮੈਂ ਤੇਰੇ ਆਖਣ ਤੇ ਉਹਦੇ ਨਾਲ ਗੱਲ ਤਾਂ ਕਰ ਲਈ ਪਰ ਇਹ ਢਿੱਲੋਂ ਬਹੁਤ ਟੇਟਾ ਬੰਦਾ ਲੱਗਿਆ ਮੈਨੂੰ ਤੂੰ ਉਸ ਕੁੜੀ ਨੂੰ ਭੁੱਲ ਜਾ ਡੈਡ ਆਪਾਂ ਕੋਈ ਹੋਰ ਰਿਸ਼ਤਾ ਲੱਭਾਂਗੇ ਨਾ ਉਹ ਹੁੰਦਾ ਕੌਣ ਹੈ ਮੈਨੂੰ ਮੱਤ ਦੇਣ ਵਾਲਾ ਮੈਂ ਆਪਣੀ ਕੁੜੀ ਬਾਹਰ ਭੇਜਣੀ ਹੈ ਬਾਹਰਲੇ ਬੰਦੇ ਐ ਗੱਲ ਕਰਦੇ ਆ ਕਿਤੇ ਨਾ ਇੰਨੇ ਮਾੜੇ ਵੀ ਨਹੀਂ ਸਾਡੇ ਲੋਕ ਤੂੰ ਰਹਿਣ ਦੇ ਵਕਾਲਤ ਕਰਨ ਨੂੰ ਮੈਂ 2 ਸਾਲ ਜਰਮਨ ਰਹਿ ਕੇ ਬਹੁਤ ਕੁਝ ਦੇਖ ਲਿਆ ਜਾਣ ਦਾ ਸਲੀਕਾ ਤਾਂ ਸਿਰਫ ਬਾਹਰਲਿਆਂ ਨੂੰ ਹੈ ਮੇਰੀ ਪ੍ਰੋਬਲਮ ਦਾ ਕੀ ਬਣੂ ਉਹਦਾ ਹੱਲ ਹੈਗਾ ਆਪਣੇ ਕੋਲ ਕੀ ਭੁੱਲ ਜਾ ਉਹਨੂੰ ਧਰ ਫਿਟੇ ਮੂੰਹ ਕਿਹੋ ਜਿਹਾ ਬੰਦਾ ਹੈ ਤੂੰ ਕਦੇ ਪਿਆਰ ਨਹੀਂ ਕੀਤਾ ਤੈਂ ਦਿਲ ਆ ਗਿਆ ਮੇਰਾ ਉਹ ਤੇ ਤੁਹਾਡਾ ਤਾਂ ਦਿਲ ਆ ਗਿਆ ਭਾਈ ਸਾਹਿਬ ਪਰ ਉਹਦੇ ਪਿਓ ਨੂੰ NRI ਚਾਹੀਦਾ ਤੇ ਉਹ ਤੂੰ ਹੈ ਨਹੀਂ ਸੋ ਇਸ ਕਰਕੇ ਤੇਰੀ ਲਵ ਸਟੋਰੀ ਦਾ ਤਾਂ ਇੱਥੇ ਦੀ ਐਂਡ ਹੋ ਜਾਂਦਾ ਕਾਕਾ ਜੀ ਐ ਕਿਵੇਂ ਦੀ ਐਂਡ ਹੋ ਜਾਂਦਾ ਹੈ ਮੇਰੀ ਜ਼ਿੰਦਗੀ ਦਾ ਤਾਂ ਹੁਣ ਇੱਕੋ ਹੀ ਮਕਸਦ ਹੈ ਦਿਸ਼ਾ ਨੂੰ ਹਾਸਲ ਕਰਨਾ ਓਏ ਹੋਏ ਦਿਲ ਨੂੰ ਹੀ ਲਾ ਗਿਆ ਤੂੰ ਤੇ ਸ਼ੇਰਾ ਜੇ ਐਡੀ ਗੱਲ ਹੈ ਫਿਰ ਕੀ ਮਸਲਾ ਹਾਂ ਬਣ ਜਾ NRI ਤੇਰਾ ਮਤਲਬ ਹੈ ਪਹਿਲਾਂ ਮੈਂ ਬਾਹਰ ਜਾਵਾਂ ਉੱਥੇ ਸੈਟਲ ਹੋਵਾਂ ਫੇਰ ਵਾਪਸ ਆਵਾਂ ਉਹਨੇ ਚਿਰ ਚ ਉਹਦੇ ਬੁੜੇ ਨੇ ਉਹਨੂੰ ਤੋੜ ਦੇਣਾ ਕਿਸੇ ਮਸਕਟ ਵਾਲੇ ਨਾਲ ਕਾਕਾ ਜੀ ਮੈਂ ਤੁਹਾਨੂੰ NRI ਹੋਣ ਵਾਸਤੇ ਨਹੀਂ ਸਿਰਫ ਬਣਨ ਵਾਸਤੇ ਕਹਿ ਰਿਹਾ ਟ੍ਰਾਈ ਟੂ ਅੰਡਰਸਟੈਂਡ ਵਾਟ ਆਈ ਮੀਨ ਟੂ ਸੇ ਕਿਉਂ ਛਿੱਤਰ ਪਾਉਣ ਵਾਲੀ ਗੱਲ ਕਰਦਾ ਬੱਲੇ ਕਰਨੀਆਂ ਮੁਹੱਬਤਾਂ ਤੇ ਡਰਨਾ ਛਿੱਤਰਾਂ ਤੋਂ ਵਾਹ ਜਾਲੀ ਬਣ ਕੇ ਕਿੰਨਾ ਕੁ ਚਿਰ ਰਹਿ ਲਾਂਗੇ ਜਦ ਤੱਕ ਬਾਪੂ ਨਹੀਂ ਮੰਨਦਾ ਉਹਦਾ ਹੋਰ ਕੀ ਜਦੋਂ ਬਾਅਦ ਚ ਪਤਾ ਲੱਗਿਆ ਫਿਰ ਕੀ ਆ ਉਹ ਕੁੜੀ ਨੂੰ ਆਪ ਹੀ ਤੂੰ ਕਹਿ ਦੇ ਯਾਰ ਬਈ ਤੈਨੂੰ ਹਾਸਲ ਕਰਨ ਵਾਸਤੇ ਡਰਾਮਾ ਕਰਨਾ ਪਿਆ ਉਦਾਂ ਤੇਰੇ ਡੈਡੀ ਨੇ ਨਹੀਂ ਸੀ ਮੰਨਣਾ ਕੁੜੀ ਨੇ ਲਾਪਾ ਕਰਕੇ ਟੱਕਰ ਦੇਣਾ ਹੈ ਇੰਨਾ ਸੌਖਾ ਨਹੀਂ ਹੁੰਦਾ ਯੈਸ ਇੱਥੇ ਤੂੰ ਰਹੋਂਗਾ ਦਰਅਸਲ ਕਾਕਾ ਜਿਹੜਾ ਇਸ਼ਕ ਦਾ ਮਹਾਂ ਰੋਗ ਹੁੰਦਾ ਨਾ ਇਹ ਜਦੋਂ ਇੱਕ ਵਾਰੀ ਲੱਗ ਜੇ ਨਾ ਇਹਦਾ ਦੁਨੀਆਂ 'ਚ ਇਲਾਜ ਹੀ ਕੋਈ ਨਹੀਂ ਪੇਸ਼ੈਂਟ ਨੂੰ ਜਿੱਥੇ ਮਰਜ਼ੀ ਲੈ ਜਾਓ ਬਸ ਇੱਕ ਵਾਰੀ ਮਿੱਠੀਆਂ ਮਿੱਠੀਆਂ ਜੀਆਂ ਮਾਰ ਕੇ ਨਾ ਉਹਨੂੰ ਜਾਨੂੰ ਤੇ ਲਿਆ ਜਦੋਂ ਇੱਕ ਵਾਰੀ ਉਹਨੇ ਕਹਿਤਾ ਨਾ ਜਾਨੂੰ ਫਿਰ ਘਰਦਿਆਂ ਨੂੰ ਆਪ ਹੀ ਕਹੂਗੀ ਮੈਂ ਨਾ ਮਾਨੂੰ ਹੋਰ ਕੋਈ ਹਿੱਲਾ ਨਹੀਂ ਹੈਗਾ ਜਿਹੜਾ ਪਹਿਲਾਂ ਦੱਸਿਆ ਸੀ ਤੈਨੂੰ ਭੁੱਲ ਜਾ ਉਹਨੂੰ ਹੁਣ ਤਾਂ ਬੀਬੀ ਮੈਮਰੀ ਕਾਰਡ 'ਚ ਫੀਡ ਹੋ ਚੁੱਕੀ ਹੈ
ਹੁਣ ਨਹੀਂ ਨਿਕਲ ਸਕਦੀ। ਬਸ ਠੀਕ ਹੈ ਫਿਰ, ਫਿਰ ਕਿਹੜੀ ਗੱਲ, ਫਿਰ ਪਾ ਦੇ ਰੌਲਾ, ਦੱਸ ਦੇ ਦੁਨੀਆ ਨੂੰ ਕਿ ਅੱਜ ਦੀ ਮੰਡੀਰ ਚ ਵੀ ਕਮਿਟਮੈਂਟ ਹੈਗੀ ਹੈ। ਔਰ ਰਾਂਝੇ ਨੇ ਹੀਰ ਵਾਸਤੇ 12 ਸਾਲ ਮੱਝਾਂ ਚਾਰੀਆਂ, ਤੂੰ ਤੇ ਘੜੀ ਦੀ ਘੜੀ ਹੀਰ ਦਾ ਡੈਡੀ ਚਾਰਨਾ। ਬਸ ਡਰ ਜਿਹਾ ਲੱਗਦਾ, ਪਰ ਕੋਈ ਗੱਲ ਨਹੀਂ, ਦੇਖੀ ਜਾਓ, ਚੱਲ ਖਿੱਚ ਤਿਆਰੀ। ਖਿੱਚ ਤਿਆਰੀ ਦਾ ਕੀ ਮਤਲਬ ਬਈ, ਤਿਆਰੀ ਤੂੰ ਖਿੱਚਣੀ ਹੈ ਭਾਈ ਸਾਹਿਬ, ਦੈਟਸ ਯੂਅਰ ਜੌਬ। ਵੀਰੇ ਤੂੰ ਇਸ ਫਿਲਮ ਦਾ ਡਾਇਰੈਕਟਰ ਹੈ, ਜੇ ਕੁਛ ਗਲਤ ਹੋਇਆ ਤਾਂ ਤੂੰ ਹੀ ਸਾਂਭੇਂਗਾ ਨਾ। ਨਹੀਂ ਖੈਰ, ਸਾਂਭ ਸੁਣ ਤਾਂ ਲੈਂਦਾ ਹੁੰਦਾ ਮੈਂ, ਇੱਡੀ ਤਾਂ ਗੱਲ ਕੋਈ ਨਹੀਂ, ਪਰ ਇਹ ਵੀ ਮੈਂ ਸ਼ੁਰੂ ਸ਼ੁਰੂ ਚ ਨਾਲ ਰਹੂੰਗਾ, ਫਿਰ ਮੈਂ ਫਿਲਮ ਸ਼ੁਰੂ ਕਰਾ ਕੇ ਆ ਜਾਣਾ, ਐਂਡ ਤੇ ਤੂੰ ਆਪ ਲੈ ਕੇ ਜਾਣਾ ਫਿਲਮ ਨੂੰ। ਠੀਕ ਹੈ ਠੀਕ ਹੈ, ਪਰ ਤੇਰੀ ਫਿਲਮ ਦਾ ਹੀਰੋ ਹੈ ਕਿਹੜੀ ਕੰਟਰੀ ਦਾ? ਉਹ ਤਾਂ ਕਿੱਦਾਂ ਫਿਰ, ਕਿਹੜੀ ਮਰਜ਼ੀ ਕੰਟਰੀ ਦਾ ਹੋਵੇ, ਕਿੱਦੇ ਸਾਰੇ ਸੇਮ ਹੀ ਹੁੰਦੇ ਆ। ਕਿੱਦਾਂ ਗੋਡ ਆ, ਕਿੱਦਾਂ ਗ੍ਰੇਟ ਆ। ਇਹ ਨਕਸ਼ਾ ਹੈ, ਮੈਂ ਕਦੋਂ ਕਿਹਾ ਘੋੜਿਆਂ ਦੀ ਪੇਂਟਿੰਗ ਹੈ? ਉਹ ਯਾਰ ਦੱਸ ਰਿਹਾ ਤੈਨੂੰ ਵੈਸੇ। ਸਾਊਥ ਹਾਲ ਕਿੱਥੇ ਹੈ? ਸਾਊਥ ਹਾਲ ਵੀਰੇ, ਦਰਅਸਲ ਨਾ ਮੈਂ ਵੀ ਕਾਲੀ ਕਾਲੀ ਨੈਟ ਤੋਂ ਕੱਢਿਆ ਨਕਸ਼ਾ, ਸਾਊਥ ਹਾਲ ਮੈਨੂੰ ਵੀ ਨਹੀਂ ਦੱਸਿਆ, ਪਰ ਹੈ ਦੇ ਵਿੱਚ ਹੀ ਆ ਕਿਤੇ। ਬਸ ਤੂੰ ਮੋਟੀ ਜੀ ਗੱਲ ਯਾਦ ਰੱਖਣੀ ਆ ਵੀ ਆਪਾਂ ਗਿਲਫਰਡ ਸਟਰੀਟ ਤੇ, ਤੂੰ 118 'ਚ ਰਹਿੰਦਾ ਤੇ ਮੈਂ 119 'ਚ ਰਹਿੰਦਾ, ਤੇ ਲੰਡਨ ਬਾਰੇ ਬਹੁਤੀ ਟੈਨਸ਼ਨ ਨਹੀਂ ਲੈਣੀ, ਸੂਈ ਸਾਊਥ ਹਾਲ ਤੇ ਰੱਖਣੀ ਆ। ਲੰਡਨ 'ਚ ਨਾ ਐਵੇਂ 2-3 ਮੋਟੀਆਂ ਮੋਟੀਆਂ ਚੀਜ਼ਾਂ, ਇੱਕ ਯਾਦ ਰੱਖੀ ਤੂੰ ਉੱਥੇ ਲੰਡਨ ਬ੍ਰਿਜ, ਇੱਕ ਯਾਦ ਰੱਖਣਾ ਆਪਣਾ ਬਿਗ ਬੈਨ, ਵੱਡਾ ਸਾਰਾ ਘੰਟਾ ਘਰ ਹੈ, ਇੱਕ ਤੂੰ ਲੰਡਨ ਆਈ ਯਾਦ ਰੱਖ। ਲੰਡਨ ਆਈ ਕੀ? ਲੰਡਨ ਆਈ ਜਿੱਦਾਂ ਆਪਣੇ ਪਿੰਡਾਂ 'ਚ ਨਹੀਂ ਲੱਕੜ ਦਾ ਝੂਲਾ ਹੁੰਦਾ, ਗੋਰੇ ਨੇ ਬਹੁਤ ਵੱਡਾ ਸਾਰਾ ਲੋਹੇ ਦਾ ਲਵਾਇਆ ਹੋਇਆ ਉੱਥੇ, ਚੱਲ ਤੂੰ ਦਫਾ ਕਰ। ਬਾਕੀ ਪਿਕਾਡਲੀ ਸਰਕਸ, ਪਿਕਾਡਲੀ ਸਰਕਸ ਸਰ ਮਤਲਬ ਉਹਦਾ ਬਾਲਾ ਜ਼ਿਕਰ ਜ਼ੁਕਰ ਨਹੀਂ, ਉਹਦਾ ਕਰਨਾ ਆਪਾਂ ਤਾਂ ਗੰਦੇ ਮੰਦੇ ਜੇ ਸ਼ੋਅ ਹੁੰਦੇ ਉੱਥੇ, ਪੰਜਾਬੀ ਜਾਂਦੇ ਬਹੁਤ ਦੇਖਣ, ਪਰ ਆਪਾਂ ਨਹੀਂ ਜਾਂਦੇ, ਸਾਡੇ ਨੰਬਰ ਡਾਊਨ ਹੁੰਦੇ ਆਪਣੇ। ਓਕੇ, ਸਾਊਥ ਹਾਲ ਬਾਰੇ ਹੋਰ ਕੁਛ? ਹੋਰ ਬਸ ਤੂੰ ਸਿੰਪਲ ਇਹ ਯਾਦ ਰੱਖਣਾ ਵੀ ਆਪਾਂ ਗਲਾਸੀ ਜੰਕਸ਼ਨ ਤੇ ਸ਼ਾਮ ਨੂੰ ਬਹਿ ਕੇ ਗਲਾਸੀ ਖੜਕਾਈ ਦੀ ਹੈ, ਪਾਰਕ ਐਵਨਿਊ 'ਚ ਵਿਸਾਖੀ ਦਾ ਮੇਲਾ ਵੇਖਣ ਜਾਈਦਾ, ਤੇ ਜਲੇਬੀ ਜੰਕਸ਼ਨ ਤੇ ਬਹਿ ਕੇ ਖਾਈ ਪੀਵੀ ਦਾ, ਬਾਕੀ ਜਿੱਥੇ ਅੜ ਜਾਵੇ ਬਸ ਵੱਡੇ ਗੁਰਦੁਆਰੇ ਤੇ ਆ ਜਾਣਾ ਜੀ, ਵੱਡੇ ਗੁਰਦੁਆਰੇ ਬਹੁਤ ਜਾਈਦਾ ਜੀ ਆਪਾਂ, ਬਸ ਇਦੋਂ ਬਾਹਰ ਨਹੀਂ ਜਾਣਾ, ਇਦੋਂ ਬਾਹਰ ਗਿਆ ਸਿੱਧੇ ਅੰਦਰ ਆ ਫਿਰ ਆਪਾਂ। ਬਸ ਫਿਰ ਬਣ ਗਈ ਗੱਲ, ਗੋਡਿਆ ਬਾਕੀ ਆਪਾਂ ਡਿਸਕਸ ਕਰਦੇ ਰਵਾਂਗੇ ਜਿੱਦਾਂ ਕਿ ਨਹੀਂ, ਪਾਈਏ ਚੱਲੇ, ਪਾਈਏ ਚੱਲੇ, ਖੜ ਜਾ, ਖੇੜੀ ਪਿੰਡ ਵੱਡੀ ਭੂਆ ਰਹਿੰਦੀ ਹੈ, ਜਾ ਕੇ ਰਹਿਣਾ ਕਿਤੇ ਕੋਲ, ਤੇਰੇ ਰਹਿਣ ਦਾ ਇੰਤਜ਼ਾਮ ਤੇ ਕਰ ਲਈਏ ਸਾਰਾ। ਕਰ ਕਰ ਕਰ। ਹੈਲੋ ਹੈਲੋ ਹੈਲੋ, ਹਾਂ ਦੀਪੇ, ਕੀ ਹਾਲ ਹੈ? ਉਹ ਵਧੀਆ ਜਗਾੜੀ ਭਾਜੀ, ਤੁਹਾਡੇ ਕਰਕੇ ਲੰਡਨ ਫਿਰਦੇ ਆ, ਨਹੀਂ ਤਾਂ ਹੁਣ ਤੱਕ ਲੁਧਿਆਣੇ ਦਾ ਪੋਲਿਊਸ਼ਨ ਇੰਜੋਏ ਕਰਦੇ ਹੋਣਾ ਸੀ। ਅੱਛਾ ਗੱਲ ਸੁਣ, ਇੱਕ ਕੰਮ ਹੈ ਤੇਰੇ ਨਾਲ, ਉਹ ਖੇੜੀ ਪਿੰਡ ਦਾ ਤੁਹਾਡਾ ਫਾਰਮ ਹਾਊਸ ਹੈ ਨਾ, ਉੱਥੇ ਅਸੀਂ 2 ਜਣੇ ਜਾ ਕੇ ਰਹਿਣਾ ਕੁਝ ਦਿਨ। ਉਹ ਗੱਲ ਹੀ ਕੋਈ ਨਹੀਂ ਭਾਜੀ, ਉੱਥੇ ਮੇਰਾ ਕਦੇ ਮੂੰਹ ਨਹੀਂ ਰਹਿੰਦਾ, ਮੈਂ ਫੋਨ ਕਰ ਦੂੰਗਾ। ਆਹੋ ਉਹਨੂੰ ਫੋਨ ਕਰਕੇ ਕਹਿ ਦੇ ਵੀ ਮੇਰੇ 2 ਦੋਸਤ ਆ ਰਹੇ ਆ ਯੂਕੇ ਤੋਂ, ਸੋਰੀ ਜ਼ੀਰਕਪੁਰ ਨਾ ਕਹਿ ਦੀ ਕਿਤੇ, ਯੂਕੇ ਤੋਂ ਕਹਿਣਾ। ਓਕੇ, ਇਹ ਕੀ ਜਗਾੜ ਆ ਹੁਣ ਭਾਜੀ? ਜਗਾੜ ਤੈਨੂੰ ਫੇਰ ਦੱਸ ਦਿਆਂਗੇ, ਤੂੰ ਫੋਨ ਤਾਂ ਕਰ ਪਈ, ਯੂਕੇ ਤੋਂ ਆ ਰਿਹਾ ਮਿੱਤਰ ਤੇਰੇ। ਵਾਏ ਆ ਸਾਲਾ, ਚੰਗਾ ਜਗਾੜ ਲੱਭਿਆ ਤੈਂ। ਓਏ ਸਾਲਾ ਸੂਲਾ ਨਹੀਂ ਚੱਲਣਾ ਉੱਥੇ ਯੂਕੇ 'ਚ, ਨਹੀਂ ਮੁੰਡੇ ਕੁੜੀਆਂ ਕੱਢਦੇ ਸਾਲਾ ਸਾਲਾ ਗਾਲਾਂ, ਉੱਥੇ ਉਹ ਇਸ਼ਾਰੇ ਵਾਲੀਆਂ ਗਾਲਾਂ ਚੱਲਦੀਆਂ, ਤੈਨੂੰ ਉਹ ਵੀ ਸਿਖਾ ਦੂੰਗਾ ਮੈਂ, ਠੀਕ ਹੈ? ਹੁਣ ਜੇ ਸਿਲੇਬਸ ਪੂਰਾ ਹੋ ਗਿਆ ਚੱਲੀਏ ਆਪਾਂ, ਕਿੱਦਾਂ ਜਾਣਾ ਹੀ ਪੈਣਾ ਹੀ ਆ। ਖੜ ਜਾ 2 ਮਿੰਟ, ਗਾਹ ਸਰਕਾਰੀ ਖਜ਼ਾਨਾ ਵੀ ਝੱਟ ਖਾਲੀ ਹੋ ਜੂ ਹੈ। ਉਹ ਵੇਖੀ ਕਿਤੇ ਸੰਗ ਚੁੰਗਲਾ ਮਾਰ ਮਾਰ ਕੇ ਡੇਲੇ ਹੀ ਨਾ ਬਾਹਰ ਕੱਢ ਲਈ। ਉਹ ਜਿਹੜੀਆਂ ਅੱਖਾਂ ਤੈਨੂੰ ਦੇਖਣ ਗਿੱਜੀਆਂ ਹੋਣ, ਉਹ ਬਾਹਰ ਕਿਵੇਂ ਗਿਰ ਸਕਦੀਆਂ ਨੇ? ਦੇਸੀ ਦਾ ਇੱਕ ਤੋਪਾ ਨਹੀਂ ਰਹਿਣ ਦਿੱਤਾ ਅੰਦਰ। ਦੀਪੇ ਦਾ ਫੋਨ ਆਇਆ ਸੀ, ਸਕਾਚ ਆਉਣ ਵਾਲੀ ਆ ਯੂਕੇ ਤੋਂ। ਨਹੀਂ ਆਇਆ ਨਹੀਂ, ਗੁਲਗਲੇ ਪਹਿਲਾਂ ਹੀ ਕੱਢਣ ਲੱਗ ਜਾ। ਭਾਬੀ ਜੀ ਹਾਂ, ਗੁਲਗਲੇ ਬਾਜ ਕੱਢਿਓ, ਕੀੜਾ ਲੈ ਕੇ ਆਇਆ ਕਿਸੇ ਨੂੰ। ਕੌਣੀ ਚਾਚੇ ਓਏ, ਆ ਤੁਹਾਡੇ ਪ੍ਰਾਹੁਣੇ ਆਏ ਨੇ ਹੋਰੂ ਜੀਆਂ ਬੂਥੀਆਂ ਵਾਲੇ। ਜਿਉਂਦਾ ਰਹਿ ਕੀੜਿਆ, ਆ ਗਏ ਸਕਾਚ ਦੇ ਬੱਦਲ। ਵੈਲਕਮ ਜੀ, ਵੈਲਕਮ। ਸਤਿ ਸ੍ਰੀ ਅਕਾਲ ਜੀ, ਮੈਂ ਮੋਣੀ ਜੀ, ਇਹ ਮੇਰੀ ਘਰ ਵਾਲੀ ਮਿੱਠੋ ਜੀ। ਸਤਿ ਸ੍ਰੀ ਅਕਾਲ ਜੀ। ਸੰਗਦੀ ਹੈ ਉਹ ਅੰਦਰੋਂ ਅੰਦਰ ਹੀ ਤਾਂ ਮੰਨ ਲਈਏ ਨੇ। ਕਿੱਦਾਂ ਮਿੱਠੋ ਭਾਬੀ, ਸਤਿ ਸ੍ਰੀ ਅਕਾਲ ਆ, ਕਿਤੇ ਸ਼ੇਖ ਨਹੀਂ ਕਰਨ ਲੈ। ਕਿਹੜਾ ਕਹਿੰਦੇ ਸੰਗਦੀ ਦਾ ਹੱਥ ਬਹੁਤ ਘੱਟ ਕੇ ਮਿਲਾਉਂਦੀ, ਬਹੁਤ ਫਰੈਂਕ ਆ ਹੱਥ ਮਿਲਾਉਣ ਨੂੰ। ਕਿੱਦਾਂ ਬਾਕੀ ਉਹਦਾ ਨਾਈਸ ਕਪਲ? ਨਹੀਂ ਚੱਪਲ ਤਾਂ ਨਹੀਂ, ਜੁੱਤੀ ਹੈ, ਉਹ ਸੈਂਡਲ ਵਾਲਾ ਵੀ ਹੈ, ਕਦੇ ਕਦੇ ਵਿਆਹ ਨੂੰ ਪਾਏ ਤੀ ਇੱਕ ਵਾਰੇ ਨੇ। ਯਾਰ ਬੜਾ ਲੇਟ ਹੋ ਗਏ ਤੁਸੀਂ, ਮੇਰਾ ਤਾਂ ਮੂੰਹ ਸੁੱਕ ਗਿਆ ਤੁਹਾਨੂੰ ਉਡੀਕਦਿਆਂ ਦਾ। ਮੇਰੀ ਬੱਸ ਲੇਟ ਹੋ, ਏਅਰ ਬੱਸ, ਏਅਰ ਬੱਸ
ਪਲੇਨ ਨੂੰ ਕਿਦਾਂ 에ਅਰਬਸ ਕਹਿੰਦੇ ਆ ਕਿ ਸੇਮ ਹੀ ਆ ਸ਼ੁਕਰ ਮਨਾ ਵੀ ਮੈਂ ਟੱਕਰ ਗਿਆ ਇਹਨਾਂ ਨੂੰ ਇਹ ਤਾਂ ਹੋਟਲੇ ਫਿਰਦੇ ਸੀ ਚੰਗਾ ਟੈਲੀਫੋਨ ਐਕਸਚੇਂਜ ਮੈਂ ਚੱਲਦਾ ਸਤਿ ਸ੍ਰੀ ਅਕਾਲ ਕਿਦਾਂ ਤੇ ਜੋਕਾ ਮਾਰਦਾ ਆ ਯਾ ਆਈ ਨੋ ਹੀ ਇਜ਼ ਅ ਫਨੀ ਗਾਇ ਯਾ ਆਈ ਲਾਈਕ ਇਟ ਨਾਈਸ ਪਲੇਸ ਯਾ ਬਾਜੀ ਦੀਪਾ ਬਣਾ ਗਿਆ ਜੀ ਸਾਡੇ ਐਸ਼ ਕਰਨ ਨੂੰ ਕੱਪੜਾ ਲੈਣਾ ਹੀ ਬਾਹਰੋਂ ਉਹੀ ਭੇਜ ਦਿੰਦਾ ਆਪਾਂ ਇੱਧਰ ਹੀ ਯੂਕੇ ਬਣਾ ਰੱਖੀ ਆ ਖੁੱਲਾ ਖਾਈਦਾ ਪੀਦਾ ਕਿਦਾਂ ਅਸੀਂ ਵੀ ਯੂਕੇ ਦੇ ਕਿਤੇ ਜੰਕ ਫੂਡ ਖਾ ਕੇ ਤੰਗ ਆਇਓ ਆ ਇੱਥੇ ਤਾਂ ਕਿਦਾਂ ਹੁਣ ਸਾਗ ਨੂੰ ਗੇੜਾ ਦੇਣਾ ਹੀ ਆ ਲੈ ਭੋਰਾ ਚਿੰਤਾ ਨਾ ਕਰੋ ਸਾਗ ਖਵਾ ਖਵਾ ਕੇ ਥੋੜੀ ਧੁੰਨੀ ਹਰੀ ਕਰ ਦਾਂਗੇ ਚਾਹੇ ਪਰਤਿਆ ਲਿਓ ਧੁੰਨੀ ਪਰਤਿਆ ਲਿਓ ਓ ਆਈ ਨੋ ਲੋਕਲ ਲੈਂਗੁਏਜ ਯੂ ਨੋ ਓਕੇ ਦੇਸੀ ਆ ਹਾਲੇ ਵੀ ਦੇਸੀ ਅੱਛਾ ਓਕੇ ਕਿਦੇ ਮਿੱਠੇ ਮੈਂ ਪੁੱਛ ਮੇਰਾ ਨਾਮ ਮੋਣੀ ਹੈ ਮਿੱਠੋ ਮੇਰੀ ਘਰ ਵਾਲੀ ਦਾ ਨਾਮ ਹੈ ਜੀ ਉਹ ਕਹੋ ਦੱਸੋ ਕੀ ਹੈ ਸੋ ਸੌਰੀ ਕਿਦੇ ਮੈਂ ਪੁੱਛਣਾ ਮੰਗਦਾ ਸੀ ਕਿਦਾਂ ਗੱਲਾਂ ਨਾਲ ਹੀ ਸਾੜਨਾ ਆ ਕਿ ਸਾਨੂੰ ਰੂਮ ਵੀ ਦੇਣਾ ਆ ਕੋਈ ਓ ਭਲੇ ਨੂੰ ਚੇਤੇ ਕਰਾਤਾ ਸ਼ੇਰੇ ਸਮਾਂ ਚੱਕ ਵੀ ਬਾਈ ਹੋਰਾਂ ਦਾ ਕਮਰਾ ਦਿਖਾ ਇਹਨਾਂ ਨੂੰ ਨਾ ਨੂੰ ਲੋ ਜਾ ਕੇ ਫੇਰ ਭੜਕਾਉਨੇ ਆ ਗਲਾਸੀਆਂ ਆਪਾਂ ਹੈ ਸਕਾਚ ਕਿਹੜੀ ਲੈ ਕੇ ਆਇਓ ਸਕਾਚ ਉਹ ਕਿਹੜਾ ਬੈਗ ਸਾਡਾ ਕਸਟਮ ਵਾਲੇ ਨੇ ਰੋਕਿਆ ਹੈ ਨਾ 에ਅਰਪੋਰਟ ਤੇ ਕਿਦਾਂ ਉਹਦੇ ਜੀ ਆ ਸਕਾਚ ਕਿਦਾਂ ਪਰਸੋਂ ਨੂੰ ਆਉਂਦੀ ਆ ਇਹ ਕਸਟਮ ਵਾਲੇ ਖਤਮ ਤਾਂ ਨਹੀਂ ਕਰ ਦੇਣਗੇ ਪੀ ਕੇ ਆਹੋ ਬਾਈ ਹਾਂ ਨਾ ਮੈਂ ਤਾਂ ਕਿਤੇ ਡੱਟ ਖੋਲ ਕੇ ਉਹਨਾਂ ਦੇ ਸਾਹਮਣੇ ਕਿਤੇ ਜੂਠੀ ਕਰਕੇ ਛੱਡ ਕੇ ਆਇਆ ਆ ਕਿਤੇ ਜੂਠੀ ਨੂੰ ਹੱਥ ਨਹੀਂ ਲਾਉਂਦੇ ਆ ਉਹ ਯਾਰ ਥੋੜੇ ਚੱਕਰਾਂ ਦੇ ਵਿੱਚ ਮੈਂ ਉਂਗਲਾ ਮਾਰ ਮਾਰ ਦੇਸੀ ਵੀ ਕੱਢਤੀ ਸਕੋਚ ਵਾਲੇ 에ਅਰਫੋਰਸ ਤੇ ਤੁਰੀ ਫਿਰਦੀ ਆ ਠੀਕ ਆ ਆ ਸ਼ੇਰ ਦੇ ਮਗਰ ਮਗਰ ਨੂੰ ਹੋਲੋ ਹਾਂ ਓਕੇ ਸੀ ਯੂ ਗਾਇਸ ਤੇਰੀ ਨਜ਼ਰ ਲੱਗੀ ਆ ਕਾਲੀ ਜੀਹ ਵਾਲੀ ਏ ਕਿਵੇਂ ਟੁੱਟੇ ਜੇ ਸਾਈਕਲ ਤੇ ਤੁਰੇ ਫਿਰਦੇ ਹੋ ਤੁਸੀਂ ਬੰਦੇ ਹੋ ਕਿ ਝਾਵੇਂ ਉਹ ਸੀਂਡਲਾ ਮੈਂ ਰੈਟਾ ਮਾਰਨਾ ਛੱਡਵਾ ਤੇਰੇ ਕੰਨ ਤੇ ਯੂ ਕਿਆ ਅਬ ਉਹ ਕਿਦੇ ਸੀਂਡਲ ਵੀਰ ਨਾਈਸ ਬੋਲੀਦਾ ਆ ਕਿਦੇ ਪਤਾ ਹੋਣਾ ਚਾਹੀਦਾ ਬੋਲਣ ਦਾ ਕਿਦਾਂ ਪਹਿਲਾ ਚਮਕੀਲੇ ਵਾਲਾ ਸੁਰ ਚੱਕਿਆ ਸੀ ਹੁਣ ਹੋਰੂ ਜਿਹਾ ਬੋਲਦਾ ਹੈ ਕੋਈ ਨਹੀਂ ਫੇਰ ਦੇਖਾਂਗੇ ਲੈ ਵੀ ਕਾਕਾ ਕਰ ਲੈ ਦਰਸ਼ਨ ਹੋਣ ਵਾਲੇ ਸਹੁਰਿਆਂ ਦੇ ਬੜੀਆਂ ਉਮੀਦਾਂ ਲੈ ਕੇ ਆਏ ਆ ਹੀਰ ਦੇ ਬਾਬਲਾ ਖਾਲੀ ਹੱਥ ਨਾ ਮੋੜੀ ਹੱਸਣਾ ਜਿੱਥੋਂ ਜੂਣ ਦਾ ਰਾਹ ਮਿਲਦਾ ਹੋਏ ਉੱਥੇ ਸਰ ਝੁਕਾਉਣ 'ਚ ਕੋਈ ਹਰਸ ਨਹੀਂ ਬੱਲੇ ਤੇ ਰਾਹ ਨਹੀਂ ਦਿਸ਼ਾ ਕਿੱਦਾਂ ਸੇਮ ਹੀ ਆ ਕਰੈਕਟਰ 'ਚ ਆ ਜਾ ਹੁਣ ਬਣ ਜਾ ਫਿਰ ਕਿੱਦਾਂ ਯੂਕੇ ਵਾਲਾ ਬਣ ਜਾ ਕਿੱਦਾਂ ਰੂਪ ਡੂ ਯੂ ਸੀ ਦਿਸ ਹਾਊਸ ਮੈਂ ਲਾਈਕ ਕੀਤਾ ਆ ਇਹਦਾ ਕਿੱਦਾਂ ਡਿਜ਼ਾਈਨ ਬਹੁਤ ਵਧੀਆ ਆ ਯੇ ਆ ਲਾਈਕ ਇਟ ਟੂ ਅਬਰਾਡ ਦੇ ਕਿਸੇ ਨਕਸ਼ੇ ਦੀ ਕਾਪੀ ਕੀਤੀ ਲੱਗਦੀ ਆ ਨਾਓ ਨਾਓ ਮੈਨੂੰ ਕਿਤੇ ਕਾਪੀ ਨਹੀਂ ਲੱਗਦਾ ਮੈਨੂੰ ਓਰੀਜਨਲ ਲੱਗਦਾ ਆ ਕਿਸੇ ਨੇ ਆਪ ਬਣਾਇਆ ਆ ਤੇ ਆਪਾਂ ਅੰਕਲ ਨੂੰ ਪੁੱਛ ਲੈਨੇ ਆ ਯੇ ਆਈ ਡੋਨਟ ਮਾਈਂਡ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੰਕਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਦਾਂ ਅੰਕਲ ਤੁਸੀਂ ਸਾਡਾ ਫੈਸਲਾ ਕਰਾ ਸਕਦੇ ਆ ਮੈਂ ਕਹਿੰਦਾ ਇਹ ਤੁਹਾਡੇ ਨਾਈਸ ਹਾਊਸ ਦਾ ਕਿਤੇ ਡਿਜ਼ਾਈਨ ਇੰਡੀਅਨ ਆ ਮੈਂ ਕਹਿੰਦਾ ਕਿਦਾਂ ਇਹ ਬਾਹਰ ਦਾ ਆ ਓਏ ਡਿਜ਼ਾਈਨ ਤਾਂ ਜੱਟ ਦਾ ਪਰਸਨਲੀ ਹੈ ਪਰ ਹੈ ਬਾਹਰਲੇ ਸਟਾਈਲ ਦਾ ਆਈ ਲਵ ਬ੍ਰੌਡ ਆਰਕੀਟੈਕਚਰ ਵਾਓ 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 ਓਏ ਕਾਕਾ ਤੈਨੂੰ ਕਿਤੇ ਦੇਖਿਆ ਲੱਗਦਾ ਅੰਕਲ ਮੈਂ ਤਾਂ ਕਿਤੇ ਫਸਟ ਟਾਈਮ ਇੰਡੀਆ ਆਇਆ ਆ ਹੁਣੇ ਲੈਂਡ ਕੀਤੀ ਅਸੀਂ ਕਿਦਾਂ ਮੈਂ ਯੂਕੇ ਬੌਣੀ ਆ ਕਿਦਾਂ ਮੈਂ ਇੱਕ ਪਿਕ ਲੈ ਸਕਦਾ ਪਿਕ ਫੋਟੋ ਪਿਕਚਰ ਸਨੈਪ ਪਿਕਚਰ ਤਾਂ ਲੈ ਲਓ ਪਰ ਤੁਸੀਂ ਡਿਜ਼ਾਈਨ ਦੀ ਨਕਲ ਨਹੀਂ ਮਾਰ ਸਕਦੇ ਇਹ ਜੱਟ ਦਾ ਪਰਸਨਲ ਡਿਜ਼ਾਈਨ ਹੈ ਥੈਂਕਸ ਥੈਂਕਸ ਅ ਲੋਟ ਕਿਤੇ ਤੂੰ ਵੀ ਵਿੱਚ ਆ ਜਾ ਕਿਤੇ ਤੈਨੂੰ ਵੀ ਵਿੱਚ ਕੱਢ ਲੈਣਾ ਮੈਂ ਆਈਏ ਆਓ ਆਓ ਚਾਹ ਪਾਣੀ ਪੀਓ ਆਓ ਥੈਂਕ ਯੂ ਸੋ ਮਚ ਅੰਕਲ ਅੱਛਾ ਪਹਿਲਾਂ ਇਹ ਦੱਸੋ ਮੁੰਡਿਓ ਚਾਹ ਪੀਓਗੇ ਕਾਫੀ ਪੀਓਗੇ ਲੱਸੀ ਪੀਓਗੇ ਕਿ ਜੂਸ ਪੀਓਗੇ ਕਿਦਾਂ ਚਾਹ ਹੀ ਲੋਟ ਰਹੂ ਲੋਟ ਰਹੂ ਆਓ ਕਿਦਾਂ ਰੂਪ ਲਵਸ ਪੰਜਾਬੀ ਯੂ ਨੋ ਕਿਦਾਂ ਮਦਰ ਟੰਗ ਹੈ ਨਾ ਕੀ ਕਿਹਾ ਸੀ ਤੁਸੀਂ ਕਿੱਥੋਂ ਆਏ ਹੋ ਅਸੀਂ ਯੂਕੇ ਦੇ ਅੰਕਲ ਕਿਦਾਂ ਬੋਰਨ ਬਰੋਟ ਅਪ ਹੈ ਯੂਕੇ ਦੇ ਵਾਹ ਬਈ ਵਾਹ ਮੁੰਡਿਓ ਭਾਗਾਂ ਵਾਲਿਓ ਜਿਹੜਾ ਉੱਥੇ ਜੰਮੇ ਪਲਿਓ ਇੰਡੀਆ ਦਾ ਬੰਦਾ ਬਸ ਹਾਜ਼ਰੀ ਲਾਉਣ ਲਈ ਜੰਮਦਾ ਕਿੱਦਾਂ ਬਾੜੇ ਅੱਕੇ ਲੱਗਦੀ ਹੋ ਇੰਡੀਆ ਤੋਂ ਤੁਸੀਂ ਤਾਂ ਬਾਹਰ ਦੇਖਿਆ ਹੀ ਹੈ ਇੱਥੇ ਵੀ ਦੇਖ ਲਓਗੇ ਕੋਈ ਬਰਾਬਰੀ ਥੋੜੀ ਹੀ ਹੈ ਕਿੱਥੇ ਉਹ ਸਵਰਗ ਕਿੱਥੇ ਸਾਡਾ ਨਰਕ ਉਹ ਤੇ ਆ ਪਰ ਇਹ ਵੀ ਨਾਈਸ ਆ ਕੋਈ ਨਹੀਂ ਹੌਲੀ ਹੌਲੀ ਦੇਖ ਲਓਗੇ ਤੁਸੀਂ ਨਵੇਂ ਨਵੇਂ ਆਏ ਹੋ ਭਰਾਓ ਤੁਸੀਂ ਨੋ ਕਿਦਾਂ ਸੀ ਫਰੈਂਡ ਹੈ ਬਟ ਲਾਈਕ ਬ੍ਰਦਰਸ ਯੂ ਨੋ ਕਿਦਾਂ ਕੱਲਾ ਪੋਤਿਆ ਘਰ ਦਿਆਂ ਦਾ ਟੂ ਮੱਚ ਵਿਗੜਿਆ ਯਾ
ਵਿਗੜਿਆ ਮੀਨਸ ਕਹਿੰਦਾ ਮੈਂ ਕਿੱਦਾਂ ਵਿਆਹ ਕਰਾਉਣਾ ਕਿੱਦਾਂ ਤੇ ਇੰਡੀਆ ਜੀ ਕਰਾਉਣਾ ਹੈ ਨਹੀਂ ਤੇ ਕਿੱਦਾਂ ਵਿਆਹ ਹੀ ਨਹੀਂ ਕਰਾਉਣਾ ਹੈ ਉਹ ਮੈਂ ਕੀ ਕਿੱਦਾਂ ਡਾਕਟਰ ਹਾਵ ਜੀ ਜੀਤ ਮੇਰੀ ਮੋਮ ਦੀ ਵਿਸ਼ ਆ ਤੇ ਮੈਂ ਪੰਜਾਬ ਚ ਵਿਆਹ ਕਰਾਉਣਾ ਮੰਗਦਾ ਹੈ ਇਹ ਤੇ ਕਿੱਦਾਂ ਮੁੰਡਾ ਬਹੁਤ ਸਰਕਾਰੀ ਆ ਸੰਸਕਾਰੀ ਹੁੰਦਾ ਪੁੱਤ ਸੰਸਕਾਰੀ ਛੇਵੇਂ ਆ ਕਾਕਾ ਮੈਨੂੰ ਪੱਕਾ ਲੱਗਦਾ ਆਪਾਂ ਮਿਲੇ ਆ ਕਿਤੇ ਨਾ ਕਿਦਾਂ ਅੰਕਲ ਮੈਂ ਤਾਂ ਫਸਟ ਟਾਈਮ ਇੰਡੀਆ ਆਇਆ ਆ ਯੂਕੇ ਤੋਂ ਹੋ ਸਕਦਾ ਕਿਤੇ ਯੂਕੇ ਗਏ ਹੋਵਾਂਗੇ ਉੱਥੇ ਕਿਤੇ ਦੇਖਿਆ ਹੋਣਾ ਆ ਮੈਨੂੰ ਫਾਇਦੇ ਨੂੰ ਨਾ ਯੂਕੇ ਤਾਂ ਨਹੀਂ ਮੈਂ ਜਰਮਨ ਰਿਹਾ 2.5 ਸਾਲ 1969 ਚ ਫਿਰ ਆ ਜ਼ਮੀਨ ਦੇ ਚੱਕਰ ਚ ਵਾਪਸ ਮੁੜ ਹੀ ਨਹੀਂ ਹੋਇਆ ਉਹ ਕਿੱਦਾਂ ਕਿੱਦਾਂ ਮੈਨੂੰ ਹੁਣ ਸਮਝ ਆਈ ਆ ਕਿੱਦਾਂ ਅਸੀਂ ਕਲੋਨੇ ਮਿਲੇ ਹੋਣੇ ਆ ਲੈ ਕਲੋਨਾ ਤਾਂ ਕੈਨੇਡਾ ਚ ਨਹੀਂ ਲੈ ਕਿੱਦਾਂ ਕੈਨੇਡਾ ਵੀ ਹੋਊਗਾ ਜੀ ਪਰ ਕਿੱਦਾਂ ਜਰਮਨ ਹੈਗਾ ਯਾ ਕਲੋਨਾ ਮੈਂ ਤਾਂ ਬੰਦੇ ਭੇਜੇ ਉੱਥੇ ਕਿੱਦਾਂ ਲੰਡਨ ਚ ਮੇਰਾ ਬਿਜ਼ਨਸ ਹੈ ਨਾ ਬਹੁਤ ਵੱਡਾ ਕਿੱਦਾਂ ਬੰਦੇ ਮੈਂ ਸਟਾਫ ਦੇ ਉੱਥੇ ਕਿੱਦਾਂ ਭੇਜਦਾ ਹੀ ਫਿਰ ਆਪਣੇ ਰਹਿਣਾ ਹੈ ਚੰਗਾ ਜੀ ਕਿੱਦਾਂ ਅਸੀਂ ਚੱਲਦੇ ਹਾਂ ਨਾ ਕਾਕੇ ਜਿੱਦਾਂ ਬਹੁਤ ਵਧੀਆ ਲੱਗੇ ਤੁਹਾਨੂੰ ਮਿਲ ਕੇ ਜਾਂਦੇ ਹੈ ਕਿਤੇ ਫੇਰ ਵੀ ਲਵਾਂਗੇ ਹੁਣ ਤਾਂ ਕਿਤੇ ਆਉਂਦੇ ਹੀ ਰਹਿਣਾ ਤੁਹਾਡੇ ਵਾਲਾ ਸੀ ਅੱਛਾ ਜੇ ਕਿਤੇ ਆਉਣ ਜਾਣ ਲਈ ਗੱਡੀ ਦੀ ਲੋੜ ਪਵੇ ਤਾਂ ਸੰਗੇ ਹੋ ਨਾ 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 ਕਿਦਾਂ ਅਸੀਂ ਜ਼ਰੂਰ ਦੱਸਣਾ ਹੈ ਜੀ ਕਿਦਾਂ ਹਾਂ ਹਾਂ ਚੱਲਦੇ ਹਾਂ ਅੱਛਾ ਸਤਿ ਸ਼੍ਰੀ ਅਕਾਲ ਅੱਛਾ ਜੀ ਸਤਿ ਸ਼੍ਰੀ ਅਕਾਲ ਭਈਆ ਮੁੰਡਾ ਤਾਂ ਮੈਨੂੰ ਬਹੁਤ ਜਚਿਆ ਤੇਰਾ ਕੀ ਖਿਆਲ ਹੈ ਨਾ ਤੁਹਾਨੂੰ ਤਾਂ ਬਾਹਰਲੇ ਸਾਰੇ ਹੀ ਚੰਗੇ ਲੱਗਦੇ ਆ ਨਹੀਂ ਦਿਸ਼ਾ ਨੂੰ ਵੀ ਮੈਨੂੰ ਲੱਗਦਾ ਹੈ ਬਹੁਤ ਚੰਗਾ ਲੱਗੂ ਉਹ ਤੁੰਨ ਕੇ ਪਾ ਪੰਜਾਬੀਆਂ ਵਾਲਾ ਸ਼ੇਰਿਆ ਤੂੰ ਤਾਂ ਮਿਣ ਮਿਣ ਕੇ ਐ ਪਾਉਣਾ ਜਿਵੇਂ ਸਕਾਚ ਹੁੰਦੀ ਹੈ ਓਏ ਸਾਰੇ ਸਕਾਚ ਦੇ ਕਾਹਦੇ ਮਿਣ ਦਿੰਦਾ ਤੇਰੇ ਕਰਕੇ ਦੋ ਪੈ ਜਾਣਗੇ ਸਕਾਚ ਦੀ ਬੋਤਲ ਜੀਏ ਯੂ ਯੂਕੇ ਦੀਪਾ ਬਾਈ ਘਰ ਪਿੱਛੋਂ ਵੜਦਾ ਪਹਿਲਾਂ ਮੈਨੂੰ ਸਕਾਚ ਚੜਾਉਂਦਾ ਚੜਾਉਣ ਨੂੰ ਕਹਾ ਤੂੰ ਸਹੁਰਿਆ ਨੌ ਬੱਤੀਆਂ ਵਾਲਾ ਪੀਰ ਹੈ ਕਿਉਂ ਤੁਸੀਂ ਸਵਾਦ ਖਰਾਬ ਕਰ ਰਹੇ ਹੋ ਮੋਣੀ ਤੂੰ ਨਾ ਦਿਲੀਪ ਸਿੰਘ ਢਿੱਲੋਂ ਨੂੰ ਜਾਣਦਾ ਹੈ ਉਹ ਜਰਮਨ ਵਾਲਾ ਹਾਂ ਜਾਣਦਾ ਉਹ ਕਿਹੋ ਜਿਹਾ ਬੰਦਾ ਹੈ ਬੰਦਾ ਠੀਕ ਹੈ ਵਧੀਆ ਜ਼ਮੀਨ ਜਾਇਦਾਦ ਬਹੁਤ ਹੈ ਕੱਲੀ ਕੁੜੀ ਹੈ ਉਹਦੀ ਪਰ ਇੱਕੋ ਹੀ ਗੱਲ ਤੇ ਅੜਿਆ ਹੋਇਆ ਕਹਿੰਦਾ ਕੁੜੀ ਨੂੰ ਬਾਹਰ ਵਿਆਹਣਾ ਮੁੰਡਾ ਲੱਭਿਆ ਜਿੱਦਾਂ ਉਹਨੂੰ ਪਤਾ ਨੀ ਕਹਿੰਦਾ ਬਾਹਰ ਓਏ ਤੁਸੀਂ ਵੀ ਤਾਂ ਬਾਹਰ ਲਿਆ ਤੁਹਾਡੀ ਗ੍ਰਾਮਾਂ ਗੱਲ ਨਹੀਂ ਕੱਲੇ ਤੇਰੀ ਪਰ ਉਹ ਵੀ ਤਾਂ ਜੇ ਸਕਾਚ ਮਿਲੂ ਓਏ ਸਕਾਚ ਦੀ ਕਿਹੜੀ ਗੱਲ ਤੂੰ ਮੁੰਡੇ ਦੀ ਗੱਲ ਤੋਰ ਸਕਾਚ ਵਿੱਚ ਤੈਨੂੰ ਗੋਤੇ ਦੇ ਦੇਣਗੇ ਸਕਾਚ ਦੇ ਵਿੱਚੋਂ ਬਲੁੰਦਬਲ ਕਰਕੇ ਨਿਕਲੂੰਗਾ ਬਾਹਰ ਪਹਿਲਾ ਲੋਕ ਦਾਰੂ ਪੀ ਕੇ ਅੰਗਰੇਜ਼ੀ ਬੋਲਦੇ ਆ ਪਹਿਲੇ ਬੰਦੇ ਆ ਜਿਹੜੇ ਦੇਸੀ ਬੋਲੀ ਜਾਂਦੇ ਆ ਲੈ ਬੇਜਿੰਦ ਹੋ ਜਾਓ ਤੁਹਾਡਾ ਕੰਮ ਹੋ ਜਾਊਗਾ ਕਿੱਚੋ ਬੋਤਲ ਓਏ ਜੋ ਸਰਦਾਰਾਂ ਦਾ ਹੁਕਮ ਓਏ ਬਸ ਆ ਜਾ ਫਿਰ ਸਵੇਰੇ ਤੈਨੂੰ ਮਿਲਾਉਣਾ ਹੈ ਕਿਸੇ ਨਾਲ ਕੋਈ ਐਨਰਾ ਤਾਂ ਨਹੀਂ ਮਿਲ ਗਿਆ ਕਿਹਦੇ ਨਾਲ ਮਿਲਾਉਣਾ ਪਾਪਾ ਬੇਟਾ ਦੋ ਮੁੰਡੇ ਆਇਆ ਯੂਕੇ ਦੇ ਉਹਨਾਂ ਵਿੱਚੋਂ ਇੱਕ ਤੇਰੇ ਲਈ ਪਰਫੈਕਟ ਮੈਚ ਹੈ ਓ ਗੋਡ ਪਾਪਾ ਤੁਹਾਨੂੰ ਤਾਂ ਸਾਰੇ ਐਨਆਰਆਈ ਚੰਗੇ ਲੱਗਦੇ ਨੇ ਨਹੀਂ ਪੁੱਤ ਮੇਰੇ ਕਹੇ ਤੇ ਤੂੰ ਇੱਕ ਵਾਰੀ ਉਹਨੂੰ ਮਿਲ ਲੈ ਓਕੇ ਆ ਜਾਊਂਗੀ ਆ ਜਾ ਪੁੱਤ ਟਾਈਮ ਸਿਰ ਆ ਜੀ ਆ ਜਾਊਂਗੀ ਪਾਪਾ ਰੱਖਦੀ ਹਾਂ ਹੁਣ ਬਾਏ ਜੀਤ ਗੁਰ ਆਪਾਂ ਤਾਂ ਹਾਂ ਕਰਨੀ ਨਹੀਂ ਪਾਪਾ ਨੂੰ ਕਾਸ਼ ਮੇਰੇ ਡੈਡੀ ਵੀ ਕੋਈ ਐਨਆਰਆਈ ਮੁੰਡਾ ਢੂੰਡਣ ਕਿੰਦਰ ਤਾਂ ਬਿਨਾਂ ਦੇਖੇ ਹੀ ਹਾਂ ਕਰ ਦੂਗੀ ਦੋ ਆਏ ਨੇ ਪਾਪਾ ਨੇ ਤਾਂ ਮੇਰੇ ਲਈ ਇੱਕ ਹੀ ਪਸੰਦ ਕੀਤਾ ਹੈ ਮਰ ਕੇ ਕਿੰਦਰ ਕਰਾ ਦੇ ਦੂਸਰੇ ਨਾਲ ਸੈਟਿੰਗ ਮੈਂ ਤਾਂ ਕਹਾ ਇੰਡੀਆ ਨੂੰ ਬਾਏ ਬਾਏ ਟਫਰ ਤੇਰਾ ਦਿਮਾਗ ਸੈੱਟ ਆ ਮੁੰਡਾ ਦੇਖਿਆ ਨਹੀਂ ਕੀਤਾ ਨਹੀਂ ਐਵੇਂ ਕਿਵੇਂ ਵਿਆਹ ਕਰਾ ਲੇਂਗੀ ਦੇਖ ਉਹਨੂੰ ਕੀ ਹੈ 6 ਫੁੱਟ ਨਹੀਂ ਤੇ 5 ਦਾ ਹੋਊਗਾ ਜ਼ਿਆਦਾ ਸੋਹਣਾ ਨਹੀਂ ਤੇ ਘੱਟ ਹੋਊਗਾ ਕਿੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਤਾਂ ਬਸ ਬਾਹਰ ਜਾਣਾ ਓਕੇ ਤੇਰਾ ਫੰਡਾ ਤਾਂ ਬੜਾ ਕਲੀਅਰ ਆ ਚੱਲੀ ਮੇਰੇ ਨਾਲ ਪਿੰਡ ਮੇਰਾ ਤਾਂ ਕੀ ਹੋਣਾ ਤੈਨੂੰ ਸੈੱਟ ਕਰਾ ਦਾਂਗੇ ਹਾਂ ਮੈਂ ਤਾਂ ਕਹਿੰਦੀ ਤੂੰ ਵੀ ਹਾਂ ਕਰਦੀ ਕਿੱਠੀਆਂ ਜਾਵਾਂਗੀ ਅੰਬਾਰ ਕਿੰਦਰ ਤੇਰਾ ਮਨ ਲਾ ਕੇ ਰੱਖਿਆ ਕਰੇਗੀ ਲੈ ਹੁਣੇ ਤੇਰੀ ਸਿਫਾਰਿਸ਼ ਕਰ ਦੇਣਾ ਕਿੰਦਰ ਕੋਲੇ
गुड आफ्टरनून सर। गुड आफ्टरनून, सत श्रीकाल बेटा। के गल, बाहर बैठे धुपा पैसे कने हो? कदे अंदर जाके लाइब्रेरी दिया ठंडका भी मान लिया करो बेटा। बस जाई रहे सी डैड। सब किंदर कहती सी के चल छड़ो। शर्मांदे का यो पुत्र, दसो ना के गल है। नहीं डैडी, एक कहती सी जेकर किंदर ले कोई एनआरआई मुंडा ढूंढे ते किंदर डैडी हाँ कहेंगे। नॉटी, बड़ा नॉटी है संदा किंदर पुत्र। ओए देसी होवे भावे एनआरआई, असानु कोई फर्क नहीं पैंदा, पर लबड़ा तुसानु आप ही पैना, असा दे कोल टाइम है नी है। किस हाय नी किंदरे, काश मेरे पापा भी तेरे पापा वर्गे हुंदे ते हिस्ट्री पढ़ांदे हुंदे। सुन, तेनु मुंडा पसंद आए ना आए, अपनी पक्की हाँ है। चल तू भी की याद रखेगी, ले चल दिया तेनु पेंड, अगे तेरे पागल अच्छी है। सो नाइस ऑफ यू। हुण देखी किंदर दा निशाना, जे जांदा यू केवल ना फुणता दा सानू किंदर की ने कहना। वाह, क्या पंजाबी बोल लिया, फुणता। तैनू की लगता दिशो मंजू? की कह सकते हैं, पहली बारी तो मिले है हले। थोनू ना पहले कितने देखा लगता है। मी? यस। माता जी तो पहली बारी इंडिया आया है। ओके। हाँ, मे बी थोड़ी सोच ने मेरी पिक्चर बना ली होए। जी तो क्या ना जी? वेरी फनी। कितने हो? गिलनादे। गिलनादे? ਜਿੱਦਾਂ ਗਿਲਫਰਡ ਸਟਰੀਟ ਹੈ ਲੰਡਨ 'ਚ, ਸਾਡੇ ਸਰਕਲ ਦੇ ਲੋਕ ਗਿੱਲਾਂ ਦੀ ਬੀਹੀ ਕਹਿੰਦੇ ਆ ਜਿੱਦਾਂ। ਓਹੋ, ਲੰਡਨ ਰਹਿੰਦੇ ਹੋ ਯੂ ਮੀਨ? ਯਾ। ਕਿੰਦਨ ਦਾ ਜੀ, ਥੜੀ ਪੱਗ ਸੋਹਣੀ ਲੱਗੀ ਹੈ। ਓਵੇ, ਬਾਈ ਦਾ ਵੀ ਕਿੰਦੜ ਕੌਣ ਆ? ਮੈਂ ਤੁਹਾਡੇ ਸਾਹਮਣੇ। ਓ ਇਸ ਆਰ ਯੂ? ਕਿਤੇ ਤੁਹਾਡਾ ਨਾਂ ਆ ਕਿੰਦੜ? ਓ ਮੈਂ ਲਾਈਕ ਕੀਤਾ ਯਾ ਕਿਤੇ, ਬਹੁਤ ਸੋਹਣਾ ਨਾਮ ਆ ਕਿੰਦੜ, ਪਰ ਕਿਤੇ ਤੁਸੀਂ ਮਾਈਂਡ ਨਹੀਂ ਕਰਦੀ ਤਾਂ ਮੈਂ ਕਿੰਦੜ ਦੀ ਥਾਂ ਤੇ ਤੁਹਾਨੂੰ ਕਿੰਦੀ ਕਹਿ ਸਕਦੇ ਹਾਂ। ਤੁਸੀਂ ਕਿੰਡੀ ਕਹੋ ਚਾਹੇ ਪਿੰਡੀ, ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਕੁਝ ਕਹੋ। ਤੁਹਾਡਾ ਨਾਮ ਕੀ ਹੈ? ਡੀਜੇ। ਕੰਮ ਨਹੀਂ, ਨਾਮ ਨਹੀਂ ਕਿਤੇ, ਮੇਰੇ ਨਾਮ ਹੈ ਡੀਜੇ, ਦਲਜੀਤ ਤੋਂ ਬਣਿਆ ਆ ਡੀਜੇ। ਸੋਹਣਾ ਨਾਮ ਹੈ। ਕਿਤੇ ਬਾਹਰ ਤਾਂ ਏਦਾਂ ਹੀ ਨਾਂ ਰੱਖ ਲੈਂਦੇ, ਜਿੱਦਾਂ ਡੀਜੇ, ਐਜੇ, ਐਸਜੇ, ਕਿੱਦਾਂ ਕਿਸੇ ਨੂੰ ਕੁਛ ਵੀ ਚੰਗਾ ਲੱਗਦਾ ਉਹੀ ਕਿਤੇ ਨਾਮ ਰੱਖ ਲੈਂਦਾ ਹੀ ਹੈ। ਸੋਹਣਾ ਨਾਮ ਹੈ ਸਾਡਾ ਤਾਂ, ਕਿੱਦਾਂ ਨਾਮ ਹੀ ਸੋਹਣਾ ਹੀ ਹੈ। ਕਿੰਦਰ ਤਾਂ ਕਿੱਦਾਂ ਸਾਰੀ ਬੜੀ ਸੋਹਣੀ ਹੈ। ਥੈਂਕ ਯੂ। ਜਿੱਦਾਂ ਮੈਂ ਪੰਜਾਬ ਦੇਖਣਾ ਮੰਗਦਾ ਹਾਂ। ਮੰਗਣ ਦੀ ਕੀ ਲੋੜ ਆ, ਆ ਜਿਹੜਾ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਨਾ, ਆਹੀ ਪੰਜਾਬ ਹੈ। ਪਰ ਜਿੱਦਾਂ ਇਹ ਐਗਰੀਕਲਚਰ ਆ ਤੇ ਘਰ ਆ, ਮੈਂ ਤਾਂ ਪੰਜਾਬ ਦਾ ਪਿਓਰ ਕਲਚਰ ਵੇਖਣਾ ਮੰਗਦਾ ਹਾਂ। ਓ ਓਕੇ, ਯੂ ਮੀਨ ਜਿੱਦਾਂ ਕਿ ਗੱਜੇ, ਜੋਬਾਂ ਕਰਦੇ ਨਾ, ਹਾਰਡ ਵਰਕ ਕਰਨਾ ਪੈਂਦਾ ਆ, ਕਿੱਦਾਂ ਟਰਾਲਾ ਚਲਾਉਂਦਾ ਆ, ਸਟੀਅਰਿੰਗ ਨਾਲ ਹੱਥ ਹਾਰਡ ਹੋਏ ਆ, ਕਿੱਦਾਂ ਹੱਥ ਹੀ ਸਖਤ ਆ, ਦਿਲ ਤਾਂ ਨਰਮੇ ਹੀ ਆ, ਸਪੰਜ ਵਰਗਾ। ਕਿੰਦਰ ਨੇ ਵੀ ਹੁਣ ਪਾਣੀ ਬਣ ਕੇ ਸਪੰਜ ਸਮਾ ਜਾਣਾ। ਉਹ ਇਦਾਂ ਨਾ ਕਰ, ਕਿੱਦਾਂ ਮੈਂ ਕੋਠਿਓਂ ਛਾਲ ਮਾਰ ਦੇਣੀ ਆ। ਕਿੱਦਾਂ ਛਾਲ ਤੁਸੀਂ ਮਾਰਨੀ ਆ, ਮਾਰ ਕਿੰਦਰ ਨੇ ਜਾਣਾ। ਅਸੀਂ ਤੁਹਾਡੇ ਕਾਲਜ 'ਚ ਆ ਸਕਦੇ ਹਾਂ ਜਿੱਦ ਗੈਸਟ ਟਾਈਪ? ਕਾਲਜ? ਯਾ। ਜ਼ਰੂਰ ਆਇਓ ਕਾਲਜ, ਪਰ ਇੱਕ ਰਿਕੁਐਸਟ ਹੈ, ਨਾ ਨਾ ਕਰਿਓ। ਲੈ, ਰਿਕੁਐਸਟ ਕਰਕੇ ਸਾਡੀ ਬੇਇੱਜ਼ਤੀ ਨਾ ਕਰੋ, ਆਪ ਜੀ ਹੁਕਮ ਕਰੋ। ਮੈਂ ਨਾ, ਮੈਂ ਆਪਣੇ ਦੋਸਤਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ, ਜਦੋਂ ਤੁਸੀਂ ਮੈਨੂੰ ਮਿਲਣ ਲਈ ਆਇਓ ਤਾਂ ਗੱਡੇ 'ਤੇ ਆਇਓ।
ਗੱਡਾ ਗੱਡੇ ਤੇ ਹੁਣ ਤੁਸੀਂ ਨਾ ਕਹੋਗੇ ਨਾ ਨਹੀਂ 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 I love ਗੱਡਾ ਰੀਲੀ ਯਾ ਗੱਡਾ ਗ੍ਰੇਟ ਗੱਡਾ ਗੱਡਾ ਜੀ ਕਿਤੋਂ ਮਿਲੂ ਤਾਂ ਹੀ ਆਏਗਾ ਬਲੈਤੀਏ ਕੀ ਲੋੜ ਸੀ ਆਮੀ ਭਰਨ ਦੀ ਕੁੜੀ ਖੇਡਾਂ ਕਰਦੀ ਆ ਸਾਡੇ ਨਾਲ ਕਰਦੇ ਆ ਕੁਝ ਗਾਲ ਉਹ ਯਾਰ ਗੱਡੇ ਤੇ ਕੱਲ ਜਾ ਕੇ ਜਲੂਸ ਕਢਾਉਣਾ ਸੀ ਗੱਡੇ ਬਿਨਾ ਪਤਾ ਨਹੀਂ ਕਿਹੜਾ ਗੱਡਾ ਆੜਿਆ ਖੜਾ ਯਾਰ ਉਹਦਾ ਪਰਖਦੀ ਆ ਸਾਨੂੰ ਜੱਟ ਨੇ ਵੀ ਫੇਲ ਨਹੀਂ ਹੋਣਾ ਨਾਲੇ ਮੇਰਾ ਕੰਮ ਤਾਂ ਹੋ ਗਿਆ ਤੂੰ ਬੜਾ ਔਖਾ ਹੈ ਤੂੰ ਨਿਕਲ ਜਾ ਕਰ ਆਪਣਾ ਕੰਮ ਅੱਛਾ ਐ ਵਿਚਾਲੇ ਛੱਡ ਕੇ ਕਿਵੇਂ ਨਿਕਲ ਜਾ ਯਾਰੀ ਪਗਾਉ ਪੂਰੀ ਮੈਨੂੰ ਪਤਾ ਹੈ ਤੂੰ ਕਿਹੜੀ ਯਾਰੀ ਨਿਭਾਉਣ ਦੀ ਗੱਲ ਕਰ ਰਿਹਾ ਫਿਰ ਮੁੜਨ ਨੂੰ ਕਿਉਂ ਕਹਿੰਦਾ ਹੈ ਸਮਝੀਦਾ ਹੁੰਦਾ ਵੀਰੇ ਤੇਰੇ ਵੀ ਤੋਤੇ ਉੱਡ ਗਏ ਵੀਰੇ ਬਸ ਕਿੰਡੀ ਨੇ ਦਿਲ ਚ ਫੂਕੀ ਐਸੀ ਮਾਰੀ ਦਿਲ ਦੇ ਤੋਤੇ ਫੁਰ ਇਹ ਕਿਹਨੂੰ ਕਿਹਾ ਬਈ ਤੂੰ ਧਾਰਾਂ ਲੈਣੀਆਂ ਹੈ ਮੁਨੀ ਵੀਰੇ ਆ ਜਾ ਬਹਿ ਜਾ ਅਸੀਂ ਤੇਰੇ ਵਾਂਗੂ ਬੋਲਣ ਦੀ ਪ੍ਰੈਕਟਿਸ ਕਰਦੇ ਪਏ ਆ ਜਿੱਦਾਂ ਅਸੀਂ ਪੰਜਾਬ ਆਏ ਆ ਕੁਝ ਸਿੱਖ ਕੇ ਜਾਣਾ ਮੰਗਦੇ ਆ ਇਹ ਤਾਂ ਸਿਆਣੀ ਗੱਲ ਹੈ ਬਈ ਨਾ ਇਹ ਤਾਂ ਕਿਦਾਂ ਕਮਲੀਆਂ ਵੀ ਬਹੁਤ ਮਾਰਦਾ ਆ ਇਹ ਕਹਿੰਦਾ ਮੈਂ ਗੱਡੀ ਤੇ ਕਿਦਾਂ ਸ਼ਹਿਰ ਜਾਣਾ ਮੰਗਦਾ ਆ ਇਹ ਕਹਿੰਦਾ ਗੱਡਾ ਮਿਲਦਾ ਕਿੱਥੇ ਆ ਹੁਣ ਇਹ ਕਹਿੰਦਾ ਕਿਦਾਂ ਮੋਣੀ ਨਹੀਂ ਜਿਗਾੜ ਕਰ ਦੇਣਾ ਆ ਇਹ ਕਹਿੰਦਾ ਮੋਣੀ ਨੂੰ ਕਹਿਣਾ ਤਾਂ ਐ ਆ ਜਿੱਦਾਂ ਛੋਟੇ ਦੇ ਘਰੋਂ ਲੱਸੀ ਮੰਗਣਾ ਦੀ ਗੱਲ ਆ ਅੱਛਾ ਕਿੰਨੇ ਗੱਡੇ ਚਾਹੀਦੇ ਇੱਕ ਕਦ ਸਵੇਰੇ ਸ਼ਿੰਗਾਰਿਆ ਮਿਲੂ ਬਲਦਾਂ ਦੇ ਨਾਲ ਬੋਲ ਲੈ ਇਹ ਤਾਂ ਕਿਦਾਂ ਗੱਲ ਬਣ ਗਈ ਆਪਣੀ ਆਏ ਕਿਵੇਂ ਬਣ ਗਈ ਗੱਲ ਮੇਰੀ ਸਕਾਚ ਆ ਲੈ ਸਕਾਚ ਦੀ ਕਿਹੜੀ ਗੱਲ ਬੋੜੀਆਂ ਪੜ ਦੇਣੀਆਂ ਤੈਨੂੰ ਸਕਾਚ ਦੀਆਂ ਫੇਰ ਭਾਵੇਂ ਨਹੀਂ ਚੱਲੀ ਲੈ ਫੇਰ ਬਣ ਗਈ ਗੱਲ ਰੱਬ ਨੇ ਦਿੱਤੀਆਂ ਗਾਜਰਾ ਵਿੱਚ ਹੀ ਰੰਬਾ ਰੱਖ ਤੈਨੂੰ ਆ ਵੀ ਆਉਂਦਾ ਕਿੱਦਾਂ ਮਜੇ ਟੰਗ ਤੇ ਕਿੱਦਾਂ ਸਭ ਦੀ ਸੇਮ ਹੀ ਆ ਹੱਸੀ ਬਾਅਦ ਚ ਪਹਿਲਾਂ ਗੱਡਾ ਕਾਲ ਕਰ ਠੀਕ ਹੈ ਕਾਲ ਕਰ ਠੀਕ ਹੈ ਦਿਸ਼ੂ ਜੇ ਤੂੰ ਹੁਣ ਮੈਰਿਜ ਡਿਸੀਜਨ ਹੀ ਲੈਂਗੀ ਤੇ ਕਿੰਦੇ ਪੁੱਛਣਾ ਚਾਹੁੰਦੀ ਹੈ ਫੇਰ ਕਦੋਂ ਲੈਂਗੀ ਤੂੰ ਮੈਰਿਜ ਨੂੰ ਕੀ ਪੀਐਚਡੀ ਦੀ ਡਿਗਰੀ ਬਣਾਈ ਫਿਰਦੀ ਆ ਕਿੰਦੇ ਯੂ ਕੈਨ ਕੋ ਮੀ ਕਿੰਦੀ ਵਾਟ ਯੂ ਕਿਉਂ ਆਨੇ ਨੇ ਖਿਆਨ ਨਾ ਉਹ ਤੇਰੀ ਪਹਿਲੀ ਮੁਲਾਕਾਤ ਹੀ ਨਹੀਂ ਅੱਗੇ ਨਿਕਲ ਗਏ ਤੇਰਾ ਕੁਝ ਨਹੀਂ ਹੋਣਾ ਕਿੰਦਰ ਮੇਰੇ ਜੀ ਫਰੈਂਡ ਨੇ ਨਾ ਹੋਣ ਵੀ ਨਹੀਂ ਦੇਣਾ ਕੀ ਲੋੜ ਸੀ ਗੱਡੀ ਦੀ ਸ਼ਰਤ ਰੱਖਣ ਵਾਸਤੇ ਨਾ ਉਹਨਾਂ ਨੂੰ ਗੱਡਾ ਮਿਲੇ ਤੇ ਨਾ ਉਹਨਾਂ ਨੇ ਆਉਣਾ ਆਹੀ ਤਾਂ ਮੈਂ ਚਾਹੁੰਦੀ ਆ ਕਿ ਉਹਨਾਂ ਨੂੰ ਗੱਡਾ ਨਾ ਮਿਲੇ ਤੇ ਉਹ ਨਾ ਆਉਣ ਇਹਨੇ ਚੰਗੇ ਮੁੰਡੇ ਹੱਥ ਚ ਨਿਕਲ ਜਾਣੇ ਆ ਉਹ ਰਹਿੰਦੇ ਵਾਓ ਗ੍ਰੇਟ ਨਿਕਲ ਜਾਣੇ ਸੀ ਕੀ ਹੋਇਆ ਉਧਰ ਦੇ ਉਧਰ ਦੇ ਓ ਗੋਡ ਬੰਦੇ ਤਾਂ ਬੜੇ ਟੀਟ ਹੈ ਟੀਟ ਨਹੀਂ ਕਮਿਟਡ ਯੂਕੀ ਦੇ ਮੁੰਡੇ ਕਮਿਟਡ ਆ ਸ਼ਰਮ ਰੁਕ 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 ਓਏ ਆ ਕੀ ਆ ਬਈ ਹੈਲੀਕਾਪਟਰ ਹੈ ਦਿਸਦਾ ਨਹੀਂ ਗੱਡਾ ਓਏ ਉਹ ਤਾਂ ਮੈਨੂੰ ਪਤਾ ਹੈ ਪਰ ਅੰਦਰ ਕਿਵੇਂ ਆ ਚਲਾ ਕੇ ਲੈ ਕੇ ਆਏ ਆ ਧੱਕਾ ਦੇ ਕੇ ਤਾਂ ਨਹੀਂ ਲੈ ਕੇ ਆਏ ਦੱਸ ਮੈਂ ਅੱਗੇ ਨਹੀਂ ਜਾਣਨੇ ਇਹਨੂੰ ਪਾਰਕਿੰਗ ਲਾ ਕੇ ਆਓ ਗੱਡਾ ਪਾਰਕਿੰਗ ਚ ਲਈਦਾ ਹੁੰਦਾ ਵੀਰ ਜੀ ਵੀਰ ਜੀ ਤੁਸੀਂ ਫਿਕਰ ਨਾ ਕਰੋ ਕੋਈ ਗੜਬੜ ਨਹੀਂ ਹੋਏਗੀ ਪ੍ਰੋਫੈਸਰ ਚਾਵਲਾ ਦੇ ਗੈਸਟ ਨੇ ਉਹ ਤਾਂ ਠੀਕ ਹੈ ਜੀ ਜੇ ਬਾਲਦਾਂ ਦੇ ਅੰਦਰ ਗੰਦ ਪਾਤਾ ਚੱਕੂ ਕੌਣ ਆ ਬਾਲਦਾਂ ਦੇ ਕਿੱਦਾਂ ਹੁਣ ਡਾਇਪਰ ਲਾ ਦਈਏ ਬਾਲਦ ਕਿੱਦਾਂ ਤੁਹਾਨੂੰ ਗੰਦ ਪਾਉਂਦੇ ਦੁੱਖ ਦੇ ਇੱਥੇ ਇੰਡੀਆ ਦੇ ਵਿੱਚ ਮੈਂ ਦੇਖਿਆ ਜਾਂ ਕਿੱਦਾਂ ਲੋਕਾਂ ਨੇ ਕੰਧਾਂ ਨਾਲ ਖੜ ਖੜ ਕੇ ਕੰਧਾਂ ਦੇ ਪਲਸਤਰ ਝਾੜਿਓ ਆ ਹੇ ਸਤਿ ਸ਼੍ਰੀ ਅਕਾਲ ਹਾਈ ਦਿਸ਼ਾ ਜੀ ਜਿੱਦਾਂ ਅਸੀਂ ਥੱਲੇ ਆ ਜੀ ਨਾਈਸ ਰਹੂਗਾ ਯੈਸ ਯੈਸ ਆਫ ਕੋਰਸ ਪਲੀਜ਼ ਚਲੀ ਜੀ ਹੈਲੋ ਗੱਡਾ ਯੋ ਕੇ ਸੀ ਦੋ ਬਲਦਾ ਆਣਾ ਕਿ ਸਿੰਗਲ ਵਾਲਾ ਚਾਹੀਦਾ ਸੀ ਪੈਸੇ ਐਡੀ ਵੀ ਗੱਲ ਨਹੀਂ ਮੈਂ ਤਾਂ ਜੀ ਟੋਟਲੀ ਇੰਪ੍ਰੈਸ ਹੋ ਗਈ ਇਹ ਗੱਡੇ ਵਾਲੀ ਗੱਲ ਤੋਂ ਕਿੱਥੋਂ ਲੈਂਦਾ ਤੁਸੀਂ ਅਜੇ ਤਾਂ ਜੀ ਕਿੱਦਾਂ ਬੜੇ ਤੱਕੇ ਖਾ ਖਾ ਮਿਲਿਆ ਆ ਪਹਿਲੇ ਤਾਂ ਅਸੀਂ ਮਿੰਤਾਂ ਕੀਤੀਆਂ ਗੱਡੇ ਵਾਲੇ ਦੀਆਂ ਫੇਰ ਕਿਤੇ ਬੋਲਦਾਂ ਦੇ ਪੈਰੀ ਪਏ ਜਾ ਕੇ ਜੀ ਫੇਰ ਕਿਤੇ ਗੱਲ ਬਣੀ ਆ ਪਰ ਉਹ ਕਹਿੰਦੇ ਹੁੰਦੇ ਆ ਨਾ ਜੀ ਕਿ ਇਸ਼ਕ ਮਿੰਤਹਾਨ ਛੋਟਾ ਕਿਆ ਔਰ ਵੱਡਾ ਕਿਆ ਆਪਕੇ ਲਈ ਤਾਂ ਬੰਬੂ ਕਾਟ ਹਾਜ਼ਰ ਹੈ ਇਹ ਗੱਡਾ ਕਿਆ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀ ਤੁਸੀਂ ਤਾਂ ਦਿਲ ਨੂੰ ਹੀ ਲਾ ਗਏ ਯੂ ਰਾਈਟ ਜਿਹਦਾ ਕਿ ਅਸੀਂ ਦਿਲ ਨੂੰ ਲਾ ਲਈ ਤੇ ਦਿਲ ਨੂੰ ਲੱਗੀ ਸਿੱਧਾ ਤੁਰ ਤੱਕ ਜਾਂਦੀ ਆ ਓਹੋ ਬੜੇ ਰੱਟੇ ਲਾਈਨੇ ਡਾਇਲੌਗਸ ਦੇ ਟੈਲ ਮੀ ਸਮਥਿੰਗ ਅੱਜ ਕੀ ਕੋਈ ਕੋਚਿੰਗ ਲੈ ਰਹੇ ਹੋ ਹੇ ਨੋ 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 ਪਿਆਰ ਦੀ ਤਾਂ ਇੱਕੋ ਇੱਕ ਹੀ ਪੜ੍ਹਾਈ ਆ ਜਿਹੜੀ ਬੰਦੇ ਨੂੰ ਆਪ ਸਿੱਖਣੀ ਪੈਂਦੀ ਆ ਓ ਗੈਟ ਇਟ ਇਹ ਕੀ ਹੋ ਰਿਹਾ ਹੈ ਕੌਣ ਦਬਖਤ ਲੈ ਕੇ ਹੈ ਬੈਲ ਗੱਡੀ ਡੈਡੀ ਜੀ ਯੂਕੇ ਵਾਲੇ ਆ ਅਸੀਂ ਬੁਲਾਏ ਨੇ
ਇਹ ਦੋ ਨੇ ਪੁੱਤਰ ਤੂੰ ਸਾਲਾ ਕਿਹੜਾ ਹੈ ਪਾਗ ਵਾਲਾ ਸੋਨਾ ਡੀਜੇ ਮੇਰੇ ਡੈਡੀ ਹਾਈ ਡੈਡ ਕੀ ਸਤਿ ਸ਼੍ਰੀ ਅਕਾਲ ਬੇਟਾ ਗੱਡੇ ਤੇ ਕਿਉਂ ਆਏ ਜੇ ਅੰਕਲ ਕਿੱਦਾਂ ਸੀ ਮਹਿੰਗੀਆਂ ਗੱਡੀਆਂ ਦੀ ਸਟੇਅਰਿੰਗ ਤੇ ਗੇਅਰਾਂ ਤੋਂ ਤੰਗ ਆਏ ਹੋ ਜਸਟ ਫॉर ਚੇਂਜ ਯੂ ਨੋ ਵੈਸੇ ਵੀ ਅਸੀਂ ਕਿਤੇ ਪੰਜਾਬ ਦੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਬਹੁਤ ਅੱਛੇ ਵੈਸੇ ਪੈਟਰੋਲ ਵੀ ਮਹਿੰਗਾ ਹੋ ਗਿਆ ਨਾ ਤੁਸੀਂ ਕਰੋ ਗੱਪਸ਼ਪ ਮੈਂ ਚੱਲਦਾ ਵੈਸੇ ਕਾਕਾ ਬਹੁਤ ਸੋਹਣਾ ਹੈ ਅੱਛਾ ਅੰਕਲ ਕਿਦਾਂ ਅੰਕਲ ਮੇਰੇ ਬਾਰੇ ਗੱਲ ਕਰਨ ਲੱਗੇ ਹਾਂਜੀ ਅੱਛਾ ਦੱਸੋ ਕੀ ਪੀਓਗੇ ਚਾਹ ਕਾਫੀ ਵਗੈਰਾ ਕੁਝ ਤੁਸੀਂ ਦੱਸੋ ਜਿੱਦਾਂ ਪਹਿਲਾਂ ਰਾਈਡ ਲੈਣੀ ਆ ਗੱਡੇ ਦੀ ਰਾਈਡ ਗੱਡਾ ਲਿਆਂਦਾ ਆ ਠੀਕ ਹੈ ਜੇ ਰਾਈਡ ਦੇਣੀ ਆ ਤਾਂ ਇੱਕ ਸ਼ਰਤ ਹੈ ਹੁਣ ਕੋਈ ਸ਼ਰਤ ਨਹੀਂ ਰੱਖਣੀ ਆਹ ਤੇ ਹੋਰ ਸ਼ਰਤਾਂ ਕਿਤੇ ਸ਼ਰਤਾਂ ਨਾ ਕਿਤੇ ਪਿਆਰ ਪਿੰਦਾ ਆ ਦੱਸ ਉਹ ਜਿੱਦਾਂ ਤੁਸੀਂ ਕੁਝ ਕਹਿਣਾ ਮੰਗਦੇ ਸੀ ਪੈਟ ਸ਼ਰਤ ਆਲ ਰਾਈਟ ਤੁਸੀਂ ਨਾ ਆਈ ਕਰਿਓ ਕੱਲ ਨੂੰ ਪੂੰਡ ਲੈ ਕੇ ਆਇਓ ਪੂੰਡ ਯਾ ਪੱਬਾ ਪੂੰਡ ਤਿੰਨ ਟਾਇਰਾਂ ਵਾਲਾ ਥ੍ਰੀ ਟਾਇਰਸ ਯੂ نو ਬਲੈਕ ਐਂਡ ਯੈਲੋ ਦੇਸੀ ਕੈਬ ਓਹ ਉਹਦੇ ਤੇ ਰਾਈਡ ਲਵਾਂਗੇ ਓਹ ਯਾ ਓਕੇ ਟਾਈਮ ਡੀਜੇ ਚਲੋ ਲੈਟਸ ਗੋ ਸੌਰੀ ਕਿਦਾਂ ਹੁਣ ਜਾਣਾ ਪੈਣਾ ਹੀ ਆ ਹਾਂ ਸੀ ਯੂ ਚਿਕਾ ਜੀ ਬਾਏ ਫਿਰ ਜਿੱਦਾਂ ਪੂੰਡ ਤੇ ਮਿਲਦੇ ਹਾਂ ਯਾ ਓਕੇ ਸੀ Let's go, Baba Ji. ਵੈਸੇ ਮੈਂ ਸਾਹ ਲਾੜੇ ਨਾ ਤੇਲਾਂ ਚ ਤੇਲ ਹੈ ਨਹੀਂ ਕੱਲ ਨੂੰ ਕਹੋਗੇ ਰੇਲ ਗੱਡੀ ਤੇ ਆ ਜਾ ਕਿੱਥੋਂ ਲੈਣਾ ਵਿਛਾਉਂਦੇ ਫਿਰਾਂਗੇ ਇੱਥੇ ਹੁਣ ਤਾਂ ਆਪਾਂ ਨੂੰ ਪੰਡੂਬੀ ਚ ਆਉਣ ਨੂੰ ਕਵੇ ਮੈਂ ਤਾਂ ਲੈ ਕੇ ਆਉਂਗਾ ਬਾਏ ਯੇ ਆਈ ਲਵ ਯੂ ਟੂ ਯੇ ਹੋ ਕਰਮਾ ਵਾਲੇ ਪੀਣ ਸਕੋਚਾ ਮਾੜੀ ਗਿਚਗੇ ਦੇ ਸੀਤੇ ਆਹ ਬੜੀਆਂ ਸਬਜ਼ੀਆਂ ਕੱਟੀਆਂ ਜਾ ਰਹੀਆਂ ਵੀ ਬੜੀਆਂ ਤਾਂ ਨਹੀਂ ਇੱਕੋ ਹੀ ਆ ਸਾਗ ਬਣਾਉਣ ਲੱਗੀ ਆ ਰਹਿਣ ਦੇ ਇੰਨੀ ਖੇਚਲ ਨੂੰ ਸਾਦਾ ਜਿਹਾ ਹੀ ਰੱਖ ਕੰਮ ਲੈ ਸਾਗ ਤੋਂ ਥੱਲੇ ਆ ਦੱਸ ਕੀ ਘਾ ਬਣਾ ਦਿਆਂ ਘਰ ਕੀ ਤਾਂ ਆਪਣੀ ਬੈਠੀ ਆ ਸਾਹ ਕਰਕੇ ਕੱਪੜੇ ਪਾ ਕੇ ਸਾਗ ਚੀਰਦੀਆਂ ਭਾਬੀ ਕੀ ਹਾਲ ਆ ਹਲ ਸਤਿ ਸ਼੍ਰੀ ਅਕਾਲ ਨਹੀਂ ਬੁਲਾ ਹੁੰਦੀ ਕਿਤੇ ਤੂੰ ਸਤਿ ਸ਼੍ਰੀ ਅਕਾਲ ਲਾਈਕ ਕਰਦਾ ਹੈ ਤੇਰੇ ਸਤਿ ਸ਼੍ਰੀ ਅਕਾਲ ਬੁਲਾ ਦੀ ਸਤਿ ਸ਼੍ਰੀ ਅਕਾਲ ਅੰਕਲ ਜੀ ਅੱਛਾ ਇਹ ਮਿੱਠੋ ਭਾਬੀ ਤੇ ਅਸੀਂ ਅੰਕਲ ਹੋ ਗਏ ਹੈ ਇਦਾਂ ਹੀ ਆ ਫੇ ਹੁੰਦਾ ਯਾ ਕਿਦਾਂ ਤੇਰਾ ਹਬੀ ਜੈਲਸ ਹੈ ਲੈ ਕਿਦਾਂ ਹੁਣ ਮਾਰ ਆ ਲਾ ਵੀ ਮੋਣੀ ਪੜਾ ਤੇਰੀ ਸਕਾਚ ਪੈ ਗਿਆ ਕੋਸ਼ਿਆ ਐਸ਼ ਕਰ ਸਤਿ ਸ਼੍ਰੀ ਅਕਾਲ ਜੀ ਓ ਹੈਲੋ ਚਲੋ ਕਰਿਆ ਕਰ ਹੱਥ ਮਲਾਇਆ ਕਰ ਮਾਇਨ ਨਹੀਂ ਕਰੀਦਾ ਹੁੰਦਾ ਅਸ਼ੀ ਨਾਲੇ ਆ ਕੀ ਕਾ ਫੂਜਾ ਕੱਟੀ ਜਾਣੀ ਮੁਰਗਾ ਸ਼ਰਗਾ ਧਰ ਭਰਾ ਆ ਬਾਹਰੋਂ ਆਪਣੇ ਹੈ ਮੈਂ ਆਇਆ ਵੀ ਗਲਾਸੀਆਂ ਲੈ ਕੇ ਹੁਣ ਤਾਂ ਆਪਾਂ ਮਾਦੀ ਗਲਾਸੀ ਨਾ ਵੀ ਲੱਪੇ ਨੇ ਕਿਤੇ ਬੋਕਣ ਵਾਲੀ ਪੀ ਲੈਣੀ ਆ ਓ ਤੇਰੀ ਓ ਇਹਨਾਂ ਦਾ ਬੱਕ ਬਾਰੇ ਵੀ ਪਤਾ ਹੈ ਇੰਟੈਲੀਜੈਂਟ ਨੇ ਵੀ ਮੁੰਡੇ ਹੈ ਸ਼ੇਰਿਆ ਆਪਾਂ ਟੋਰਾਂਟੋ ਚ ਕੋ ਵਧੀਆ ਜੀ ਭਈਆ ਰਾਣੀ ਦੇਖ ਕੇ ਨਾ ਤੇਰੇ ਸ਼ੇਰੇ ਨੂੰ ਕੈਨੇਡਾ ਸੈੱਟ ਕਰ ਦੇਣਾ ਪਹਿਲਾਂ ਆਪ ਤਾਂ ਸੈੱਟ ਹੋ ਜੀ ਹਲੇ ਸੈੱਟ ਹੋਈ ਨਹੀਂ ਸੁਣੋ ਸਾਡੀ ਮਿਸਿਸ ਰੁਪਿੰਦਰ ਗਰੇਵਾਲ ਨੇ ਪਰਮੈਸ਼ ਕੀਤੀ ਹੈ ਕਿ ਉਹਨਾਂ ਨੂੰ ਭੂੰਡ ਦੀ ਰਾਈਡ ਚਾਹੀਦੀ ਹੈ ਵਾਹ 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 ਗੱਲ ਸੁਣੀ ਦੀ ਹੁੰਦੀ ਹੈ ਉਹ ਜਿਗਰ ਮੁਰਾਦਾਬਾਦੀ ਦੇ ਸ਼ੇਰ ਸੁਣਾਉਂਦਾ ਸੀ ਵਾਹ 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 ਗੱਲ ਸੁਣ ਜੀ ਹੁਕਮ ਕਰੋ ਉਹ ਦੇਸ਼ਾ ਜੀ ਨੂੰ ਭੂੰਡ ਚਾਹੀਦਾ ਲੈ ਇਹਦੇ ਜਿਹਨੂੰ ਕੀ ਕਹਿਣਾ ਇਹ ਤਾਂ ਆਪ ਹੀ ਸਵੇਰੇ ਜਾ ਕੇ ਪਾਥੀਆਂ ਚੋਂ ਫੜ ਲਿਆਉਣਾ ਆਪਾਂ ਸਵੇਰ ਕਿਹਨੇ ਦੇਖਿਆ ਓਏ ਹੁਣੀ ਮੰਗਿਆ ਦਾ ਨੇ ਆਪਾਂ ਜੇਰੇ ਭੂੰਡ ਫੜ ਕੇ ਲੈ ਕੇ ਆਓ ਓ ਵਾਲਾ ਭੂੰਡ ਨਹੀਂ ਓਏ ਤਿੰਨ ਟੈਰਾਂ ਵਾਲਾ ਭੂੰਡ ਕਾਲਾ ਪੀਲਾ ਬਲੈਕ ਯੈਲੋ ਸਵਾਰੀਆਂ ਵਾਲਾ ਓਕੇ ਉਹ ਜਿਹਦੇ ਚ ਸਾਲੀ ਸੱਤ ਦੀ ਥਾਂ ਹੁੰਦੀ ਹੈ 70 ਸਵਾਰੀਆਂ ਵਿੱਚ ਬਿਠਾਈਆਂ ਹੁੰਦੀਆਂ ਕਹਿੰਦਾ ਹੋਰ ਬਹਿ ਜਾ ਹੋਰ ਬਹਿ ਜਾ ਅੱਛਾ 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 ਰਾਮੇ ਵਾਲਾ ਭੂੰਡ ਗਾਉ ਫੇਰ ਹੁਣ ਹੁਣੀ ਮੰਗਾ ਦਿੰਦੇ ਆਪਾਂ ਕੀ ਗੱਲ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਹੈਲੋ ਮੋਣੀ ਹੈਲੋ ਮਾਣੀ ਵੀਰਾ ਜਿੰਦਾਬਾਦ ਬੋਲਦਾ ਓਏ ਰਾਮੇ ਮੇਰੇ ਨਾਲ ਰੱਬ ਵਰਗੇ ਵੀਰ ਆਇਆ ਓਏ ਲੰਡਨ ਤੋਂ ਕੌਣ ਆਇਆ ਆਇਆ ਹੋਊਗਾ ਕੋਈ ਆਪਾਂ ਕੀ ਲੈਣਾ ਹਾਂ ਸਾਨੂੰ ਵੀ ਸਾਲਾ ਸਾਹ ਤੁਰਿਆ ਫਿਰ ਉਹਨਾਂ ਨਾਲ ਯਾਰ ਭੂੰਡ ਚਾਹੀਦਾ ਤੜਕੇ ਸਾਜਰੇ ਟਾਈਮ ਸਿਰ ਆ ਜੀ ਪੈਸੇ ਜਿੰਨੇ ਤੂੰ ਕਹੇ ਉਹਨੇ ਆ ਜੀ ਪੱਕਾ ਲਵ ਯੂ ਰਾਮੇ
लावड़ी जे करता तेरा काम सहसान कीता होए साडे काम तू नहीं करने तो होर किने करने आगे क्यों मैं तेरा सीरी लगे होए होर टोनी ब्लेयर दा सीरी रखे हो तू ओए मोहन सिंह नु होए क्या तू किधर रो पौन लगे है तेरे साडे जीरकपुर आई लत्तां भंदू ते दियां लंदन च भी जीरकपुर रहेगी ओ साथियो साथियो काम बन चुका है पूंड दा इंतजाम हो चुका है सो मोनी बीरा जिंदाबाद मोनी बीरा जिंदाबाद मोनी बीरा उठ के देख ली मोनी मोनी होई भैया मोनी बीरा लगा शेट हो गए शरीर दा इस कैश मेनू में कौन ही पाऊगी मोनी पा ने टेंपू मंगाया सी फोन करके ले ओने की टेंपू सिर च मारना है मोनी जिंदाबाद वे मोनी जिंदाबाद वे पूंड की दी मकान जान नु बुलाया मैं पूंड की करना है मेरे कोले अपनी कार है की डक्कर दे ओनु चंगा देख किवे मुश्किल बुलाया सारे घर वे रामिया असी ता कोई टेंपू नहीं मंगाया तैनु एवें खादी पीती च भुलेखा लग गया तू जा जाके आपदा काम कर पैग ता मैं दूरी लाए सी हां वीरे किद्दा पूंड रेडी आ केड़ा पूंडा ओ केनु रात तू फोन ते नहीं सी गल कीती केनु सी कॉलेज लेके जाना या किद्दा ओ तो यार मेरे दिमाग चो निकल गई मोड़ ता मैं ओ शिट हुन हुन ता वीरे ओखा ए तू किद्दा ठीक नहीं कीता यार होर पुला ले सका चे नु किद्दा ए तू यार मार कीती है किद्दा साडे नाल तू पचदी ने पिंडा खाते है तू बंदा है चामा चामा ना का यार पाला देसी हो जांदा यार असी तैनु स्कॉच पिलाई आ की ते तैको आके गलती हो गई पूंड मंगया सी ते तो किद्दा होरे ही चले जांदे चल राती प्रॉमिस कीता सी तू पूंड क्यों तुसी मेनू मखिया लांगू चंबड़े हो आ फट तू दातन कर मैं पूंड लेके आउना फिरे मु तेरा किद्दा बोलदा है तैनु की लगदा लेऊगा चिंता ना कर जिन्नी ओदे नाल कुत्ते खानी होगी ना एदा ता बुढ़ा भी लियाऊ हुण पूंड जे तुसा बोर हो रहे हैं तो नेक्स्ट टाइम पूंड च जिदा एलसीडी लवा देनी है नहीं एक्चुअली मैं ये सोच रही थी कि जिदा पूंड आशका नु पूंड थे आना नहीं अगली शर्त केड़ी है जिदा झिझको ना हुण तां तुसी हो आ जो आ जिदा तुसा कहना ओयो होना अच्छा हाँ जी फिर तुसी कल नु आयो आ जांगे कल्ले हाँ जी कल्ले कल्ले की हो गया कल्ले नु संग लग दिया ला संग नाले दिन तासी जम्मे नहीं जिद्दा तुसी ए दसो अगली सवारी केड़ी चाहिदी आ जो थनु चंगा लगे वेख लो नाल बैना पैना या बैठ जांगी हुन भी त नाल ही बैठी है ना फस गई ठीक है कल सवेरे दी सोचदा जिद्दा वे मैं टल्लियां बजाना आया नी बेजा मेरे सैकल ते वे मैं टल्लियां बजाना आया नी बेजा मेरे छैकल ते सत श्री अकाल जी वेख दे की आ किद्दा बैठो किथे आइथे होर किथे कैरियर किथे आ कैरियर तो जिदा हूँ थोड़े ना ही बनूंगा झटता जे मैं ना बैठा पैना तो पैना आ जिदा मैं गद्दा लेके आया पूंड लेके आया अपनी टर्न आई तो मैं नहीं एडी भी गल नहीं बह जानी हाँ प्रॉमिस जो किया सी दसो दिशा जी केड़ी दिशा च जाना मंगदे आ
लॉन्ग ड्राइव ते बहता गई हां जिथे मर्जी ले चल सदके किदे शक्ल बनाने वाले दी तेरे ही नाल ਮੁੰਡੇ ਤਾਂ ਕੁੜੀਆਂ ਨੂੰ ਕੈਫੇ 'ਚ ਲੈ ਕੇ ਜਾਂਦੇ ਆ ਤੂੰ ਮੈਨੂੰ ਖੇਤਾਂ 'ਚ ਲੈ ਆਇਆ ਕੀ ਕਰੀਏ ਰੂਹ ਤਾਂ ਜਿੱਦਾਂ ਸਾਡੀ ਖੇਤਾਂ 'ਚ ਹੀ ਵਸਦੀ ਆ ਕਮਾਲ ਹੈ ਬਾਹਰ ਰਹਿ ਕੇ ਵੀ ਖੇਤਾਂ ਨਾਲ ਇੰਨਾ ਪਿਆਰ ਚੱਟਾਂ ਨੂੰ ਤਾਂ ਖੇਤ ਤੇ ਲੋਟ ਆਉਂਦੇ ਆ ਲੋਟ ਬਾਹਰ ਰਹਿੰਦੇ ਹੋਏ ਵੀ ਕਿੰਨਾ ਦੇਸੀ ਬੋਲਦਾ ਕੀ ਹੋਇਆ ਜੇ ਅਸੀਂ ਪੰਜਾਬ 'ਚ ਨਹੀਂ ਰਹਿੰਦੇ ਕਿਤੇ ਦਿਲ ਤਾਂ ਸੱਟਾ ਪੰਜਾਬੀ ਹੋਈ ਆ ਸ਼ੁਕਰ ਆ ਇੱਥੇ ਨਹੀਂ ਰਹਿੰਦਾ ਨਹੀਂ ਤਾਂ ਇੱਥੋਂ ਦੇ ਮੁੰਡੇ ਇੰਨੇ ਵਿਗੜੇ ਨੇ ਕਿ ਆਪਣਾ ਹਨੀਮੂਨ ਵੀ ਬੰਬੀ ਤੇ ਮਨਾ ਸਕਦੇ ਨੇ ਬੁਰਾ ਨਾ ਮਨਾਇਓ ਆਈਡੀਆ ਗੋਟਿਆ ਤੁਹਾਡਾ ਜਿੱਦਾਂ ਮੈਂ ਵੀ ਮਨਾਉਣਾ ਮੰਗਦਾ ਬੰਬੀ ਤੇ ਹਨੀਮੂਨ ਫਿਰ ਤੂੰ ਆਏ ਕਰੀ ਯੂਕੇ ਵੀ ਕੋਈ ਬੰਬੀ ਲੱਭ ਲਈ ਤੇ ਜਿਹਦੇ ਨਾਲ ਵਿਆਹ ਕਰੇਗਾ ਉਹਨੂੰ ਲੈ ਜਾਈ ਉੱਥੇ ਜਿਹਦੇ ਨਾਲ ਮਤਲਬ ਤੂੰ ਹੀ ਹਾਮੀ ਭਰ ਦੇ ਕਾਹਦੇ ਲਈ ਉਹ ਬੰਬੀ ਤੇ ਹਨੀਮੂਨ ਜਿੱਦਾਂ ਵਿਆਹ ਕਿੰਨਾ ਟੀਟ ਹੈ ਸਿੱਧਾ ਹੀ ਕਹੀ ਜਾਣਾ ਬਿੰਗ ਬਲ ਜੇ ਪਾਉਣੇ ਨਹੀਂ ਆਉਂਦੇ ਯਾਰਾਂ ਨੂੰ ਦਿਲ ਦੀ ਗੱਲ ਸਿੱਧੀ ਕਹੀਦੀ ਆ ਅਸੀਂ ਕਹਿਤੀ ਆ ਆਪ ਜੀ ਦੱਸੋ ਸੋਚਾਂਗੇ ਚਲੋ ਸੋਚਣ ਤੱਕ ਤਾਂ ਪਹੁੰਚੇ ਗੁਹਾਰਿਆਂ ਦਾ ਪਤਾ ਲੱਗ ਜਾਂਦਾ ਫਿਰ ਤਾਂ ਜੀ ਕਿਸੇ ਨੂੰ ਕਹਿ ਕਹਾ ਕੇ ਸਾਰੇ ਸਾਈਨ ਬੋਰਡ ਉਤਰਵਾ ਦੋ ਤੇ ਗੁਹਾਰੇ ਫਿੱਟ ਕਰਵਾ ਦੋ ਹਿਊਮਰ ਸੈਂਸ ਗੁੱਡ ਹੈ ਜੀ ਬਾਈ ਇਹ ਮੇਰਾ ਕਜ਼ਨ ਹੈਗਾ ਜੀ ਮਿੰਟੂ ਮਿੰਟੂ ਹਾਂ ਜੀ ਮਿੰਟੂ ਇਜ਼ ਮਾਈ ਹਾਊਸ ਨੇਮ ਐਕਚੁਅਲੀ ਪਰਮਨੈਂਟ ਨੇਮ ਇਜ਼ ਮਹਿੰਦਰਪਾਲ ਸਿੰਘ ਲੋਟਸ ਆਫ ਹੈਪੀ ਵਿਦ ਯੂ ਇਨ ਫਰੰਟ ਆਫ ਯੂ ਗੁੱਡ ਜੀ ਥੈਂਕ ਯੂ ਅਸੀਂ ਐਕਚੁਅਲੀ ਇੰਡੀਆ ਇਹਦੇ ਵਿਆਹ ਲਈ ਆਇਆ ਓ ਕੰਗ੍ਰੈਚੁਲੇਸ਼ਨ ਇਹ ਤਾਂ ਹੈ ਜੀ ਜੀ ਆਇਆਂ ਨੂੰ ਜੀ ਪਹਿਲਾਂ ਆਪਾਂ ਕੁਝ ਖਾ ਪੀ ਲਈਏ ਫੇਰ ਬਹਿ ਕੇ ਗੱਲ ਕਰਦੇ ਆ ਪਲੀਜ਼ 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 ਯੂ ਵਿਲ ਵਿਜ਼ਿਟ ਅਸੀਂ ਠੀਕ ਆ ਲੈ ਅਸੀਂ ਕਦੋਂ ਕਿਹਾ ਤੁਸੀਂ ਗੱਲ ਤੋਂ ਤੁਹਾਨੂੰ ਰਾਈਟ ਲੱਗੇ ਤਾਂ ਆਪਣੀ ਗਰਲ ਨਾਲ ਮਿਲਵਾ ਦਿਓ
very simple. Right, Jaji, you're good. ਕੁੜੀ ਦੇ ਕਾਲਜ ਵਿੱਚ ਬਿਜ਼ੀ ਹੋਣ ਕਰਕੇ ਉਹ ਆ ਨਹੀਂ ਸਕੀ ਹੈ ਆਪਾਂ ਛੇਤੀ ਦੂਜੀ ਮੀਟਿੰਗ ਰੱਖਾਂਗੇ ਨੋਟ ਪ੍ਰੋਬਲਮ ਵੀ ਕਮ ਅਗੇਨ ਐਂਡ ਅਗੇਨ ਪਰ 30 ਡੇਜ਼ ਓਨਲੀ ਇਨ ਇੰਡੀਆ ਓ ਆਈ ਸੀ ਐਕਚੁਅਲੀ ਸਾਡੀ ਮਨਸਾ ਤੇ ਸੰਗਰੂ ਵੀ ਗੱਲ ਚੱਲਦੀ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਿੰਟ ਦਾ ਵਿਆਹ ਤੁਹਾਡੀ ਕੁੜੀ ਨਾਲ ਹੋਵੇ ਆਈ ਥਿੰਕ ਸ਼ੀ ਇਜ਼ ਸੋ ਪ੍ਰੀਟੀ ਆਈ ਲਵ ਹਰ ਪਿਕ ਆਈ ਅਸੀਂ ਉਹਨੂੰ ਪਿਕ ਕਰਨਾ ਚਾਹੁੰਦੇ ਹਾਂ ਲਵਲੀ ਇਜ਼ ਦ ਬਿਊਟੀ ਯੂਅਰ ਗਰਲ ਇਜ਼ ਤੁਹਾਡਾ ਘਰ ਬਹੁਤ ਸੋਹਣਾ ਬਿਊਟੀਫੁਲ ਹਾਊਸ ਬਸ ਆਹੀ ਦੇਖਣ ਆਏ ਸੀਗੇ ਜੀ ਮੇਰਾ ਮਤਲਬ ਅਸੀਂ ਇੱਦਾਂ ਦੀ ਬਣਾਉਣੇ ਚਾਹੁੰਦੇ ਹਾਂ ਬਹੁਤ ਸਾਰੇ ਘਰ ਕੈਨੇਡਾ ਦੇ ਵਿੱਚ ਨਾਟ ਇਨ ਇੰਡੀਆ ਥੈਂਕ ਯੂ ਤੇਰੇ ਕੋਲ ਫੋਨ ਆ ਗਿਆ ਜੀ ਹੈਲੋ ਹਾਂਜੀ ਮਿੰਟੂ ਕੈਨੇਡਾ ਸਪੀਕਿੰਗ ਯੈਸ ਯੈਸ ਵਿਦ ਇਨ ਘੰਟਾ ਆਈ ਰੀਚ ਯੂ ਓਕੇ ਬਾਏ ਉਹ ਬਸ ਅੰਕਲ ਨੇ $50,000 ਭੇਜੇ ਨਾ ਜੀ ਬਾਹਰੋਂ ਏਜੰਟ ਦਾ ਫੋਨ ਸੀ ਕਹਿੰਦਾ ਹੁਣੀ ਕਰੈਕਟ ਕਰ ਲਓ collect correct phir ta saru jana pena I'm so sorry but we'll have to go man ta bahut lagya si jaan nu ji nahi karda ji par hun inu kaun tal sakda ji ye kive ho sakda ji tusi ta na cha na pani kuch khada na pita koi na ji je sade good bhag hoye na ta next time fir apa lots of sweets te lots of drink ta program bana ke aawange ji koi chakkar hi nahi ji par je marzi hai tuhanu house na so corrupt I like it correct anyway I think sanu chalna chahida yes let's go थैंक यू जी सत श्रीकाल मैनू तो ठीक जा नहीं लग्या मुंडा नाले चलदी तो है रूप नाल गल बहुत देर तो मगर पै जी हाले आपा ना नहीं करनी होल ते रख दे सी पता कदों लोड पै जे जिवें पतंदरा ने घर वाले चिपकड़ रखे ना कुड़ी भी पटाका ही होए ना दी तू चुप चुप करते कंसंट्रेट कर ਵੱਡਾ ਪਟਾਕੇ ਬਹੁਤ ਪੈਣੇ ਤੈਨੂੰ ਤੂੰ ਤਾਂ ਮਾਈਂਡ ਹੀ ਕਰ ਗਈ ਕੰਬਲੀਏ ਤੇਰਾ ਤਾਂ ਮੈਂ ਹੈਗਾ ਹੀ ਆ ਚੱਲ ਮੇਰਾ ਮਤਲਬ ਮੈਂ ਤੇਰੇ ਵੱਲੋਂ ਆਪਣੇ ਆਪ ਨੂੰ ਕਹਿ ਰਿਹਾ ਵੀ ਮਿੰਟੂ ਚੱਲ ਗੱਡੀ ਚਲਾ ਚਲੋ ਬੈਠਾ ਪਲੀਜ਼ ਬੈਠੋ ਬੈਠੋ ਕੁੜੀ ਤਾਂ ਪਟਾਕਾ ਹੀ ਹੋ ਜੁਗਾੜੀ ਗੇਮ ਹੁਣ ਹੱਥ 'ਚ ਗਰਾਊਂਡ ਸੈੱਟ ਹੈ ਮੈਂ ਸੋਚਦਾ ਮੌਕਾ ਦੇਖ ਕੇ ਦਿਸ਼ਾ ਨੂੰ ਸਾਰਾ ਕੁਝ ਦੱਸ ਦੂੰ ਕੀ ਕੋਸਰ ਮੋਸਰ ਹੋ ਰਹੀ ਆ ਬਈ ਹੈ ਨਾ ਕੁਛ ਨਹੀਂ ਵੀਰੇ ਕਿਦਾਂ ਰੂਪ ਵੀੜਾ ਕਹਿੰਦਾ ਸੀ ਪਲਿਆਸ ਲੱਗੀ ਆ ਹੈ ਪਲਿਆਸ ਪਰਨੋਟ ਬਾਗੀਆਂ ਹੈ ਕਿਦਾਂ ਮੈਂ ਸਮਝਿਆ ਨਹੀਂ ਬਾਏ ਬਾਏ ਦਲਜੀਤ ਸਿੰਘ ਜਗਾੜੀ ਜੀਰਕਪੁਰ ਟ੍ਰੈਫਿਕ ਕੁਛ ਘਟਿਆ ਕਿ ਨਹੀਂ ਬਈ ਕਿੱਧਰ ਸਾਨੂੰ ਕੀ ਪਤਾ ਹੀ ਆ ਦੱਸੋ ਰੁਪਿੰਦਰ ਸਿੰਘ ਗਰੇਵਾਲ ਜੀ ਸਪੁੱਤਰ ਸਰਦਾਰ ਹਰਜੀਤ ਸਿੰਘ ਗਰੇਵਾਲ ਪਿੰਡ ਤੇ ਡਾਕਖਾਨਾ ਗਿੱਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿੱਦਾਂ ਆਹੀ ਆ ਕਿਹੜਾ ਕਹਿੰਦਾ ਕਿੱਦਾਂ ਪਿੰਨ ਕੋਡ ਵੀ ਦੱਸਾਂ ਇਹਨੂੰ ਕਿੱਦਾਂ ਕਿਸੇ ਨੇ ਚੱਕਿਆ ਲੱਗਦਾ ਸਾਡੇ ਖਿਲਾਫ ਚੱਕਣ ਨੂੰ ਮੈਂ ਟੋਕਰਾਂ ਤਲਾਸ਼ੀ ਲਈ ਆ ਤੁਹਾਡੇ ਬੈਗਾਂ ਦੀ ਨਾਲੇ ਦਲਜੀਤ ਸਿੰਘ ਜਗਾੜੀ ਬਾਏ ਬਾਏ ਇੰਡੀਆ ਤੇਰੀ ਹੋਈ ਕੰਪਨੀ ਹੈ ਨਾ ਮੈਂ ਤਾਂ ਉਹ ਕਹਿੰਦਾ ਸੀ ਰੂਪ ਨੂੰ ਰੂਪ ਨਹੀਂ ਰੁਪਿੰਦਰ ਸਿੰਘ ਗਰੇਵਾਲ ਮੈਂ ਤਾਂ ਕਿੱਦਾਂ ਰੁਪਿੰਦਰ ਨੂੰ ਪਹਿਲਾਂ ਕਿੱਦਾਂ ਜਿੱਦਾਂ ਛੱਡ ਦੇ ਮੈਂ ਤਾਂ ਰੁਪਿੰਦਰ ਸਿੰਘ ਹੁਣਾਂ ਨੂੰ ਪਹਿਲਾਂ ਹੀ ਕਹਿੰਦਾ ਸੀ ਯਾਰ ਵੀ ਆਪਾਂ ਮੋਣੀ ਵੀਰ ਨੂੰ ਸਾਰਾ ਕੁਝ ਦੱਸ ਦਈਏ ਤੇ ਇਹ ਕਹਿੰਦਾ ਵੀ ਪਹਿਲਾਂ ਦੇਖ ਲਈਏ ਬੰਦਾ ਕੱਚਾ ਕਿ ਪੱਕਾ ਪਹਿਲਾਂ ਪਰਖ ਕਰ ਲਈਏ ਤੇ ਬਾਕੀ ਮੰਨ ਗਏ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਛੱਡਿਆ ਸੱਚੀ ਭਾਜੀ ਅਸਲੀ ਗੱਲ ਤੇ ਆਓ ਦੇਖੋ ਜੀ ਅਸੀਂ ਕਿਹੜਾ ਇੱਥੇ ਕੋਈ ਠੱਗੀ ਮਾਰਨਾ ਹੈ ਹਾਂਜੀ ਇਸ਼ਕ ਹੋ ਗਿਆ ਅੱਗੇ ਤੁਹਾਨੂੰ ਪਤਾ ਹੀ ਹੈ ਜਦੋਂ ਇਸ਼ਕ ਹੁੰਦਾ ਗੱਲਾਂ ਨਾਲ ਨਹੀਂ ਸਾਰਨਾ ਐਂ ਕਰੋ ਸੌਦਾ ਕਰੋ ਮੇਰੇ ਨਾਲ ਆ ਜਗਾੜੀ ਨੂੰ ਕਹਿ ਵੀ ਮੈਨੂੰ ਤੇ ਮੇਰੀ ਘਰਦੀ ਨੂੰ ਬਾਹਰ ਭੇਜ ਦੇ ਯੂਕੇ ਬਸ ਇੰਨੀ ਗੱਲ ਆ ਤਾਂ ਯੂਕੇ ਖੜਿਆ ਯੂਕੇ ਤੇ ਭਾਵੇਂ ਕੱਲ ਦੀ ਟਿਕਟ ਕਰਾ ਲਓ ਤੁਸੀਂ ਦੇਖ ਲੈ ਭੁੱਲ ਨਾ ਜਾਈ ਵੇ ਆਪਣੇ ਦਿਨ ਭੁੱਲ ਗਿਆ ਜਦੋਂ ਮੇਰੇ ਤੇ ਟਰਾਈਆਂ ਮਾਰਨ ਲਈ ਪਿੰਡ 'ਚ ਹੱਟੀ ਪਾ ਕੇ ਬਹਿ ਗਿਆ ਸੀ ਲੈ ਆ ਗਈ ਭਾਬੀ ਹੁਣ ਭਾਬੀ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ ਦੱਸੋ ਹੈ ਤੂੰ ਬੰਦਾ ਬਣ ਜਾ ਨਹੀਂ ਤਾਂ ਤੱਕਲੇ ਵਰਗਾ ਸਿੱਧਾ ਕਰ ਦੂੰ ਦੇਖ ਕਿਵੇਂ ਨਿਆਣਿਆਂ ਦੇ ਮਗਰ ਪਿਆ ਜਿਉਂਦਾ ਰਹਿ ਜਿਉਂਦਾ ਰਹਿ ਮੰਨ ਜਾ ਗੁਰੂ ਗੋਰਖਨਾਥ ਪਾ ਦੇ ਹੀ ਰਾਂਝੇ ਦੀ ਝੋਲੀ 'ਚ ਗੋਰਖਨਾਥ ਵੇ ਤੈਨੂੰ ਤਾਂ ਕੋਈ ਤਮਾਸ਼ੇ 'ਚ ਜਮੂਰਾ ਨਹੀਂ ਬਣਾਉਂਦਾ ਇਹ ਤਾਂ ਫੇਰ ਵੀ ਗੋਰਖਨਾਥ ਬਣਾ ਰਹੇ ਨੇ ਹੋਰ ਕੀ ਨਾਸ਼ਪਾਤੀਆਂ ਭਾਲਦਾ ਹੈ ਲੈ ਮਰਦਾਨ ਦੇਣ ਤੋਂ ਪਹਿਲਾਂ ਹੀ ਘੰਟੀ ਵੱਜ ਗਈ ਹੈਲੋ ਨਾ ਕੋਈ ਫੋਨ ਨਾ ਮੈਸੇਜ ਜਿੱਦਾਂ ਮੈਨੂੰ ਲੱਗਾ ਕਿ ਤੇ ਮੈਂ ਆਪ ਜੀ ਨੂੰ ਡਿਸਟਰਬ ਨਾ ਕਰਾਂ ਜਿੱਦਾਂ ਜੇ ਕੋਈ ਡਿਸਟਰਬ ਹੋਣਾ ਮੰਗੇ ਫਿਰ ਕਿੱਦਾਂ ਠੀਕ ਹੈ ਫਿਰ ਅੱਜ ਹੀ ਫੇਸਬੁੱਕ ਤੇ ਸਟੇਟਸ ਪਾ ਦਿੰਨੇ ਆ ਵੀ
दिशा ढिलों रुपिंदर गिल की हो गई होर कोई हूं क्राइम मारन की खेचल ना करे जिदा इना ओवर कॉन्फिडेंट नहीं हुई दा मैं केड़ा लिख के दिता किदा लिख के दे दियो फिर ओके फिर मुंडिया यूके वालिया जल्दी तो भी पहला आ जा साडे कोल किस नाल मिलाना है ऑलराइट है किदा उनु के किंदर वाले ने भी लेके आई आबे सर वाले ने भी नाल ले आई किदा ओ तो ऑलरेडी तैयार है गड्डी च बैठने लई तुसी फोन ऑफ करो ते असी गड्डी ऑन कर दे किदा किदा कौन है जिदे नाल मिलाना सी काला क्यों पहना है मिला देनिया हाय दिशा हाय Sorry, I'm late. It's okay. Eh, meri best friend Jyoti. Jyoti, eh, kinder? Hi. Eh, DJ, Hello? From UK. Te, eh, Roop. Roop, kida sat shri kal. Hi, sat shri kal. Come sit. Yeah. Roop. Oh, jaisa na, vaisi look. Mere bolo paasya. ਕਿਦਾਂ ਬਗੈਰ ਟੈਸਟ ਤੋਂ ਪਾਸ ਆ ਅਸੀਂ ਅੱਖਾਂ ਨਾਲ ਹੀ ਸਕੈਨਿੰਗ ਕਰ ਲਈ ਦੀ ਹੈ ਜੋਤੀ ਮਾਈਂਡ ਨਾ ਕਰਿਓ ਬਹੁਤ ਬੋਲਦੀ ਆ ਨੋ 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 ਮਾਈਂਡ ਨੈਵਰ ਮਾਈਂਡ ਮੁੰਡੇ ਕਿਦਾਂ ਕੁੜੀਆਂ ਦਾ ਬੋਲਣਾ ਮਾਈਂਡ ਹੀ ਨਹੀਂ ਕਰਦੇ ਸਪੈਸ਼ਲੀ ਇਨ ਯੂਕੇ ਐਂਡ ਦੈਨ ਓ ਗॉड ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਜੋਤੀ ਵੀ ਯੂਕੇ ਤੋਂ ਹੈ ਓ ਯੇ ਦਿਸ਼ਾ ਟੋਲਡ ਮੀ ਤੁਸੀਂ ਸਾਊਥ ਹਾਲ ਰਹਿੰਦੇ ਆ ਮੈਂ ਐਸ਼ਲੀ ਰੋਡ ਰਹਿੰਦੀ ਆ 28 ਨੰਬਰ ਹਾਊਸ ਹੈ ਮੇਰਾ ਤੇ ਤੁਹਾਡਾ What ਪੈਂਦਾ ਹੈ ਮੇਰੇ ਮੈਨੂੰ ਕਿਤੇ ਜਾਣਾ ਪੈਣਾ ਆ ਮੈਂ ਕਿੱਦਾਂ ਤੇਰੇ ਵੱਟ ਕੇ ਮਾਰਨਾ ਆ ਯੂ ਕੈਨ ਲੀਵ ਮੀ ਅਲੋਨ ਮੈਂ ਕੱਲੇ ਇੱਥੇ ਕੰਨੇ ਚੁੱਪੜੇ ਮੈਂ ਪੁੱਛਿਆ ਤੁਸੀਂ ਰਹਿੰਦੇ ਕਿੱਥੇ ਆ ਅਸੀਂ ਗਿਲਫਰਡ ਗਲਾਸੀ ਜੰਕਸ਼ਨ ਓਏ ਮੈਂ ਡਰਿੰਕ ਟਾਈਮ ਨਹੀਂ ਪੁੱਛਿਆ ਮੈਂ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਪੁੱਛ ਰਹੀ ਆ ਓ ਹੋ ਇਹ ਪੁੱਛਦੀ ਆ ਕਰਤਾ ਨਹੀਂ ਹੁੰਦੀ ਐਕਚੁਅਲੀ ਇਹਦਾ ਹਸਬੰਡ ਵੀ ਥੋੜਾ ਸ਼ੱਕੀ ਆ Oh, that's nice. ਕਿੱਦਾਂ ਸੀ ਨਾ ਉੱਥੇ ਕਿੱਦਾਂ ਗੁਰਦੁਆਰੇ ਕੋਲ ਰਹਿੰਦੇ ਆ ਉਹ ਤਾਂ ਠੀਕ ਆ ਪਰ ਤੁਸੀਂ ਨਾਨਕ ਸਾਹਿਬ ਗੁਰਦੁਆਰੇ ਦੇ ਕੋਲ ਰਹਿੰਦੇ ਆ ਜਾਂ ਫਿਰ ਸਿੰਘ ਸਭਾ ਗੁਰਦੁਆਰਾ ਉਹ ਸਿੰਘ ਸਭਾ ਯਾ ਸਿੰਘ ਸਭਾ ਜਿੱਦਾਂ ਡੇਲੀ ਜਾਈਦਾ ਉੱਥੇ ਜਾਂਦੀ ਤਾਂ ਮੈਂ ਵੀ ਹਾਂ ਉਹ ਵੀ ਡੇਲੀ 4 ਸਾਲਾਂ ਤੋਂ ਪਰ ਆਪਾਂ ਤਾਂ ਕਦੇ ਮਿਲੇ ਨਹੀਂ ਆਈ ਨੋ ਸਟ੍ਰੇਂਜ ਬਾਈ ਜੈਂਸ ਅਸੀਂ ਕਿੱਦਾਂ ਫਿਰ ਰਾਤ ਬਰਾਤੀ ਜ਼ਿਆਦਾ ਜਾਂਦੇ ਆ ਨਾ ਜੀ ਉਹ ਦਿਨ ਕੰਮ ਤੇ ਹੋਣਿਆ ਨਾ Yeah, right? it's a lot of work. Anyway, eat out le kithe janne ho? Aap assi te zyada kidda phir gurdwale langar hi chakida. Restaurant ch jidda assi ghat jaida hai, langde firde langar chak leida hai. Nale roti to zyada bande di thinking important hundi hai, kidda tusi sochde ki ya? No philosophy. Dasna ta pehne hai. Thoda taste vi ta pata challe. Taste? Eh ta kidda tusi pass karan to baad vi test lain lag rahe ho. Yeah, kidda no fair. Das do na please. ਆਪ ਉੱਥੇ ਜਾਇਆ ਕਰਾਂਗੇ ਕਮਾਲ ਹੈ ਤੁਸੀਂ ਜਵਾਬ ਹੀ ਨਹੀਂ ਦਿੰਦੇ ਚਲੋ ਰੁਕ ਇਹ ਦੱਸੋ ਕਿ ਸਭ ਤੋਂ ਪਹਿਲਾਂ ਲੰਡਨ ਵਿੱਚ ਸਾਡੀ ਸੇਲੀ ਨੂੰ ਕਿੱਥੇ ਲੈ ਕੇ ਜਾਓਗੇ ਓ ਜਿੱਦਾਂ ਸਟੈਚੂ ਆਫ ਲਿਬਰਟੀ ਲੈ ਜਾਂਗੇ ਕੀ ਉਹ ਤਾਂ ਨਿਊਯਾਰਕ ਚ ਨਾ ਕਿਦਾਂ ਉੱਥੇ ਤਾਂ ਅਸੀਂ ਰਹਿੰਦੇ ਹਾਂ ਲੰਡਨ ਚ ਕਿਹੜੀ ਗੱਲ ਆ ਹਨੀਮੂਨ ਮਨਾਉਣ ਵਾਸਤੇ ਤਾਂ ਨਿਊਯਾਰਕ ਜਾਣਾ ਪੈਣਾ ਆ ਬਾਈ ਦਾ ਵੇ ਮੈਂ ਟਿਊਬ ਵਿੱਚ ਜੌਬ ਕਰਦੀ ਹਾਂ ਲੈ ਟਿਊਬ ਇਹ ਤਾਂ ਕਿਦਾਂ ਹੁਣ ਹਾਸੇ ਪਾਉਣ ਲੱਗੀ ਹੋ ਆ ਟਿਊਬ ਕਿਤੇ ਟਿਊਬ 'ਚ ਕੌਣ ਨੌਕਰੀ ਕਰ ਸਕਦਾ ਹੈ ਕਿਤੇ ਟਿਊਬ ਦੀ ਫੈਕਟਰੀ 'ਚ ਤਾਂ ਕੋਈ ਜੌਬ ਕਰ ਸਕਦਾ ਆ ਕਹਿੰਦੀ ਟਿਊਬ 'ਚ ਜੌਬ ਕਰਦੀ ਆ ਮੈਂ ਯੇ ਟਿਊਬ ਮੀਨਸ ਮੈਟਰੋ ਟ੍ਰੇਨ ਓ ਯੇ ਲੰਡਨ ਵਿੱਚ ਰਹਿ ਕੇ ਤੁਹਾਨੂੰ ਟਿਊਬ ਦਾ ਨਹੀਂ ਪਤਾ ਅਨ ਆਫਕੋਰਸ ਆਪਣੇ ਲੰਡਨ ਵਿੱਚ ਇੱਕ ਨਦੀ ਵਗਦੀ ਹੈ ਨਾ ਕੀ ਨਾਮ ਹੈ ਉਹਦਾ ਓ ਯੇ ਆਪਣਾ ਓਕੀ ਹਾਂ ਹਾਂ ਇਦਾਂ ਦਾ ਕਿਦਾਂ ਹੁਣ ਲੰਡਨ ਚ ਕਈ ਨਦੀਆਂ ਨਿਕਲਦੀਆਂ ਬੰਦਾ ਕਿਹੜੀ ਯਾਦ ਰੱਖਦੇ ਆ ਲੰਡਨ ਵਿੱਚ ਇੱਕੋ ਹੀ ਨਦੀ ਵਗਦੀ ਹੈ ਤੇ ਉਹਦਾ ਨਾਮ ਹੈ ਥੇਮਸ ਯੇ ਓਬਵੀਅਸਲੀ ਥੇਮਸ ਥੇਮਸ ਫੋਰ ਗੋਟ ਦਾ ਨੇਮਸ ਆਕਸਫੋਰਡ ਸੀਟ ਤੇ ਇੱਕ ਪੰਜਾਬੀ ਬਿਕਨੇਰੀ ਰੈਸਟੋਰੈਂਟ ਆ ਉੱਥੇ ਤਾਂ ਜਾਂਦੇ ਰਹਿੰਦੇ ਹੋਵੋਗੇ ਨਾ ਓ ਯਾ ਵੈਰੀ ਆਫਨ ਜਿੱਥੇ ਗੋਲਗੱਪੇ ਖਾਈਦੇ ਆ ਕਿੰਨੇ ਸਵਾਦ ਹੁੰਦੇ ਆ ਤਿੱਖੇ ਉੱਥੇ ਤਾਂ ਬੈਠੇ ਰਹੀਦਾ ਆ ਕਿਦਾਂ ਇਸ ਨਾਂ ਦਾ ਰੈਸਟੋਰੈਂਟ ਪੂਰੇ ਇੰਗਲੈਂਡ ਵਿੱਚ ਨਹੀਂ ਹੈ ਗੋਲਗੱਪੇ ਕਿੱਥੇ ਖਾਈਦੇ ਸੀ ਆਪਾਂ ਕਿਤੇ ਬੰਦ ਹੋਇਆ ਆ ਉਹ ਬੰਦ ਹੋ ਗਿਆ ਉਹ ਫਿਰ ਆ ਫਿਰ ਕਿਦਾਂ ਨਾਓ ਸਟਾਪ ਦਿਸ ਡਰਾਮਾ ਸੌਰੀ ਦਿਸ਼ਾ ਇਹ ਬੰਦੇ ਫੇਲ ਆ ਮੇਰੇ ਟੈਸਟ ਵਿੱਚੋਂ ਕੀ ਮਤਲਬ ਮੈਂ ਸਮਝੀ ਨਹੀਂ ਫਰਾਡ ਆ ਤੇ ਇਹ ਕਦੀ ਯੂਕੇ ਗਏ ਹੀ ਨਹੀਂ
मैं भी कहा इना ता जिड्डा किड्डा मैं नहीं बोलती जिन्ना इना नु रठिया होया चुती की कह रही है तू बोलता क्यों नहीं रूप नहीं मैं किद्दा दस ज्योति ठीक कह रही है दिशा मैं गिल्ला तो रुपिंदर दरअसल जब मैं पहली बार शट अप कुछ बोलने की लोड़ नहीं इन्ना वड्डा धोखा मैं तेनू प्यार करता दिशा मेरा नाम ले अपनी जुबान तो प्यार नू मजाक बना के रखे आज दी मंडीर ने आज तो बाद मैं अपनी शक्ल ना दिखाई कहाँ रखना है जी सामान सिर ते रख दे भरावा वो तो क्यों औखा ने फेल तो असी अपनी गलती नाल होया इश्क की डिग्री तो फेल हो कई मिलती है भाई फेल हो जाते तो कोई गल नहीं सी यार ये तो सारा नकल दा केस पै गया तेले दी भी कदर हुंदी है सो कदर ना गवायो भाई सियाणी गल कीती है मिठो ने उम्मीद नहीं छड्डी दी चंगा भाई जे कदे लग्या थोड़े काम आ सकदे है तां कह दियो की होया जे ओ रिश्ता नहीं जुड़िया पर थोड़े नाल तां उम्र भर दा रिश्ता बन गया बाकी ਭਾਬੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਨਹੀਂ ਭਰਾਵੋ ਤੁਸੀਂ ਤਾਂ ਹੀਰੇ ਵੀ ਰਹੇ ਹੋ ਮੈਨੂੰ ਸਾਰੀ ਗੱਲ ਦੱਸਤੀ ਮੋਣੀ ਨੇ ਰੋਣ ਵਾਲਾ ਕੰਮ ਨਾ ਕਰ ਭਾਬੀ ਫਿਰ ਐਵੇਂ ਸਾਡਾ ਵੀ ਮਨ ਖਰਾਬ ਹੁੰਦਾ ਸਰਦਾਰ ਜੀ ਛੋਜੇ ਬਿਨਾਂ ਜੀ ਨਹੀਂ ਲੱਗਣਾ ਓਏ ਆਪਾਂ ਸ਼ਹਿਰ ਮਿਲਿਆ ਕਰਾਂਗੇ ਇਹਨਾਂ ਨੂੰ ਇੱਥੇ ਨੇ ਬੈਠੋ ਵੀਰੇ लवली ओ को खेड़ी वाले ढलों का फोन आया कि नहीं नहीं कोई फोन नहीं आया मेरी तो किस्मत ही पिछले 6 महीने तो बर्फ च लगी पई है तेरी तो पिछले 6 महीने तो लगी है मेरा बैड लक था उस दिन शुरू हो गया सी जिस दिन मेरी तेरे नाल मैरिज हुई तू थकदी नहीं रोज रोज एको गल करके होर नहीं तकी तेरे मॉम डैड ने तो जमीन का झूठ बोल के तेरे वर्गा अनपढ़ गवार मेरे पल्ले पाता हुण फिर तेनू धोखा देण दे जुर्म च लोकां नाल भी धोखे मैं ही कर रहा अच्छा ते जेड़ा मेरा मनी तू कनाडा दे कैसीनोज विच उड़ाया ओ मैं तेरे थ्रू ही पूरा करांगी ना घर वाले नु कजन बना के हां ना लगदा है अपने दिन भोग गए हुन सुन ले जे एहो कंडीशन रही ना मैं कनाडा वापस चले जाना मैं कनाडा वापस चले जाना बड़ियां फैक्ट्रियां चलदियां ना तेरियां उथे ना इथे ता तू मेरे लिए नोट छापने मशीन लवाई ना फिर ओ लाइयो सी हां खेड़ी वालेयां दी कुड़ियों नी काबू आई एक आ बाय बाय इंडिया वाला दलजीत एदी पता नहीं किवें गुड्डी चढ़ गई यही बैठा अपने जोड़ां च ए बाय बाय इंडिया वाले दा पता करना पैणा करांगे पर सेफ रह के लिटिल मिस्टेक सीधा गो जेल प्लीज तू अपनी अंग्रेजी पे काबू पा ले तू हुन कजन बन के रहना तेरी क्यों ओनू क्या एक बारी गल कर लवे मेरे नाल किथे ओ छोटी जी पग वाला मेरे सामने आंगन मार खाऊंगा मैं ओ तू छड्ड ओनू मेरी गल करा नो तुसी गेम खेडी सी ना गेम इज ओवर ओ ठीक है जे गेम खेडी सी एदे करके खेडी सी दिशा एनू कह दी मैं पीछे हटा नाल नहीं प्यार करदा एदे नाल
झूठा है तू। Why did you lie to me? I loved you. मैं तेनु कदी माफ नहीं करांगी, कदी नहीं। तेरे क्यों है दिशो जी सारा दिन अपने कमरे च पई रहती है? मैं कीती सी गल, कहिंदी एग्जाम दी टेंशन आ। मैनू ओदे व्याह दी टेंशन है। जे ओ मुंडे रूप ने किते होर हां हूं करती फिर की करांगे? मैं करदी आ ना गल ओदे नाल। मैं कहना ओदी मंगनी हुणे कर देनी चाहिदी है। मेरी मन्नो ता कुड़ी ते प्रेशर ना पाओ, ओनू आप डिसीजन लैन दियो। मेरी ना मन्नी कदे तू, अपनी मारी जाई। मर्जी है तुहाडी, प्रेशर ना पाओ। इन्ना सोहणा मुंडा मिलिया जे हथों निकल गया फिर? इहो जे मुंडे रोज रोज नहीं मिलदे। ਉਪਰੋਂ ਐਨਆਰਆਈ ਇਹਨੂੰ ਕੀ ਫਰੋਲੀ ਜਾਂਦਾ? ਦਿਮਾਗ ਨੂੰ ਫਰੋਲ, ਸੋਚ ਕੁਛ। ਕੀ ਫਰੋਲਾਂ ਦਿਮਾਗ ਦਾ? ਦਿਮਾਗ ਦੇ ਤਾਂ ਸ਼ਟਰ ਬੰਦ ਆ, ਜੰਦਰੇ ਲੱਗੇ ਆ। ਦਿਲੋ ਦਿਮਾਗ 'ਚ ਕਰਫਿਊ ਲੱਗੇ, ਕੁਛ ਨਹੀਂ ਦਿਸਦਾ ਇਸ ਵੇਲੇ। ਇੱਕ ਕੰਮ ਕਰ, ਕਿੰਦਰ ਨੂੰ ਫੋਨ ਲਾ। ਕਿੰਦੀ ਜੋ ਵੀ ਹੈ ਉਹਨੂੰ ਕਹਿ ਇੱਕ ਵਾਰੀ ਦਿਸ਼ਾ ਨਾਲ ਗੱਲ ਕਰਾ ਦੇ। ਮੇਰੇ ਤੋਂ ਨਹੀਂ ਲਾਇਆ ਜਾਂਦਾ ਕਿੰਦੀ ਨੂੰ ਫੋਨ, ਉਹ ਵਾਰ ਵਾਰ ਬੇਇੱਜ਼ਤੀ ਕਰਦੀ। ਇੰਨੀ ਬੇਇੱਜ਼ਤੀ ਨਹੀਂ ਮੇਰੇ ਤੋਂ ਕਰਾਈ ਜਾਂਦੀ। ਪਾਗਲ ਕਿਉਂ? ਹੈਲੋ ਹੈਲੋ, ਤੁਸੀਂ ਕਿਉਂ ਫੋਨ ਕਰਦੇ ਰਹਿੰਦੇ ਕਿੰਦਰ ਨੂੰ? ਬਦਤਮੀਜ਼ ਹੈ, ਝੂਠਾਂ ਦੀ ਪੰਡ, ਸਟੂਪਿਡ। ਲੈ ਲੈ ਪ੍ਰਸ਼ਾਦ, ਹੁਣ ਫ੍ਰੀ ਵੰਡਦੀ ਅਗਲੀ। ਪ੍ਰਸ਼ਾਦ ਲੱਗਦੀ ਨਹੀਂ ਗਾਲਾਂ, ਫੋਨ ਨਾ ਕਰਨਾ ਕਦੀ ਵੀ। ਮਰ ਗਈ ਕਿੰਦਰ? ਨਾ ਕਿੰਦਰ, ਸੌਰੀ ਕਿੰਦੀ, ਇਦਾਂ ਨਾ ਕਹਿ ਪਲੀਜ਼। ਹੈ ਫੋਨ ਰੱਖ ਦਿਓ ਜਦ ਮੈਂ ਕੱਟਾਂ। ਦੇਖ ਪਤਾ ਕੀ ਹੈ ਕਿੰਦੀ, ਉਹਨਾਂ ਆਪਣੀ ਸਹੇਲੀ ਨਾਲ ਇੱਕ ਵਾਰੀ ਰੂਪ ਨੂੰ ਮਿਲਾ ਦੇ। ਵਿਚਾਰਾ ਬੈਠਾ ਮੇਰੇ ਕੋਲ, ਬਹੁਤ ਬੁਰਾ ਹਾਲ ਹੈ, ਮਰ ਜਾਣਾ ਵਿਚਾਰੇ ਨੇ। ਜਿਹਦਾ ਨਾਂ ਵੀ ਲਿਆ ਨਾ ਦਿਸ਼ਾ ਕੋਲ, ਉਹਨੇ ਮੈਨੂੰ ਮਾਰ ਦੇਣਾ। ਉਹਨੂੰ ਪੁੱਛ ਹੈ, ਇਹ ਦੱਸ ਦੇ, ਚੱਲ ਇੰਨਾ ਹੀ ਦੱਸ ਦਿਓ, ਹੈ ਕਿੱਥੇ ਇਸ ਵੇਲੇ ਦਿਸ਼ਾ? ਮੈਂ ਕੀ ਦੱਸਾਂ, ਮੈਨੂੰ ਫੋਨ ਨਾ ਕਰਨਾ ਹੁਣ ਮਿਸਟਰ ਜੁਗਾੜੀ। ਫਰਾਡ ਨਾ ਹੋਵੇ ਤਾਂ ਓਕੇ। ਲੈ ਲੈ ਛਣਕਣਾ, ਤੂੰ ਅੱਜ ਹੀ ਜਾ ਕੇ ਕਿੰਦੀ ਨੂੰ ਮਿਲ। ਮੇਰਾ ਦਿਲ ਕਹਿੰਦਾ ਤੂੰ ਉਹਨੂੰ ਮਨਾ ਲੇਗਾ। ਆਇਆ ਮਤਲਬ ਟੈਲੀਫੋਨ ਤੇ ਬੇਇੱਜ਼ਤੀ ਘੱਟ ਹੋਈ ਹੈ, ਹੁਣ ਲਾਈਵ ਜਾ ਕੇ ਬੇਇੱਜ਼ਤੀ ਕਰਾਵਾਂ। ਮਾੜੇ ਵਕਤ 'ਚ ਯਾਰੀਆਂ ਦੇ ਕੰਮ ਆਉਂਦੇ ਆ। ਸਿਰਫ ਕੈਂਡੀ ਮੈਨੂੰ ਦਿਸ਼ਾ ਨਾਲ ਮਿਲਾ ਸਕਦੀ ਹੈ। ਲਾਸਟ ਟਾਈਮ, ਇਹ ਤੋਂ ਬਾਅਦ ਬੇਇੱਜ਼ਤੀ ਕਰਾਉਣ ਦੀ ਨੌਬਤ ਆਈ, ਤੂੰ ਕਰਾਏਂਗਾ ਜਾ ਕੇ, ਮੈਂ ਨਹੀਂ ਕਰਾਉਂਦਾ। ਥੈਂਕ ਯੂ ਵੀਰੇ। ਕੈਂਡੀ ਦੇਖ ਲੈ ਯਾਰ, ਬੰਦਾ ਤਾਂ ਮੈਂ ਉਹ ਹੀ ਆ ਨਾ, ਬਸ ਯੂਕੇ ਵਾਲਾ ਟੈਗ ਹੀ ਨਕਲੀ ਸੀਗਾ। ਇਹੀ ਤਾਂ ਗੜਬੜ ਹੈ। ਮੇਰੇ 'ਚ ਕੋਈ ਗੜਬੜ ਤਾਂ ਨਹੀਂ ਨਾ? ਮੈਂ ਬੰਦਾ ਤਾਂ ਨਹੀਂ ਨਾ ਮਾੜਾ ਹੈਗਾ। ਬੰਦਾ ਤੂੰ ਚੰਗਾ ਹੈ, ਪਰ ਹੈ ਇੱਧਰ ਨਾ 100% ਇੱਧਰ। ਪਰ ਮੈਨੂੰ 100% ਐਨਆਰਆਈ ਚਾਹੀਦਾ। ਮੈਂ ਤਾਂ ਤੈਨੂੰ ਪਿਆਰ ਹੀ ਤਾਂ ਹੀ ਕੀਤਾ ਸੀ। ਬੰਦਾ ਤੂੰ ਚਾਹੇ ਜਿਹੋ ਜਿਹੀ ਮਰਜ਼ੀ ਹੁੰਦਾ, ਪਰ ਉਹ ਦਿਲ ਹੋਣਾ ਚਾਹੀਦਾ ਸੀ। ਮਤਲਬ ਕਲੀਅਰ ਕੱਟ ਫੰਡਾ ਹੈ ਕਿੰਦਰ ਦਾ, ਪਿਆਰ ਤੇ ਵਿਆਹ ਉਹਦੇ ਨਾਲ ਹੋਊ ਜਿਹੜਾ ਉਹਨੂੰ ਬਾਹਰ ਲੈ ਕੇ ਜਾਓ। ਆਹੀ ਮਸਲਾ ਹੈ? ਆਹੀ ਨਹੀਂ, ਸਿਰਫ ਇਹੀ। ਲੈ ਇਹ ਕਿਹੜੀ ਗੱਲਾਂ 'ਚੋਂ ਗੱਲ ਹੈ? ਸਾਲ ਦਾ 150 ਬੰਦਾ ਮੈਂ ਬਾਹਰ ਨੂੰ ਭੇਜਦਾ, ਆਪਾਂ ਆਪ ਜਾ ਕੇ ਵੀ ਬਾਹਰ ਸੈਟਲ ਹੋ ਜਾਾਂਗੇ ਬਾਅਦ 'ਚ, ਕਿਹੜੀ ਗੱਲਾਂ 'ਚੋਂ ਗੱਲ ਹੈ? ਤੂੰ ਝੂਠ ਤਾਂ ਨਹੀਂ ਬੋਲ ਰਿਹਾ? ਨਾ ਨਾ, ਆ ਦੇਖ ਮੇਰੇ ਆ ਮਾਂ ਬਾਪ ਦੀਆਂ ਰੂਹਾਂ ਮੈਨੂੰ ਉੱਪਰੋਂ ਵੇਖ ਰਹੀਆਂ। ਪੁੱਛ ਲੈ ਮੈਂ ਕਦੇ ਜ਼ਿੰਦਗੀ ਝੂਠ ਬੋਲਿਆ? ਸੌਂ ਲੱਗੇ ਭਾਵੇਂ ਪਾਪਾ ਜੀ ਦੀ, ਕਦੇ ਝੂਠ ਬੋਲਿਆ? ਨੈਵਰ। ਠੀਕ ਹੈ, ਮੈਂ ਤੈਨੂੰ ਇੱਕ ਵਾਰੀ ਮਾਫ ਕੀਤਾ, ਪਰ ਗੱਲ ਤਾਂ ਬਣੂ ਜੇ ਤੂੰ ਮੈਨੂੰ ਬਾਹਰ ਲੈ ਕੇ ਜਾਏਂਗਾ ਤਾਂ। ਚਾਹ ਪੀਏਂਗਾ? ਪੀਤੀ ਤੇ ਨਹੀਂ ਕਦੀ ਵੈਸੇ, ਪਰ ਅੱਜ ਮੈਂ ਮਨਾ ਨਹੀਂ ਕਰ ਸਕਦਾ, ਪੀ ਲਾਂਗੇ। ਚੱਲ ਦਿਸ਼ਾ, ਮੈਂ ਮੰਨਦਾ ਮੈਂ ਗਲਤ ਕੀਤਾ, ਪਰ ਜੋ ਵੀ ਕੀਤਾ ਤੈਨੂੰ ਪਾਉਣ ਲਈ ਕੀਤਾ।
दिशा मेरी गल तो सुन, दिशा प्लीज इन्नी वड्डी सजा तो ना दे मैनू, प्लीज प्लीज दिशा, दिशा तू पहली ते आखिरी कुड़ी है जिदे मैं हाड़े कट रहा। मैडम यस, प्यार करना कोई बुरी गल है? नहीं नहीं, कौन कहंदा? सुनिया दिशा, भाई जी किसी नूं पाणी झूठ बोलना पाप है? छोटा मोटा तो झूठ चलता है काका। मैडम जे दिलों कोई सॉरी कहे माफ करना चाहिए कि नहीं? मैं तो कर दांगी। सुनिया सुनियो भाई जो सुन सकता है, भाई जी प्लीज बेनती सुनो, मैडम इस बीबी नूं मैं प्यार करदा, एक छोटा जा झूठ बोलिया सी मैं किसे लालच नहीं, इनू पाण ली वो भी इहदे डैडी करके, ते अज मैं तो माफी मंगता थोड़े सारियां दे सामने। आले आले माफ कर दे मैनू, मैं तेरा गुनहगार। बहुत हो गया, हुण तू ये ड्रामा बंद करेगा कि नहीं? हद है यार, मेरी जिंदगी का सवाल है, तू ड्रामा कही जानी? तू चाहना की है? तेनू चाहना, ते अपनी गलती की माफी चाहना। झूठा है तू, ड्रामेबाज है, धोखा दिता मैंने। मेरे को होर चारा नहीं सीगा, मेरे घरदे नाल गल कर लेंदा, मेरा हाथ मंगदा बंदे मंगिया सी। मेरे डैड ने तेरे डैड नू फोन भी किया सी, वो कहंदे सानू एनआरआई मुंडा चाहिए। झूठ बोलदा तू, सौं लगे मैंने, मैनू मेरी मां दी सौं। उड़ीकांगा कल तेनू बंबी ते। मैनू यकीन सी मेरी उड़ीक खाली नहीं जाऊगी। मैनू अजे भी तेरे ते यकीन नहीं है। जे यकीन ना होंदा तू इत्थे नहीं आउंदी। मैं सिर्फ अपना फैसला सुनाना ही हां। तू ते मैं कौन हुन्ने फैसला करन वाले? साडा फैसला तो रब ने करता है, सारी उम्र कट्ठियां रहण दा। मैं इदा मगर लगन वाली नहीं हां। तेनू मगर लगन नू कौन कहता है? असी है तेरे पिछे पिछे। कलंदा पीर है तू, झूठा है, सिरे दा ड्रामेबाज। बहुत रुवाया मैनू। तू कल्ली तो नहीं रोई, मैं भी तो रोया तेरे नाल। एक बार तो मन चाया मरी जावा, हुण जोके की करदा? तू दस मैं की करदा? तेरे डैडी नू एक किनारे मुंडे चाहिए सी। जे मैनू कुछ हो जांदा? ऐ थोड़ा कल्लियां जान देना सी तेनू। बहुत रोया मैनू, हुण छड़ के ना जाई। चंगी पली कुड़ी नू बिगाड़ के रखता इस बदमाश ने। जो मर्जी कह ले, हुण तू साडी बेगम ते असी तेरे चाकर। इतने तुसी अपना नेम फिल करना, इतने एड्रेस, ओके? आ गई ना समझ? ओके मैम। एक्सक्यूज मी सर, सर एक मैडम ते एक सर थानू मिलन लिए आए बैठे ने थोड़े ऑफिस। मैडम ते सर जी, एदा मतलब किंडी अपने डैडी नू लेके पहुंच भी गई है। हां बड़ी इंटेलिजेंट है यार। काम करो। ओके ओके सर। हाँ जी दसो। सत श्री अकाल। हो गई, अगे दसो। हैलो रेगिसी, टेक माई हैलो एंड लॉट्स ऑफ इंट्रो।
दास नू मिंटू कहंदे है। कौन कौन कहंदा दसो आपा गल कर लेने केड़ी गल। ओ नॉट 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 मी मिंदरपाल सिंह दादी जी प्यार नाल मेनू मिंदू मिंदू कहंदे है। वैसे व्हेन आई वाज वेग देन पुअर सेड मी मिंटू द अनदर थिंग इज एक्सक्यूज मी ये नाम दी व्याख्या इनी ज्यादा हुंदी ते घटो घट इना दा नाम ना मेनू दसियो। नो आई विल टेल यू माय नेम इट्स लवली। ओ लवली शॉर्ट एंड स्वीट। हेलो वैसे साडा कारोबार भी सेम ही है। जो दे तुसी इस कारोबार चाहे हो साडा नुकसान बहुत होया है। द लॉट्स ऑफ डिफिकल्टीज इन ऑन फ्रंट ऑफ अस एक्चुअली यस आइलेट्स तो ताजे ताजे फेल होए लगदे डेढ़ बैंड आ गया सी कि नहीं। एक्चुअली इना ते कहना मतलब है कि आपा मिलके लॉट्स ऑफ मनी अर्न कर सकते हैं। व्हाट डू यू थिंक 50-50 लॉट्स ऑफ प्रॉफिट। मतलब मतलब है कि 10 से 2 बार भेजेंगे ते बाकी राम नाम सत्य है। सिंपल नहीं तुसी की सोच के मेरे ऑफिस दे विच आही भी सरदार नु बुला लेंगे डील दी फील गुड हो जू हो की। यस नहीं डील दा ते मेनू पता नहीं पर जदों मैं लॉट्स ऑफ जुतियां मारियां ना तेरे तू बड़ा बैड फील करेगा। आ लवली बीबी दा लिहाज कर रहा मैं वरना तेरे वरगा ते हुण तक गंजा कीता हुंदा मैं। ओ हेलो सरदार कांड बण दी कोशिश ना कर ब्रेन यूज कर लॉट्स ऑफ नुकसान हो जाना तेरा। अपनी लक नु कदे भी अपने हथी लॉक नहीं लाईदा हुंदा। हां मतलब तू हाथ हौला कराए बिना इथों जाना नहीं। कूल मिस्टर कूल कूल जे डील मंजूर नहीं ता ना सही चल मैं तू ऐसे चल दे। हां काली भी कादी है तुसी ऐ करो चाह मंगा लो कई बंदे दा ना मन बदल जांदा है। नो प्रॉब्लम बैल बड़ी थल्ले लवाई है तेरे वास्ते ते पहलो दो चपाती पवा ही लवा मैं। ओ यू लव क्रिकेट है ना चलो बॉल लेके आइए किसे दिन फिर खेडांगे वीर जी। आओ नाइस मीटिंग You come sometime, huh? Me permanent. Follow me. Chal. Short and sweet. Ow. Ow. Hanji, Sardar ji. ਕਿੱਥੇ ਪਹਿਲਾਂ ਪਾਈ ਜਾਂਦੇ ਹੋ? ਪਹਿਲਾਂ ਸਵਾਹ ਪਾਣੀ ਹੈ ਤੇ ਖੰਭ ਚੜੇ ਪਏ ਨੇ ਤੈਨੂੰ ਪਤਾ ਹੀ ਹੈ। ਬੈਟਰੀ ਚਾਰਜ ਕਰ ਲੈ ਹਾਰਡ ਦੀ। ਗੱਡੀ ਰਾਤ ਚੜ ਗਈ ਹੈ ਸਭ ਕੁਝ ਸੈਟਲ ਹੋ ਗਿਆ ਹੈ। ਕੀ? ਸੌਖਾ ਵੱਡੇ ਬਾਬੇ ਦੀ। ਉਹ ਦਮ ਰੱਖ ਮਿਲ ਕੇ ਦੱਸਦਾ ਸਾਰਾ ਕੁਝ। ਇਨਵੀਟੇਸ਼ਨ ਆਇਆ ਜੋਤੀ ਦੀ ਮੈਰਿਜ ਐਨਵਰਸਰੀ ਦਾ। ਇਹ ਜੋਤੀ ਉਹੀ ਨਹੀਂ ਜਿਹਦੇ ਕਰਕੇ ਆਪਣੀ ਗਾਨੀ ਦੇ ਮਣਕੇ ਖਿੰਡ ਗਏ ਸੀ? ਆਹੋ ਉਹੀ। ਅੱਜ ਉਹਦੇ ਹੀ ਫੰਕਸ਼ਨ ਤੇ ਸਾਰੇ ਮਣਕੇ ਦੁਬਾਰਾ ਤੋਂ ਪਰੋ ਦੇਣੇ ਆ। ਤੇ ਗੱਲ ਸੁਣ ਟੌਰ ਕੱਟ ਕੇ ਆਈ ਐਵੇਂ ਨਾ ਕਿਤੇ ਲੱਸੀ ਕਰਾ ਦੇਈਂ। ਓ ਜੀ ਓ ਪੁੱਤਰਾ ਖੁਸ਼ ਕੀਤਾ ਈ। ਐਨਾ ਮਜ਼ਾ ਆ ਰਿਹਾ ਸੀ ਨਾ ਮੈਨੂੰ ਲੱਗ ਰਿਹਾ ਸੀ ਜਿੱਦਾਂ ਮੈਂ ਆਪਣੇ ਵਿਆਹ ਦੇ ਵਿੱਚ ਹੀ ਭੰਗੜਾ ਪਾ ਰਿਹਾ। ਸੱਚ ਦੱਸਾਂ ਫੀਲਿੰਗ ਮੈਂ ਵੀ ਇਹੀ ਲੈ ਰਹੀ ਸੀ। ਚੱਕੋ ਫਿਰ ਤਿਆਰੀ ਪ੍ਰੋਬਲਮ ਕੀ ਹੈ? ਓ ਯਾਰ ਕਿਉਂ ਮੈਡਮ ਕਦੋਂ ਪਾਣਾ ਹੈ ਸ਼ਗਨਾਂ ਦਾ ਜੋੜਾ? ਇੰਨਾ ਸੌਖਾ ਨਹੀਂ। ਕਿਉਂ ਹੁਣ ਕੀ ਪ੍ਰੋਬਲਮ ਹੈ? ਹਾਈ ਕੋਰਟ ਰੈਡੀ ਹੈ ਤੇ ਪਰ ਸੁਪਰੀਮ ਕੋਰਟ ਨਹੀਂ ਰੈਡੀ। ਸੁਪਰੀਮ ਕੋਰਟ ਮੇਰੇ ਪਾਪਾ ਚੱਕ ਕੇ ਦੱਸ ਦੇ ਆਪਣੇ ਪਾਪਾ ਨੂੰ ਸਾਰਾ ਕੁਝ। ਮੈਂ ਆਪਣੇ ਪਾਪਾ ਨੂੰ ਤੁਹਾਡੇ ਬਾਰੇ ਦੱਸਾਂ? ਹੋਰ ਤੁਹਾਡਾ ਤਾਂ ਪਤਾ ਨਹੀਂ ਮੈਨੂੰ ਕੈਨੇਡਾ ਤੋੜ ਦੇਣਾ ਪਾਪਾ ਨੇ। ਕਿਹੜਾ ਕੈਨੇਡਾ? ਕੋਈ ਹੈ ਕੈਨੇਡਾ ਤੋਂ ਪਾਪਾ ਨੇ ਉਹਨੂੰ ਵੀ ਹੋਲ ਤੇ ਰੱਖਿਆ ਹੋਇਆ ਹੈ। ਬਾਲਾ ਸਕੀਮੀ ਹੈ ਤੇਰਾ ਬੋੜਾ। ਐਕਸਕਿਊਜ਼ ਮੀ
बदतमीज नाल। ओके सॉरी आप जी, प्लीज जाके अपने पापा जी नु मनाओ, ऐ गल नहीं बननी। तुसी कुछ करो ना, मैनू डर लगता, मैं नहीं कर सकती। ले असी किवें जाके दस सकदे हां तेरे पापा नु कि असी फ्रॉड कीता उहनां दे नाल। इन्हें मुंडे वाले वैसे भी जाते नहीं चंगे लगते, नाले जिदा का गुस्सा है ना तेरे डैडी का, उन्हें तो डांग की लोड़ नहीं ना, मुछा नाल ही कुट कुट के मार देना सानू। ते होर सारा दिन अखबार च वड़े रहने हो, न कदे कुड़ी दी भी सार ले लिया करो, मसे एक दिन वास्ते आई है मेरी धी। मेरी दिशु उठे क्यों खड़ी पुत, आ जा इत्थे, आ जा बह जा। है कमली मैं तेरे नाल गल करनी सी। पापा मैं भी थोड़े नाल एक गल करनी सी। ओ तेरी सुन दे, पहला देख अखबार दी सुन, आ देख दुनिया दा हाल, विदेशी लाड़ा निकलिया देसी है किवें, और रूपनगर च किसी ने कुड़ी का ब्याह किया, कहते जी मुंडा अमरीका तो है पर निकलिया मोहाली तो। वाहिगुरु वाहिगुरु, ना यह जिया तो थाने देना चाहिए। थाने मैं गोली मार दंदा साले यह जिया, शर्म आई छड़ती लोगों ने, किसी की धी भैन की जिंदगी खराब करने वेले सोच रही नहीं कुछ, धी वाले भी रिश्ता करने वेले अखा मीच लेंदे है। चल छड़, तू दस तू की कह रही सी। मैं कह रही थी कि तुसी ना मेरी टेंशन ना लिया करो। वो तो तू तो मेरी टेंशन दूर करती। दस कदों बुलावा यूके वाले नु। जिवें तुहानू ठीक लगे पापा, थोड़ी मर्जी। मैं की कह सकती हूँ पापा, अब चाह पियोंगे? मैं थोड़े लिए चाह भेजती हूँ। आई देखिया किन्नी सियानी है मेरी थी, सिख लै कुछ तो ना, कदे आप भी सिख लो कुछ, सारी उम्र दूजे नु सिखाउण च कढ़ती। तू सीधी गल ना करी कदे, तेरे करके मैं जर्मन छड़ दिता, पर तू अपनी की कड़ाया ना छड़ी। अपने तो अमीर कुड़ी नाल ब्याह करना ही नहीं चाहिए जी, सुनदी ही नहीं। मैं अपने पापा नु असलियत नहीं दस सकती, उन्होंने थोनू दोनों नु गोली मार देनी है। दोवां नु केड़ी गल्लों, गलती ए दी, मैं ते एवें ही विच लपेटे जी आ गया। टप्पी जन्ना है, आइडिया तो तेरा ही सी ना, यूके वाले बन के जाओ लग मुरे हुण। सौरे जान नु बांदरी, डंडे खान नु रिच। हैं बांदरी किनु क्या, ओ हर गल नु सीरियसली नहीं लईदा हुंदा, कहावत है अपने ते नहीं लईदी हुंदी गल। लिसन जे तुसी फालतू दीयां गल्लां करनियां ने तां मेरे कैनेडा जाण तों बाद करियो। ओ यार इक तां तेरा बुढ़ा वी ना टैड तेरा। चल नहीं वेज अगे दस हुण की बनू। बनना उही है जो पहले बने सी, यूके वाले बने रहो। तू अपने घर वाले नु नाल लेके मेरे घर रिश्ता लेके आ जा, मौका आते अपा पापा नु सारी गल क्लियर कर दांगे। अपने घर दियां नु लेके आवां तेरे घरे। ले दस। हाँ जाली यूके वाले बना के। ओ ये नहीं हो सकदा, ये हो ही नहीं सकदा। क्यों नहीं हो सकदा, ये जानदी नहीं मेरे डैड नु, कुट कुट बद्री बना देनी उन्हें, कुछ और सोचो। ठीक है मेरे को राह हैगा कैनेडा दा, वैसे मुंडा भी बुरा नहीं गा, तू कुछ सोच ले। ओ मेरे घर दिया ने नेरी बन देनी है मेरी, जुगाड़ी तू सोच कुछ। वाह सारे जुगाड़ मेरे को कराई, आप कुछ ना करी, मैनू तो गूगल ही समझ रखा यार, ने सारिया सर्चा मेरे ते ही मारदा। आहो तेरा सिस्टम तो पहले ही हैंग होया पे। देखो ਇਹ ਜਿਹੜੇ ਪਿਆਰ ਮੁਹੱਬਤ ਹੁੰਦੇ ਨਾ ਦਿਲਾਂ ਦੇ ਖੇਲ ਹੁੰਦੇ ਨੇ, ਗੱਲਾਂ ਨਾਲ ਥੋੜੀ ਨਿਭਦੇ ਨੇ, ਇਹਦੇ 'ਚ ਦਿਲ ਰੱਖਣਾ ਪੈਂਦਾ ਹੁੰਦਾ। ਕੁੜੀ ਵੇਖ ਕੇ ਮੈਂ ਡਟ ਕੇ ਖੜੀ ਹੈ, ਤੈਨੂੰ ਡਰਨਾ ਕਾਂਬਾ ਛਿੜਿਆ ਪਿਆ ਯਾਰ ਦਾ। ਲੈ ਡਰਦਾ ਡੁਰਦਾ ਨਹੀਂ ਮੈਂ ਕਿਸੇ ਤੋਂ, ਇਹ ਤਾਂ ਉਹੀ ਮਾੜਾ ਜਿਹਾ ਡਰ ਚਲਾਉਂਦਾ। ਨਹੀਂ ਡਰਦਾ ਤੇ ਫਿਰ ਕਰ ਜੋ ਕੁੜੀ ਕਹਿੰਦੀ ਹੈ, ਹੈਂ ਗੱਡ ਦੇ ਝੰਡਾ ਪਾ ਦੇ ਰੌਲਾ, ਅਗਲੀ ਵੀ ਆਪਣੇ ਘਰਦਿਆਂ ਨੂੰ ਜਾ। ਨਹੀਂ ਤਾਂ ਭੁੱਲ ਜਾ ਮੈਨੂੰ। ਉਹ ਤੂੰ वीरे आज रोटी खा लो। हुण मैं तैनूं लिख के दवां नहीं खानी, एक बारी कहता नहीं तो नहीं।
रोटी ना काला गुस्सा वीरे जिद ना करो आ जाओ तुसी रात भी नहीं खादी सुनिया नहीं मैं की कह रहा मगज कपाई ना कर जा अपना कम कर भज जा इथों की हो गया ਇਹੋ ਜਿਹਾ ਮੂੰਹ ਕਿਉਂ ਬਣਾਇਆ ਹੋਇਆ ਵੀਰੇ ਨੂੰ ਰੋਟੀ ਪੁੱਛਣ ਗਈ ਸੀ ਚਾਚੀ ਜੀ ਕਹਿੰਦੇ ਮੈਂ ਨਹੀਂ ਖਾਣੀ ਤੇ ਉੱਤੋਂ ਮੈਨੂੰ ਘੂਰਿਆ ਵੀ ਕਿਉਂ ਬਈ ਕਿਉਂ ਨਹੀਂ ਖਾਣੀ ਪਤਾ ਨਹੀਂ ਤੇ ਰਾਤ ਵੀ ਨਹੀਂ ਖਾਧੀ ਰੋਟੀ ਹੈ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤਬੀਅਤ ਤਾਂ ਠੀਕ ਆ ਉਹਦੀ ਮੈਂ ਕਰਦਾ ਪਤਾ ਨਹੀਂ ਜੀ ਰਹਿਣ ਦਿਓ ਮੈਂ ਜਾ ਕੇ ਗੱਲ ਕਰਦੀ ਹਾਂ ਰੁਪਿੰਦਰ ਨਾਲ ਹਾਂਜੀ ਮਾਲਕੋ ਕੀ ਬਣਦਾ ਮੈਂ ਠੀਕ ਆ ਮੈਂ ਤਾਂ ਕਰਜ ਪੂਰਾ ਮਾਹੌਲ ਬਣਾਤਾ ਤੇਰੇ ਹੱਥ 'ਚ ਕਿ ਤੁਸੀਂ ਆਉਂਗੇ ਇੱਥੇ ਵੀ ਪੂਰਾ ਮਾਹੌਲ ਸੈੱਟ ਕੀਤਾ ਪਿਆ ਖਲਾਰਾ ਪਾ ਕੇ ਜੋ ਵੀ ਕਰਨਾ ਹੈ ਜਲਦੀ ਕਰ ਕਰਦੇ ਤਾਂ ਜੇ ਕਨਫਿਊਜ਼ ਫਿਰਦੇ ਨੇ ਪਰ ਮੈਂ ਮਨਾ ਲੈਣਾ ਕਿਵੇਂ ਨਾ ਕਿਵੇਂ ਮਨਾ ਲੈ ਜਲਦੀ ਨਹੀਂ ਤਾਂ ਮੇਰੀ ਡੋਲੀ ਤੇ ਵਾੜੀ ਪਾਣ ਨੂੰ ਚੱਕਣ ਜੋਗਾ ਹੀ ਰਹਿ ਜਾਏਗਾ ਉਹ ਤੂੰ ਘਬਰਾ ਨਾ ਐ ਨਹੀਂ ਹੋਣ ਦੇਣਾ ਯਾਰਾਂ ਨੇ ਹੈ ਕੋਈ ਆ ਰਿਹਾ ਮੈਂ ਬੈਕ ਕਾਲ ਕਰ ਰੁਪਿੰਦਰ ਰੁਪਿੰਦ ਰਾਤ ਤੂੰ ਕੁਝ ਨਹੀਂ ਖਾਤਾ ਐ ਨਾ ਕਰ ਪੁੱਤ ਮੈਨੂੰ ਭੁੱਖ ਨਹੀਂ ਕੀ ਗੱਲ ਹੈ ਕੋਈ ਗੁੱਸਾ ਗਿਲਾ ਹੈ ਤਾਂ ਦੱਸ ਨਾ ਅੱਜ ਤੱਕ ਇਸ ਤੇਰੀ ਕੋਈ ਗੱਲ ਨਹੀਂ ਮੋੜੀ ਪਰ ਹੁਣ ਮੋੜੋਗੇ ਹਾਂ ਦੱਸ ਹਾਂ ਰੂਪ ਮੰਨ ਗਿਆ ਕਰਦੇ ਕਿ ਨਹੀਂ ਨਹੀਂ ਮੈਨੂੰ ਪਤਾ ਲੱਗ ਗਿਆ ਇਸ ਘਰ ਚ ਮੇਰਾ ਕੋਈ ਮੋਹ ਨਹੀਂ ਹਾਏ ਮੈਂ ਮਾਸ਼ਾ ਓਏ ਏਦਾਂ ਨਾ ਕਹੋ ਭਰਾਵਾ ਤੇਰੇ ਗੱਡੇ ਨਾਲ ਹੀ ਮੇਰਾ ਬੱਚਾ ਬੰਨਿਆ ਤੂੰ ਸਹੀ ਕਹਿ ਰਿਹਾ ਸਾਨੂੰ ਸਾਰਾ ਕੁਝ ਛੱਡ ਛੜਾ ਕੇ ਨਾ ਸਾਧ ਬਣ ਜਾਣਾ ਚਾਹੀਦਾ ਨਾ ਪੁੱਤ ਨਾ ਮੈਂ ਤੈਨੂੰ ਕਦੋਂ ਸਲਾਹ ਦਿੱਤੀ ਹੈ ਸਾਧ ਬਣਨ ਦੀ ਉਹ ਤੂੰ ਕਹਿ ਤਾਂ ਰਿਹਾ ਚੱਲ ਕਰਦਾ ਮੈਂ ਰੁਪਿੰਦਰ ਆ ਕੀ ਕਹਿ ਰਿਹਾ ਪੁੱਤ ਤੂੰ ਤੇਰੀ ਕਿਹੜੀ ਗੱਲ ਨਹੀਂ ਮੰਨੀ ਅਸੀਂ ਅੱਜ ਤੱਕ ਤੂੰ ਮੈਨੂੰ ਦੱਸ ਮੈਂ ਤੇਰੀ ਗੱਲ ਮੰਨੂ ਪੱਕਾ ਤੇਰੀ ਸੌ ਪੁੱਤ ਪਰ ਡੈਡ ਨੇ ਨਹੀਂ ਮੰਨਣਾ ਫਿਰ ਤੂੰ ਆਪਣੀ ਮੌਮ ਨੂੰ ਨਹੀਂ ਜਾਣਦਾ ਉਹਨਾਂ ਨੂੰ ਮਨਾਉਣਾ ਮੇਰਾ ਕੰਮ ਤੂੰ ਬਸ ਮੈਨੂੰ ਗੱਲ ਦੱਸ ਹਾਂ ਬਾਈ ਸਰਦਾਰਨੀ ਹੈ ਕਿਵੇਂ ਹੈ ਰੁਪਿੰਦਰ ਖਾਧਾ ਪੀਤਾ ਹੋਣਾ ਕੁਛ ਓਏ ਹੈਲੋ ਮੈਂ ਤੈਨੂੰ ਪੁੱਛ ਰਿਹਾ ਉਹ ਕੰਨਾਂ ਚ ਰੂਤਾਂ ਨੀ ਪਸਾ ਲਈ ਤੂੰ ਤਾਂ ਯੋਗਾ ਕਰਦੀ ਨੀ ਚੁੱਪ ਕਰਦੀ ਹੁੰਦੀ ਅੱਜ ਕਿਵੇਂ ਮੌਨ ਧਾਰ ਲਿਆ ਚੱਲ ਨਾ ਬੋਲ ਨਹੀਂ ਬੋਲਣਾ ਤਾਂ ਚੰਨੋ ਬ੍ਰੇਕਫਾਸਟ ਮੈਂ ਤਾਂ ਕਰ ਲਿਆ ਜੀ ਓਏ ਮੈਂ ਆਪਣੇ ਲਈ ਮੰਗਿਆ ਤੁਹਾਡੇ ਲਈ ਤਾਂ ਜੀ ਬਣਿਆ ਨਹੀਂ ਕਿਸੇ ਦਾ ਕੀ ਮਤਲਬ ਚਾਚੀ ਜੀ ਦਾ ਆਰਡਰ ਹੈ ਜੀ ਵੀ ਘਰ ਵਿੱਚ ਰੋਟੀ ਨਹੀਂ ਬਣੂ ਕਿਸੇ ਦੀ ਓਏ ਮੈਂ ਕੀ ਸੁਣ ਰਿਹਾ ਮੈਡਮ ਓਏ ਮੈਂ ਤੇਰੇ ਨਾਲ ਗੱਲ ਕਰ ਰਿਹਾ ਸਰਦਾਰਨੀ ਹੈ ਇਹ ਕੀ ਹੋ ਰਿਹਾ ਘਰ 'ਚ ਭੁੱਖੜਤਾਲ ਦੇ ਨਾਲ ਨਾਲ ਮੌਣ ਵਰਤੀ ਹੈ ਚਾਚਾ ਜੀ ਇਹ ਚੰਨੋ ਕੀ ਕਹਿ ਰਹੀ ਹੈ ਬਈ ਇਹ ਤਾਂ ਧੱਕਾ ਹੈ ਯਾਰ ਸ਼ਰੇਆਮ ਬਲੈਕਮੇਲ ਕਰਨ ਵਾਲੀ ਗੱਲ ਹੈ ਓਏ ਮੈਂ ਪਾਗਲ ਹੋ ਜਾਣਾ ਮੈਨੂੰ ਕਾਰਨ ਦਾ ਤਾਂ ਪਤਾ ਲੱਗੇ ਇਸ ਘਰੇਲੂ ਅਨਸ਼ਨ ਦਾ ਓਏ ਹੈਲੋ ਸਰਦਾਰ ਨਹੀਂ ਹੈ ਓਏ ਵਾਸਤਾ ਓਏ ਰੱਬ ਦਾ ਮੈਨੂੰ ਹੋਰ ਨਾ ਸਤਾਓ ਗੱਲ ਦੱਸੋ ਹੈ ਕੀ ਬਿਨਾਂ ਸ਼ਰਤ ਤੋਂ ਕੋਰੇ ਕਾਗਜ਼ ਤੇ ਦਸਖਤ ਕਰਨਾ ਪੈਣਾ ਹੈ ਤੁਹਾਨੂੰ ਓਏ ਕੋਰੇ ਕਾਗਜ਼ ਤੇ ਭਾਵੇਂ ਮੈਥੋਂ ਪੰਜਾ ਲਵਾਲਾ ਖੇੜੀ ਵਾਲੇ ਢਿੱਲੋ ਸਾਹਿਬ ਦੀ ਕੁੜੀ ਦਿਸ਼ਾ ਨਾਲ ਵਿਆਹ ਕਰਾਉਣਾ ਹੈ ਰੁਪਿੰਦਰ ਦਾ ਉਹ ਜਿਹਦੀ ਮੈਂ ਫੋਨ ਤੇ ਲਾਪਾ ਕੀਤੀ ਸੀ ਉਹੀ ਹੈ ਰੁਪਿੰਦਰ ਉਸ ਕੁੜੀ ਨੂੰ ਚਾਹੁੰਦਾ ਹੈ ਤੇ ਕੁੜੀ ਵਾਲੇ ਰਿਸ਼ਤਾ ਕਰਨ ਨੂੰ ਤਿਆਰ ਵੀ ਹੋ ਗਏ ਨੇ ਤੇ ਚੱਲੋ ਫਿਰ ਜਨ ਲੈ ਕੇ ਮੈਂ ਕਦੋਂ ਨਾ ਆਖੀਏ ਪਰ ਉਹਦੇ ਲਈ ਨਾ ਆਪਾਂ ਦੋਨਾਂ ਨੂੰ ਯੂਕੇ ਵਾਲੇ ਬਣਨਾ ਪੈਣਾ ਯੂਕੇ ਵਾਲੇ ਹਾਂ ਉਹ ਕਿਵੇਂ ਬਣੀ ਦੇ ਉਹ ਕੀ ਹੈ ਨਾ ਜੀ ਰੁਪਿੰਦਰ ਉੱਥੇ ਯੂਕੇ ਵਾਲਾ ਮੁੰਡਾ ਬਣ ਕੇ ਉਹਨਾਂ ਨੂੰ ਮਿਲ ਕੇ ਆਇਆ ਇਸ ਲਈ ਸਾਨੂੰ ਵੀ ਇਹ ਡਰਾਮਾ ਆਪਣੇ ਮੁੰਡੇ ਲਈ ਕਰਨਾ ਪੈਣਾ ਤੇਰਾ ਦਿਮਾਗ ਤਾਂ ਠੀਕ ਹੈ ਮੈਥੋਂ ਨਹੀਂ ਹੋਣਾ ਜਾਂ ਕੁਛ ਠੀਕ ਹੈ ਫਿਰ ਧਰਨਾ ਜਾਰੀ ਹੈ ਇਹ ਰੁਪਿੰਦਰ ਕਿੱਥੇ ਹੈ ਓਏ ਰੁਪਿੰਦਰ ਓ ਜੀ ਤੁਹਾਨੂੰ ਮੇਰੀ ਸੌਂ ਇੰਜ ਮੁੰਡੇ ਨੂੰ ਕੁਛ ਕਿਹਾ ਰੁਪਿੰਦਰ ਇਹ ਕੀ ਸੁਣ ਰਿਹਾ ਮੈਂ ਬਹੁਤ ਅਫਸੋਸ ਹੋਇਆ ਤੂੰ ਮੇਰੇ ਕੋਲ ਗੱਲ ਕੋਈ ਆਪਣੇ ਡੈਡ ਕੋਲੋਂ ਇੱਕ ਵਾਰ ਤਾਂ ਗੱਲ ਕਰਦਾ ਮੇਰੇ ਨਾਲ ਨਾਲੇ ਇਹ ਤੂੰ ਕਿਵੇਂ ਸੋਚ ਲਿਆ
कि मैं तेरे नाल नहीं खड़ूंगा। सॉरी डैड, लव यू डैड। दिल नहीं छड्डीदा हुंदा, दिलों जिहड़ा पंजाब नूं लाइटली लैंदा ना, हुण इहनूं दसांगे यूके वाले बण के की भाव विकदी है। ओए खड़ी की करदी है पलीए मानसे खिच दियारी। यस यस पंजाब। ऑलराइट लियोनी, ऑलराइट। नहीं नहीं नहीं, ओ नहीं यार, ए नहीं थी। ओ मैडम आ केड़े यब नु पढ़ाता यार मेनू। सरदार साहब जरा सिंसियरली याद करो। ओ याद ही तक करी जाने कदों दे। यस यस नो, ओ यार, ओ यार, ओ यार आ गया। या नाइस नाइस, जट तो कर दू वट। चलो हुन मेरा भी सुन लो। हां ओ किदा मैं नूता पंजाब तो ल्याणी सी। हां नहीं नहीं, मंगौनी सी। मंगौनी है? नहीं नहीं, ये भी नहीं सी। किदा मैं नूता पंजाब तो ही मंगदी सी। ए मंगदी आ दे हुंदे बाहर ले। ले हुन मैथों भी सुन। हां ओ किदा जिया जिद्दां अगे नी डाउन करने ही पैंदे आ। आ गया पकड़ च, हुण नहीं आपां लैंदे। आ गया दी तेरी इस तरह पहली बार हुंदी देखी जिद्दां। हां ले मैनू भी बोलना आ गया जिद्दां। इन्ना टाइम हो गया फेसबुक ते स्टेटस पाए नूं, मुंडे भी बोंदे लेवां। फे मुंडियो आ लो प्रसाद, अज संगरांद है। वाहेगुरु वाहेगुरु सच्चा, साडा देसियां दा देसी महीना चढ़िया अज। ए भी तां देसी ही ने, कड़ा वलैती आ। ਅਸੀਂ ਤਾਂ ਮੁਣੀ ਵੀਰੇ ਤੇਤੋਂ ਹੈਲਪ ਲੈਣੀ ਹੈ, ਤੂੰ ਸ਼ਰੇ ਆਵੇਂ ਦੱਸੀ ਜਾਂਦਾ। ਨਹੀਂ ਸੰਗਰਾਂਦ ਤਾਂ ਅੱਜ ਹੈਗੀ ਹੈ, ਫਿਰ ਗੁਰਦੁਆਰੇ ਜਾ ਕੇ ਸਪੀਕਰ 'ਚ ਹੀ ਬੋਲਿਆ। ਭਾਈ ਨਗਰ ਖੇੜੇ ਨੂੰ ਬੇਨਤੀ ਕੀਤੀ ਜਾਂਦੀ ਹੈ, ਦੋ ਨਕਲੀ ਯੂਕੇ ਵਾਲੇ ਪਿੰਡ 'ਚ ਫਿਰਦੇ ਆ, ਕੁੰਡੇ ਜਿੰਦੇ ਲਾ ਲਓ, ਦਲੀਪ ਸਿੰਘ ਦੀ ਕੁੜੀ ਨੂੰ ਖਤਰਾ। ਤੂੰ ਤਾਂ ਦਿਲ ਨੂੰ ਲਾ ਗਿਆ, ਮੈਂ ਤਾਂ ਚੌੜ ਕਰਦਾ ਸੀ ਯਾਰ। ਤੇਰੀ ਚੌੜ 'ਚ ਸਾਡਾ ਝੁੱਗਾ ਚੌੜ ਹੋ ਜਾਣਾ, ਟਕਿਆ ਰਹੇ। ਰੂ ਭਾਈ ਮੈਨੂੰ ਤਾਂ ਤੇਰੇ ਵਾਲੀ ਕਹਾਣੀ ਨਾ ਧੀਦੋ ਰਾਂਝੇ ਦੀ ਕਹਾਣੀ ਨੂੰ ਵੀ ਖੂੰਜੇ ਲਾਓ। ਲੈ ਕਿੱਦਾਂ ਬੈਠ ਬੈਠ ਗੱਲਾਂ ਖਾਦਾ ਆ, ਧੀਦੋ ਰਾਂਝੇ ਤਾਂ ਕਿੱਦਾਂ ਮੈਨਸਾ ਦੇ ਮਗਰ ਫੈਰ ਫੋੜ ਕੇ ਕਿੱਦਾਂ ਸਾਧ ਵੱਲ ਨੂੰ ਹੋ ਤੁਰੇ ਸੀ, ਅਸੀਂ ਤਾਂ ਕਿੱਦਾਂ ਵਿਆਹ ਕੇ ਲੈ ਕੇ ਜਾਣੀ ਆ ਕਿੱਦਾਂ। ਹਾਂ ਚਿੰਤਾ ਨਾ ਕਰੋ, ਗੁਰੂ ਦਾ ਪ੍ਰਸ਼ਾਦ ਮਿਲ ਤਾਂ ਗਿਆ, ਹੁਣ ਤਾਂ ਬਾਜੇ ਵਾਲਿਆਂ ਨੂੰ ਸਾਈ ਬਣਾਓ ਬਸ। ਕਦ ਬੁਲਾਈਏ ਘਰਦਿਆਂ ਨੂੰ? ਨੇ ਕੰਮ ਚ ਦੇਰ ਕਾਦੀ, ਹੱਥ ਨੂੰ ਜਾਣਾ। ਆ ਬਣੀ ਨਾ ਗੱਲ। ਨਾ ਨਾ ਹੱਥ ਨੂੰ ਕਾਹਨੂੰ, ਹੁਣੇ ਜਾ ਆ, ਹੱਥ ਨੂੰ ਸਹੁਰਿਆਂ ਤੂੰ ਜਾਣ ਜੋਗਾ ਨਹੀਂ ਰਹਿੰਦਾ। ਬਾਲਾ ਬੇਤੀ ਹੋ ਗਿਆ ਮੇਰਾ। ਕੀ ਨਾਂ ਹੈ ਬੀਬਾ ਦਾ ਜੀ? ਗੁਰਦਿਸ਼ਾ। ਗੁਰੂਦਿਸ਼ਾ, ਨਾਈਸ ਨੇਮ ਯਾ, ਜਿੱਦਾਂ ਕਿ ਬਹੁਤ ਹੀ ਰੇਅਰ ਨਾਂ ਰੱਖਿਆ ਧੀ ਰਾਣੀ ਦਾ। ਓ ਯਾ 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 ਯਾ, ਜਿੱਦਾਂ ਦਾ ਨਾਂ ਆ ਓਦਾਂ ਦੀ ਸੂਰਤ ਸੀਰਤ ਆ ਤੁਹਾਡੀ ਬੇਟੀ ਦੀ। ਹੁਣ ਤਾਂ ਤੁਹਾਡੀ ਹੋਈ ਬੇਟੀ ਹੈ ਜੀ, ਸਾਡੇ ਕੋਲ ਤਾਂ ਇਹ ਹੁਣ ਗੈਸਟ ਬਣ ਕੇ ਆਇਆ ਕਰੂ। ਸਾਡੇ ਬੰਨਿਓ ਭਾਵਾਂ ਦੂਜੇ ਦਿਨ ਕਿਹੜਾ ਮਾਰਿਆ ਆਇਆ ਕਰੇ, ਅਸੀਂ ਕਿਹੜੇ ਸਹੁਰੇ ਵਾਂਗੂ ਰੱਖਣੀ ਹੈ। ਯੂਸੀ ਯੂਸੀ ਬੋਲਦਾ ਆ ਨਾ 30 ਸਾਲ ਪਹਿਲਾਂ ਵਾਂਗ ਹੀ। ਯੂ ਨੋ ਮੈਂ ਮੇਰੀ ਵਾਈਫ ਨੂੰ ਕਿਹਾ ਸੀ ਕਿ ਮੈਂ ਪੰਜਾਬ 'ਚ ਦੇਸੀ ਬੋਲਣ ਦੀ ਟ੍ਰਾਈ ਕਰਾਂਗਾ, ਪਰ ਮੈਂ ਕਿਹਾ ਸੀ ਨਹੀਂ ਬੋਲ ਸਕੋਗੇ, ਭੁੱਲ ਗਏ ਹੋਗੇ। ਕਿੱਥੇ ਭੁੱਲਿਆ ਡਾਲ, ਕਿੱਥੇ ਭੁੱਲਿਆ। ਹੇ ਡੈਡ ਯੂ ਸਪੀਕ ਸੋ ਵੈਲ, ਕਿਦਾਂ ਲਾਈਕ ਇਟ, ਨਾਈਸ ਯਾ। ਮੈਂ ਤਾਂ ਆਪ ਹੁਣ ਅੰਕਲ ਕੋਲੋਂ ਦੇਸੀ ਬੋਲਣ ਦੀ ਕਿਦਾਂ ਕੋਚਿੰਗ ਲੈਣੀ ਆ। ਚਲੋ ਜੀ, ਇਹ ਗੱਲਾਂ ਤਾਂ ਸਾਰੀ ਉਮਰ ਹੁੰਦੀਆਂ ਰਹਿਣੀਆਂ ਨੇ, ਹੁਣ ਆਪਾਂ ਇਹ ਦੇਖੀਏ ਵੀ ਮੰਗਣੀ ਕਰਦੀ ਰੱਖਣੇ ਤੇ ਵਿਆਹ ਕਰਦਾ ਕਿਉਂ ਜੀ। ਵਿਚੋਲਾ ਤਾਂ ਵਿਹਲਾ ਹੋਣ ਨੂੰ ਫਿਰਦਾ, ਸਾਨੂੰ ਤਾਂ ਜਿਵੇਂ ਭੈਣ ਜੀ ਹੋਰੀ ਕਹਿਣਗੇ ਮਨਜ਼ੂਰ ਹੈ ਜੀ। ਦੇਖੋ ਜਿੱਦਾਂ ਅਸੀਂ ਨਾ ਸ਼ੋਅ ਆਫ 'ਚ ਬਿਲਕੁਲ ਬਿਲੀਵ ਨਹੀਂ ਕਰਦੇ, ਅਸੀਂ ਬੇਟੀ ਨੂੰ ਨਾ ਜਿੱਦਾਂ ਲਾਈਕ ਚੁੰਨੀ ਚੜਾ ਕੇ ਲੈ ਜਾਂਗੇ, ਨੋ ਫਾਲਤੂ ਮਨੀ ਵੇਸਟ ਕਰਨਾ ਜਿੱਦਾਂ, ਤੇ ਨਾ ਹੀ ਕੋਈ ਗਿਫਟ ਲੈਣਾ ਆ। ਉਹ ਅੱਜ ਕੱਲ ਕੀ ਪੰਜਾਬ 'ਚ ਰਿਵਾਜ ਆ, ਬੈਠ ਜਾ ਕੀ ਆਂਦੇ ਆ ਉਹਨੂੰ, ਦਾਜੇ ਜੀ। ਯਾ ਯਾ ਯਾ, ਨੋ ਦਾਜ ਨੋ ਦਹੇ, ਓਨਲੀ ਬੇਟੀ। ਮਤਲਬ ਵੀ ਵਿਚੋਲੇ ਨੂੰ ਵੀ ਛਾਂਪਣੀ ਪਊਗੀ? ਲੈ ਕਿੱਦਾਂ ਕਹਿੰਦੇ ਆ ਨਾ, ਚੋਰ ਨਾਲੋਂ ਪੰਡ ਕਾਲੀ ਆ, ਤੈਨੂੰ ਕਿੱਦਾਂ ਪਹਿਲਾਂ ਸੱਗੀ ਫੁੱਲ ਕਢਾ ਦੇਵਾਂਗੇ। ਹੋਰ ਕੁੜੀਆਂ ਲਈ ਹੁੰਦਾ ਡੀਜੇ, ਹੁਣ ਨਾ ਕਹਦੀ ਵੀ ਸੇਮ ਹੀ ਆ। ਕਿੱਦਾਂ ਭਰਾਵਾ ਤੂੰ ਕਿੰਨਾ ਹੈ, ਉਦਾਂ ਠੀਕ ਆ, ਕਿਹੜੀ ਕੰਟਰੀ ਆ? ਵੇਖੋ ਜੀ, ਦਾਜ ਦਹੇਜ ਵਾਲੀ ਗੱਲ ਨਾ ਕਰਿਓ ਜਿੱਦਾਂ। ਖੁਸ਼ ਕੀਤਾ ਗਰੇਵਾਲ ਸਾਹਿਬ, ਇਹ ਹੈ ਜੀ ਬਾਹਰਲਿਆਂ ਦੀ ਸੋਚ, ਇਸੇ ਕਰਕੇ ਮੈਂ ਆਪਣੀ ਧੀ ਦਾ ਵਿਆਹ ਬਾਹਰ ਕਰਨਾ ਚਾਹੁੰਦਾ। ਮੈਂ ਤਾਂ ਕਹਿੰਦਾ ਫਿਰ ਕਮਿੰਗ ਸੰਡੇ ਨੂੰ ਆਪਾਂ ਸਾਰਾ ਕੁਛ ਕਿੱਦਾਂ ਫਾਈਨਲ ਕਰ ਲੈਣੀ ਆ, ਕਿੱਦਾਂ ਕਹਿੰਦੀ, ਤੂੰ ਕੀ ਕਹਿੰਦੀ ਆ?
ਜਿਵੇਂ ਵੱਡੇ ਫੈਸਲਾ ਕਰਨਗੇ ਕਿੰਦਰੋਂ ਮੈਂ ਆਪਣੇ ਡੈਡੀ ਨੂੰ ਦੱਸ ਦੇਗੀ ਓ ਆਲ ਰਾਈਟ ਯਾ ਕਿੱਦਾਂ ਸੰਡੇ ਫਾਈਨਲ ਕਰ ਲੈਣੇ ਆ ਯਾ ਯਾ ਬੜਾ ਕਾਲਾ ਹੋਇਆ ਯਾ ਕਿੱਦਾਂ ਹੈ ਵੱਡਿਆਂ 'ਚ ਨਹੀਂ ਬੋਲੀਦਾ ਹੁੰਦਾ ਪੁੱਤਰ ਪਰ ਆਲ ਰਾਈਟ ਯਾ ਆਲ ਰਾਈਟ ਯਾ ਹਾਂਜੀ ਫਿਰ ਸੰਡੇ ਨੂੰ ਆਉਣੇ ਆ ਜੀ ਜਿੱਦਾਂ ਤੁਹਾਡੇ ਕੋਲ ਹੈ ਸਤ ਵਚਨ ਜੀ ਢਿੱਲੋਂ ਸਾਹਿਬ ਹੀਰ ਆਈ ਬਟ ਦੱਸੋ ਤਾਂ ਸਹੀ ਹੋਇਆ ਕੀ ਹੈ ਦੇਖੋ ਜੀ ਮੈਂ ਜਾਣਦਾ ਤੁਸੀਂ ਅੱਛੇ ਲੋਕ ਹੋ ਪਰ ਮੈਂ ਕਿਤੇ ਹੋਰ ਹਾਂ ਕਰ ਦਿੱਤੀ ਹੈ ਉਹ ਮੁੰਡਾ ਵੀ ਤਾਂ NRI ਹੈ ਡਸ ਨਾਟ ਗੁੱਡ ਲੁੱਕ ਢਿੱਲੋਂ ਸਾਹਿਬ ਪਤਾ ਮੈਂ ਲੋਟਸ ਆਫ ਕੁੜੀਆਂ ਵਿੱਚੋਂ ਇੱਕ ਵੀ ਕੁੜੀ ਨਹੀਂ ਦੇਖੀ ਬਿਕੋਜ਼ ਮੀ ਵੈਰੀ ਮਚ ਲੁੱਕ ਔਨ ਯੂ ਢਿੱਲੋਂ ਸਾਹਿਬ ਮੈਂ ਤਾਂ ਹੋਰ ਗੱਲ ਨਹੀਂ ਹੋ ਰਹੀ ਪਲੀਜ਼ ਟਾਕ ਟੂ ਲਵਲੀ ਗੱਲ ਕਰੇ ਤਾਂ ਮੁੱਕਰ ਗਿਆ ਢਿੱਲੋਂ ਸਾਹਿਬ ਕੀ ਹੋਇਆ ਦੇਖੋ ਲਵਲੀ ਜੀ ਅਸੀਂ ਤੁਹਾਨੂੰ ਕੋਈ ਹਾਂ ਤਾਂ ਕੀਤੀ ਨਹੀਂ ਸੀ ਪਰ ਸਾਨੂੰ ਤਾਂ ਪੂਰੀ ਹੋਪ ਸੀ ਢਿੱਲੋਂ ਸਾਹਿਬ ਤੁਹਾਨੂੰ ਪਤਾ ਸਾਡਾ ਵਿਚਾਰਾ ਮਿੰਟੂ ਪੂਰਾ ਦਿਨ ਫੇਸਬੁੱਕ ਤੇ ਤੁਹਾਡੀ ਬੇਟੀ ਦਾ ਫੇਸ ਦੇਖਦਾ ਰਹਿੰਦਾ ਹੈ ਦੇਖਦਾ ਰਹਿੰਦਾ ਹੈ ਕੋਈ ਗੱਲ ਨਹੀਂ ਜੀ ਹੁਣ ਤੁਸੀਂ ਮਿੰਟੂ ਨੂੰ ਕਹਿ ਦਿਓ ਕਿ ਦਿਸ਼ਾ ਦਾ ਫੇਸ ਫੇਸਬੁੱਕ ਤੇ ਦੇਖਣਾ ਬੰਦ ਕਰ ਦੇ ਚੰਗਾ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਕੱਟ ਗਿਆ ਹਾਏ ਓ ਰੱਬਾ ਪਤਾ ਨਹੀਂ ਕਿਹੜਾ ਬਹਿ ਗਿਆ ਸਾਡੇ ਜੋੜਾਂ 'ਚ ਆਈ ਨੋ ਬੈਡ ਲੱਕ ਬੈਡ ਲੱਕ ਤਾਂ ਹੁਣ ਗੁੱਡ ਕਰਕੇ ਹਟੂ ਸਾਮੀ ਤਕੜੀ ਹੈ ਭੁੱਲ ਗਿਆ ਸੀ ਤੂੰ ਤਾਂ ਮੇਰੇ ਘਰ ਦੇ ਘਰ ਵਾਲੀ ਹੈ ਮੈਨੂੰ ਢਿੱਲੀ ਨੀ ਕਰਨ ਦਿੰਦੀ ਪੋਕਿਟ ਫਿਕਰ ਨਾ ਕਰੋ ਵਿਆਹ ਤੋਂ ਬਾਅਦ ਕੈਂਚੀ ਤੁਹਾਡੇ ਪੋਕਿਟ ਤੇ ਚੱਲਣੀ ਹੈ ਸ਼ੁਰੂ ਤੋਂ ਪਾਗਲ ਸੀ ਕਿੱਦਾਂ ਹੋਣਾ ਹੋਈ ਹੈ ਤੁਹਾਨੂੰ ਤਾਂ ਪਤਾ ਹੋਣਾ ਤੁਹਾਡੀ ਪੁਰਾਣੀ ਮਿੰਟੂ ਪਰ ਛੱਡ ਪਰਾਂ ਹੁਣ ਸਾਨੂੰ ਕੀ ਲੈਣਾ ਇੱਕ ਮਿੰਟ ਆ ਜਿਹੜਾ ਸਰਦਾਰ ਹੈ ਇਹ ਉਹੀ ਨਹੀਂ ਬਾਏ ਬਾਏ ਇੰਡੀਆ ਵਾਲਾ ਵੈਸੇ ਤੇ ਕਿੱਦਾਂ ਮੈਂ ਟੂਣੇ ਟਾਮਣੇ ਤੇ ਯਕੀਨ ਕਿੱਦਾਂ ਕਰਦਾ ਹਾਂ ਉਹੀ ਹੈ ਮੈਨੂੰ ਲੱਗਦਾ ਦਿਸ਼ਾ ਦਾ ਰਿਸ਼ਤਾ ਨਾ ਇੰਨੇ ਹੀ ਕਰਾਇਆ ਹੋਣਾ ਆ ਜਿਹੜਾ ਨਾਲ ਤੁਰਿਆ ਫਿਰਦਾ ਜੈਂਕੀ ਜਾਂ ਮੁੰਡਾ ਇਹਦੇ ਨਾਲ ਹੀ ਕਰਾਇਆ ਹੋਣਾ ਕਿੱਦਾਂ ਲੱਗਦਾ ਹੈ ਮੈਨੂੰ ਤਵੀਤ ਕਰਾ ਕੇ ਦੇਣਾ ਪੈਣਾ ਹੀ ਆ ਕਿੱਦਾਂ ਮਿੰਟ ਮੁੰਡਾ ਤਾਂ ਘੈਂਟ ਹੈ ਬੜੀ ਛੇਤੀ ਨੀਤ ਫਿੱਟੀ ਤੇਰੀ ਮੈਂ ਤਾਂ ਹੁਣ ਜੀ ਕਹਿ ਰਹੀ ਸੀ ਸਾਨੂੰ ਯਾਰ ਇਹਨਾਂ ਗੱਲਾਂ 'ਚ ਕਿਤੇ ਸਮਝ ਹੀ ਨਹੀਂ ਹੈ ਇਹ ਸਰਦਾਰ ਲੋਟਸ ਆਫ ਦੰਦੀਆਂ ਕਿਉਂ ਕੱਢ ਰਿਹਾ ਬਟ ਆਈ ਵਾਸ ਨਾਟ ਅੰਡਰਸਟੈਂਡ ਯੂਕੈਲਬਮ ਕਿਉਂ ਬੋਲ ਰਿਹਾ ਆਈ ਨੋ ਮਿੰਟੂ ਇਸ ਵਾਰੇ ਤਾਂ ਮੈਂ ਸੋਚਿਆ ਹੀ ਨਹੀਂ ਫਿਰ ਸੋਚ ਇਹਨੂੰ ਜਦ ਤੱਕ ਇਹਦਾ ਹੁਣ ਵਿਆਹ ਨਹੀਂ ਨਾ ਹੋ ਜਾਂਦਾ ਮੈਂ ਤੇ ਕਿਦਾਂ ਹੁਣ ਯੂਕੇ ਵਾਲਿਆਂ ਆਈ ਥੋਟ ਦੇ ਆਰ ਆ ਐਲੀਫੈਂਟ ਟੀਥ ਐਲੀਫੈਂਟ ਟੀਥ ਫਾਰ ਈਟਿੰਗ ਹੋਰ ਫਾਰ ਚੀਟਿੰਗ ਹੋਰ ਹਾਂ ਮਤਲਬ ਗੇਮ ਲੱਗਦਾ ਉੱਪਰ ਵਾਲੇ ਨੇ ਗੇਮ ਦੁਬਾਰੇ ਆਪਣੇ ਹੱਥਾਂ ਵਿੱਚ ਦੇ ਦਿੱਤੀ ਹੁਣ ਫਿਰ ਖੇਡਾਂਗੇ ਚੱਲ Oh, she's there now. Look at her. ਉਹਦੇ ਵੱਲ ਕੀ ਦੇਖੀ ਜਾਨੀ ਹੈ? Just forgot him. Remember me. I am permanent. ਚੱਲ, just follow me. Oh, hello, ਚੱਲ ਹੁਣ। ਕੀ ਸੋਚ ਰਹੇ ਹੋ ਦਿਸ਼ਾ ਜੀ? ਕੋਈ ਟੈਨਸ਼ਨ ਹੈ? ਟੈਨਸ਼ਨ ਹੀ ਟੈਨਸ਼ਨ ਹੈ। ਕਿੰਨੀ ਦੇਰ ਲੁਕੋ ਕੇ ਰੱਖਾਂਗੇ ਸੱਚ ਨੂੰ? ਲੈ, ਜਦੋਂ ਤੈਨੂੰ ਠੀਕ ਲੱਗਿਆ ਜਾ ਕੇ ਦੱਸ ਦੇਈਂ ਆਪਣੇ ਘਰਦਿਆਂ ਨੂੰ। ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਦੱਸਣਾ ਤੂੰ ਦੱਸਣਾ ਜਾਂ ਤੇਰੇ ਕਰਦਿਆਂ ਨੇ ਹੈਲੋ ਕੀ ਗੱਲ ਅੱਜ ਬੜੀ ਕਾਲੀ ਅਲਾਮਾ ਲੈਣ ਦੀ ਕਿੱਦਾਂ ਕੀ ਮਤਲਬ ਕਲਗੀਆਂ ਲਾ ਲੀਆਂ ਸੇਰੇ ਬੰਨ ਲੈ ਕਿੱਦਾਂ ਤੂੰ ਹੈ ਕੌਣ ਜਿਹਨੇ ਜਾਣਾ ਸੀ ਵਿਆਹਣ But you boys entered with jolly IDs. ਯਾਰ ਤੂੰ ਗੱਲ ਕਰਦਾ ਤੇਰੀ ਪ੍ਰੋਬਲਮ ਕੀ ਆ Lots of clavery ਛੱਡੋ ਨਕਲੀ UK ਵਾਲਿਓ
ਇਹ ਮੇਰੀ ਗੱਲ ਰੁਪਿੰਦਰ ਗਰੇਵਾਲ ਨੂੰ ਵੀ ਸਮਝਾ ਦੇ ਗਿੱਲਾਂ ਵਾਲੇ ਨੂੰ ਮੈਂ ਕਿੱਦਾਂ ਤੇਰੇ ਨਾਲ ਗੱਲ ਹੈਲੋ ਟਾਈਮ ਵੇਸਟ ਨਾ ਕਰ ਦਲਜੀਤ ਜਗਾੜੀ ਕੇਮ ਟੂ ਮੀ ਐਟ ਦਾ ਸਪੋਟ ਆਫ ਮਿੱਤਰਾਂ ਦਾ ਟਾਪਾ ਹੈਲੋ 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 ਇਹ ਅੱਜ ਨਵਾਂ ਸਿਆਪਾ ਕਿਹੜਾ ਪੈ ਗਿਆ ਵਿੱਚ ਯਾਰ ਹੈਲੋ ਹਾਂ ਰੂਪ ਆਪਣੀ ਕੀਤੀ ਕਰਾਈ ਖੂਹ ਚ ਪੈ ਚੱਲੀ ਸਾਰੀ ਉਹ ਕੀ ਹੋ ਗਿਆ ਧੂਆਂ ਕਿਉਂ ਛੱਡੀ ਜਾਂਦਾ ਬਸ ਕਬਾੜਾ ਹੋ ਗਿਆ ਆਪਣਾ ਵਿਆਹਾਂ ਤੋਂ ਪਹਿਲਾਂ ਹੀ ਤਲਾਕ ਹੋ ਜਾਣੀ ਦਿਮਾਗ ਠੀਕ ਹੈ ਤੇਰਾ ਮੇਰਾ ਠੀਕ ਹੈ ਪਰ ਕਿਸੇ ਪਤੰਦਰ ਦਾ ਸੈੱਟ ਕਰਨ ਵਾਲਾ ਹੋਇਆ ਤੂੰ ਇਦਾਂ ਕਰ ਫਟਾਫਟ ਮੇਰੇ ਕੋ ਆ ਜਾ ਬਸ ਉੱਡ ਕੇ ਆ ਜਾ ਓਕੇ ਮੈਂ ਆਉਣਾ ਬੈਲ ਤਾਂ ਵੱਜ ਰਹੀ ਉਹਦਾ ਹੀ ਆ ਗਿਆ ਫਿਰ ਚੱਕ ਹਾਂ ਬਈ ਹੈਲੋ ਸਾਹਮਣੇ ਦੇਖ ਉਹ ਕਿੱਥੇ ਆ ਤੂੰ ਇਨ ਦੀ ਫਰੰਟ ਆਫ ਯੂ ਇਨ ਦਾ ਟੇਬਲ ਟੀ ਡਰਿੰਕਿੰਗ ਉਹ ਵੇ ਉਹ ਉਹ ਤਾਂ ਨਹੀਂ ਬੈਠਾ ਮਦਾਰੀ ਕੋਲੋਂ ਖੁੱਲ ਕੇ ਆਇਆ ਲੱਗਦਾ Yes, yes. बैठो सही पछाण रहे हो सरदार साहब ना जे पहला डील कर लेंदे चंगे ना रहने तू चाहना की है ढिलों की कुड़ी नू वाइफ टाइप बनाना मैं गाटा ला देना तेरा ना 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 302 बन जू मर जू पुत बगाना मैं हुणे फोन करके ढिलों नाल गल कर लेना हू आर यू इन द ट्रुथ ऑफ लाइफ एक मिनट ਪਹਿਲਾਂ ਇਹਦਾ ਸਾਨੂੰ ਬੁਲਾਇਆ ਕਿਉਂ ਹੈ ਡੀਲ ਕਰਨੀ ਚਾਹੁੰਦਾ ਉਹ ਵੀ ਸਿਰਫ 1 ਕਰੋੜ ਦੇ ਵਿੱਚ ਨਹੀਂ ਤਾਂ ਮੈਂ ਰੌਣਕਾਂ ਲਾ ਦੇਣੀਆਂ ਨੇ ਸ਼ੁਭ ਆਨੰਦ ਕਾਰਜ ਤੇ ਜਾ ਕੇ ਕਿਵੇਂ ਕਰੀਏ ਕਰਨਾ ਕੀ ਦੇ ਦਿੰਦੇ ਹਾਂ 1 ਕਰੋੜ ਰੁਪਈਆ ਇੰਨਾ ਕੁ ਤਾਂ ਬਣਦਾ ਉਹਦਾ ਅਗਲੇ ਦਾ ਕੈਸ਼ ਪਏ ਤੇਰੇ ਕੋਲ ਹੈਗੇ ਮੇਰੇ ਕੋਲ ਆਫਿਸ ਪਏ ਡੀਲ ਡਨ ਮਿੱਤਰਾ ਪਰ ਇਹਦੇ ਵਾਸਤੇ ਮੇਰੇ ਆਫਿਸ ਚੱਲਣਾ ਪੈਣਾ ਕਿਉਂਕਿ ਪੈਸੇ ਉੱਥੇ ਪਏ ਆ ਡੋਂਟ ਆਈ ਮਾਈਂਡ ਕਿਤੇ ਵੀ ਲੈ ਚੱਲੋ ਫੁੱਲ ਮਨੀ ਫੁੱਲ ਡੀਲ ਸੋ ਸਵੀਟ ਆਫ ਯੂ ਲੈ ਵੀ ਕਰਤੀ ਤੇਰੀ ਪੇਮੈਂਟ ਡੋਲੀ ਤੁਰੰਤ ਤੱਕ ਗਿਣੀ ਚੱਲੀ ਉਹ ਵੀਰ ਜੀ ਮੈਂ ਤਾਂ ਕਿਡਿੰਗ ਕਰ ਰਿਹਾ ਸੀਗਾ ਮੈਨੂੰ ਪਤਾ ਤੁਸੀਂ ਵੀ ਕਿਡਿੰਗ ਕਰ ਰਹੇ ਹੋ ਨਾ 1 ਕਰੋੜ ਹੈ ਉਹ ਕਰੋੜ ਰੁਪਇਆ ਵੱਧ ਲੱਗਦਾ ਵੀਰ ਜੀ ਤਾਂ ਲੱਖ ਦੇ ਦਿਓ ਹੁਣ ਹਜ਼ਾਰਾਂ ਦੀ ਗੱਲ ਕਰਦੇ ਤਾਂ ਤੁਸੀਂ ਵੀ ਚੰਗੇ ਨਹੀਂ ਲੱਗਦੇ ਨਾ ਵੀਰ ਜੀ ਬੜਾ ਬਸ਼ਰਮ ਆਦਮੀ ਯਾਰ ਵੀਰ ਜੀ ਗੱਲ ਸੁਣੋ ਚਾਹੇ ਦੀ ਮੈਨੂੰ 2005 ਤੋਂ ਪਹਿਲਾਂ ਦੇ ਨੋਟ ਦੇ ਦਿਓ ਮੈਂ ਉਹ ਵੀ ਚਲਾ ਲੂੰਗਾ ਹੋਰ ਦੱਸੋ ਮੈਂ ਕੀ ਡਿਸਕਾਊਂਟ ਦੇਵਾਂ ਬੋਲ ਸੀ ਚੱਲ ਯਾਰ ਰਸੀ ਦਾ ਪੁੱਠੇ ਹੱਥ ਹੀ ਮਾਰਾਂ ਮੈਂ ਤੇਰੇ ਬੰਦ ਤੇ ਉਹ ਫਿਟੇ ਮੂੰਹ ਨਾਲਿਆ ਕਰੋ ਕਿਤੇ ਬਿਸ਼ਰਮਾ ਕਿੰਨੀ ਉਹ ਕੱਪੜੇ ਕਿੱਧਰ ਵੀਰ ਜੀ ਗੱਲ ਤਾਂ ਹੈਲੋ ਵੀਰ ਜੀ ਮੇਰੇ ਕੱਪੜੇ ਤਾਂ ਓਏ ਬਕਵਾਸ ਨਾ ਕਰ ਸਾਰੇ ਨੂੰ ਮਿਲਿਆ ਥੋੜੇ ਜਿਹਾ ਰੱਖ ਲੈ ਉਹ ਮੈਂ ਕੱਪੜੇ ਤਾਂ ਉਹ ਵਿਚਾਰਾ ਕਿੱਦਾਂ ਪਾਣੀ ਤਾਂ ਉਹ ਹੁੰਦਾ ਹੋਣਾ ਜਾਂ ਕਿਹੜਾ ਉੱਥੇ ਬੰਨਿਆ ਹੈ ਆਪਾਂ ਪਤੰਦਰ ਕਿਤੇ ਸਾਡੇ ਨਾਲ ਸਿੰਘ ਫਸਾਉਂਦਾ ਸੀ ਦੇਖੋ ਜੀ ਵਿਆਹ ਹੋਵਨ ਤੇ ਇੰਜ ਹੋਵਨ ਨਾ ਹੀ ਕੋਈ ਰੌਲਾ ਰੱਪਾ ਹੋਵੇ ਤੇ ਨਾ ਹੀ ਕੋਈ ਬਹੁਤਾ ਕੱਟ ਹੋਵੇ ਚਾਵਲਾ ਸਾਹਿਬ ਇੰਡੀਆ ਚ ਤੁਸੀਂ ਕਿਸ ਕਿਸ ਨੂੰ ਸਮਝਾਓਗੇ ਇੱਥੇ ਤਾਂ ਸੋਸੇਬਾਜ਼ੀ ਇਜ਼ ਇਕੁਅਲ ਟੂ ਮੈਰਿਜ ਐਕਸਕਿਊਜ਼ ਮੀ ਢਿੱਲੋਂ ਸਾਹਿਬ ਲੇਟ ਕਾਹਨੂੰ ਕਰਨਾ ਆ ਜੇ ਤੁਸੀਂ ਠੀਕ ਸਮਝੋ ਰਿੰਗ ਸੈਰੇਮਨੀ ਕਰਵਾ ਲਈ ਸ਼ੁਕਰ ਹੈ ਇਹਨਾਂ ਨੂੰ ਯਾਦ ਆਈ ਵਰਨਾ ਮੈਨੂੰ ਸੀ ਕਿਤੇ ਡਿਲੇ ਪੈ ਗਈ ਤੇ ਮਾਮਲਾ ਹੀ ਨਾ ਘੜੇਜ ਹੋ ਜਾਵੇ ਜਿੱਦਾਂ ਕੰਡਕਟਰ ਚ ਰਹੇ ਕਿਤੇ ਬਣੀ ਬਣਾਈ ਖੀਰ ਚ ਪਾਣੀ ਨਾ ਪੈ ਜਾਵੇ ਕਿਹਦੀ ਗੱਲ ਕਰ ਰਹੇ ਹੋ ਹੁਣ ਤੁਹਾਡੇ ਕੋਲ ਤਾਂ ਟਾਈਮ ਹੈ ਨਹੀਂ ਸਾਡੇ ਕੋਲ ਆਉਣ ਦਾ ਮੈਂ ਡੀਜੇ ਨੂੰ ਕਹਿ ਰਿਹਾ ਸੀ ਇਸ ਸੂਟ ਚ ਤੁਸੀਂ ਸੋਹਣੇ ਬਹੁਤ ਲੱਗ ਰਹੇ ਹੋ ਐਂਡ ਟੋਟਾ ਹੋਰ ਦਾ ਵੈਸੇ ਕਿਦਾਂ ਮੇਰੇ ਵਾਲੇ ਵੀ ਧੂੜਾਂ ਪੱਟੀ ਜਾਂਦੀ ਅੱਜ ਸੰਗ ਜੀ ਹੈਲੋ ਐਨੀ ਲੰਮੀ ਹੈਲੋ ਲੱਗਦਾ ਕੰਮ ਬਣ ਗਿਆ ਹੈ ਨਾ ਉਹ ਮੇਰੀ ਗੇਮ ਨੀਅਰ ਟੂ ਐਂਡ ਹੈ ਕੰਮ ਕਰ ਲਈ ਮੈਨੂੰ ਡੀਜੇ ਨੇ ਆਪਣੇ ਆਫਿਸ ਬੰਦ ਰੱਖਿਆ ਛੇਤੀ ਆ ਓ ਮਾਈ ਗੋਡ ਡੋਨਟ ਵਰੀ ਮੈਂ ਹੁਣੇ ਓਕੇ ਡੋਨਟ ਵਰੀ
हाँ ठीक है, एक गल सुन, कपड़े नाल तक लग गया ही मेरा। हेलो हेलो, कट गया। एक तो जनानिया पूरी गल भी नहीं सुन दिया, ऊ चाहती घंटा गल मर जान, कम की गल नहीं सुननी बस। बेटा जी आ जाओ, जिदा के रिंग सेरेमनी शुरू करिए। हाँ जी। ए मुंदरी नी पुत, सारी उम्र ले जूड़ पै चले। नाउ एक मिनट, एडीबी की गाड़ी है। केस मनहूस ने टोके मी माइसेल्फ इन फ्रंट ऑफ यू। ओए आ केड़ा जेड़ा मुंह जवानी फिरदा है, हु इज दिस? ए कौन है मंगता जी, कड्डो नु बाहर। ए लो साहब, कटो कट तुस्ता ना कहो। ट्रेस मी विद केयर, मी मिंटू एनआरआई फ्रॉम कनाडा। ओ तू हुलिया की बनाया ओए, कच्चा पाके तुरी फिरदा ब्याह च, शर्म नहीं आंदी तैनू? ए लॉर्ड सो मड़ाल, इना दोना ने बनाया। दैट वाज सिटिंग ऑन चेयर्स। मैं सच कह रहा हूं ढिल्लों साहब, ये मैरिज कैंसिल करो। ओ तू हुंदा कौन है ओए मैरिज कैंसिल कराउन वाला? थोड़े नाल धोखा होया ढिल्लों साहब, ए मुंडे ही लुक्के शुक्के तो नहीं हैगे। अच्छा, तेरे कजन नाल ब्याह नहीं कीता इस करके तुसी ये सरकत ते आ गए? ए दोने एनआरआई नहीं, देसी ने। वन मोमेंट, किदा तेरा नाम इंद्रपाल सिंह नहीं है? यस आई वाज, मतलब हैगा। किदा तू दल्ले पिंड दा नहीं है? आहो हैगा। नहीं नहीं, तुसी किदा दोनों आपस च हस्बैंड वाइफ नहीं है? हां हैगे 100%। आ लो गल गल गल, इन्ने घटिया बंदे हो तुसी, और तुसी तीमी आदमी हो सारे। बीट मी, पर ट्रुथ इज ट्रुथ, ए दोवे जाली ने, ए ता कदे गुवारी टप्पे यूके सवा जाना इन्होंने। ओए तू खुद फ्रॉड है, दूजे नु बदनाम करदा है। ए तेरा जवाई ਗਿੱਲਾਂ ਦਾ ਰੁਪਿੰਦਰ ਸਿੰਘ ਗਰੇਵਾਲ ਹੈ, ਤੇ ਜਿਹੜਾ ਡੀਜੇ ਬਣਿਆ ਫਿਰਦਾ ਹੈ ਇਹ ਹੈ ਦਲਜੀਤ ਸਿੰਘ ਜੁਗਾੜੀ, ਜਿਹੜਾ ਜੀਰਕਪੁਰ ਦੀ ਗੰਦੀ ਜੀ ਬੀਹੀ ਦੇ ਵਿੱਚ ਬਾਏ ਬਾਏ ਇੰਡੀਆ ਨਾਮ ਦੀ ਕੰਪਨੀ ਚਲਾਉਂਦਾ ਹੈ। ਜੀ ਹਾਂ, ਤੇ ਸਾਰਾ ਡਰਾਮਾ ਨਾ ਇਹਨਾਂ ਦਾ ਹੀ ਰਚਿਆ ਹੋਇਆ, ਤੇ ਮੈਂ ਦੱਸਾਂ ਨਾਲ ਮਾਂ ਪਿਓ ਵੀ ਰਲੇ ਹੋਏ ਨੇ। ਗਰੇਵਾਲ ਸਾਹਿਬ ਚੁੱਪ ਕਿਉਂ, ਮੂੰਹ ਬੰਦ ਕਰੋ ਇਹਨਾਂ ਬਦਮਾਸ਼ਾਂ ਦਾ। ਬੋਲੋ ਹੁਣ ਗਰੇਵਾਲ ਸਾਹਿਬ, ਕਿੱਦਾਂ ਜੂਕੀ ਵਾਲਿਆਂ ਦੇ ਦੰਦਲ ਪੈ ਗਈ ਹੁਣ? ਵੇਖੋ ਢਿੱਲੋਂ ਸਾਹਿਬ, ਗੱਲ ਇਹ ਹੈ, ਹਾਂ ਤਾਂ ਅਸੀਂ ਗਿੱਲਾਂ ਦੇ। ਇੱਕ ਮਿੰਟ, ਤੁਸੀਂ ਉਹੀ ਗਿੱਲਾਂ ਤੋਂ ਗਰੇਵਾਲ ਨਹੀਂ ਨਾ ਜਿਹਨੇ ਮੈਨੂੰ ਇੱਕ ਵਾਰੀ ਫੋਨ ਕੀਤਾ ਸੀ ਸਾਡੀ ਕੁੜੀ ਲਈ? ਹਾਂ ਸਾਵਾਂ ਹੀ ਆ। ਮੈਂ ਤੈਨੂੰ ਜਵਾਬ ਦਿੱਤਾ ਸੀ ਕੋਰਾ, ਬਈ ਮੁੜ ਕੇ ਮੈਨੂੰ ਫੋਨ ਨਾ ਕਰੀ, ਪਰ ਤੂੰ ਇੰਨਾ ਘਟੀਆ ਨਿਕਲਿਆ, ਸਿੱਧਾ ਜੰਨ ਲੈ ਕੇ ਆ ਗਿਆ। ਲਾਣਾ ਦਾ ਤੇਰੇ ਤੇ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ। ਸ਼ਰਮ? ਓਏ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ, ਜਿਹਨੂੰ ਸਾਰੇ ਪੰਜਾਬ 'ਚ ਕੋਈ ਮੁੰਡਾ ਹੀ ਨਹੀਂ ਲੱਭਿਆ ਆਪਦੀ ਕੁੜੀ ਲਈ। ਮੇਰੀ ਕੁੜੀ ਹੈ, ਮੈਂ ਜਿੱਥੇ ਮਰਜ਼ੀ ਵਿਆਹਾਂ, ਤੂੰ ਕੌਣ ਹੁੰਨੇ ਬੋਲਣ ਲੱਗਾ? ਓਏ ਮੈਂ ਹੁੰਨਾ ਉਸ ਮੁੰਡੇ ਦਾ ਪਿਓ ਜਿਹੜਾ ਤੇਰੀ ਕੁੜੀ ਨੂੰ ਪਿਆਰ ਕਰਦਾ ਹੈ। ਇਹਦਾ ਮਤਲਬ ਝੂਠ ਬੋਲ ਕੇ ਪਖੰਡ ਰੱਜ ਕੇ ਵਿਆਹ ਕਰਵਾ ਲਓ? ਓਏ ਤੂੰ ਕੋਈ ਹੋਰ ਰਾਹ ਛੱਡੇ ਹੀ ਨਹੀਂ ਇਹਨਾਂ ਲਈ। ਗਲਤੀ ਮੇਰੀ ਅੰਕਲ, ਮੇਰੇ ਮੋਮ ਡੈਡ ਨੂੰ ਕੁਛ ਨਾ ਕਹੋ, ਮੈਂ ਹੀ ਇਹਨਾਂ ਨੂੰ ਮਜਬੂਰ ਕੀਤਾ ਸੀ। ਢਿੱਲੋਂ ਸਾਹਿਬ, ਚਾਹੀਦੀਆਂ ਤਾਂ ਬੱਚਿਆਂ ਦੀਆਂ ਖੁਸ਼ੀਆਂ ਹੀ ਨੇ ਨਾ, ਕੀ ਫਰਕ ਪੈਂਦਾ? ਸ਼ਾਬਾਸ਼, ਇਹਦਾ ਮਤਲਬ ਸਾਰੇ ਰਲ ਕੇ ਮੈਨੂੰ ਬੇਵਕੂ ਬਣਾ ਰਹੇ ਸੀ, ਮੇਰੀ ਕੁੜੀ ਨੂੰ ਵੀ ਧੋਖੇ 'ਚ ਰੱਖਿਆ। ਨਹੀਂ ਪਾਪਾ, ਮੈਨੂੰ ਸਭ ਪਤਾ ਸੀ, ਮੈਂ ਕਈ ਵਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਹੀਂ ਕਰ ਸਕੀ। ਥੋੜੀ ਤਜ਼ੀਅਤ ਸੀ ਨਾ ਮੈਨੂੰ ਬਾਹਰ ਵਿਆਹੁੰਦੀ। ਮੈਂ ਤੈਨੂੰ ਕਿਸੇ ਬਾਹਰਲੇ ਨਾਲ ਵਿਆਹ ਲਈ ਜ਼ਬਰਦਸਤੀ ਤਾਂ ਨਹੀਂ ਕੀਤੀ ਨਾ, ਹਮੇਸ਼ਾ ਤੇਰੀ ਰਾਏ ਪੁੱਛੀ ਹੈ। ਮੈਂ ਚਾਹ ਕੇ ਵੀ ਤੁਹਾਨੂੰ ਦੱਸ ਨਾ ਸਕੀ, ਸੋਚਿਆ ਤਾਂ ਅਸੀਂ ਮੌਕਾ ਆਉਣ ਤੇ ਤੁਹਾਨੂੰ ਦੱਸ ਦਿਆਂਗੇ, ਪਰ ਅਸੀਂ ਡਰਦੇ ਹੀ ਰਹਿ ਗਏ। ਹਮੇਸ਼ਾ ਆਪਣੀ ਕੀਤੀ ਹੈ, ਕਦੇ ਤਾਂ ਦੂਜਿਆਂ ਦੀ ਵੀ ਮੰਨ ਲਿਆ ਕਰੋ। ਬੋਲੇ ਸਭ ਦੇ ਲਈਆਂ ਸਫਾਈਆਂ, ਨਾ ਜੇ ਦਿਸ਼ੋ ਮੈਨੂੰ ਦੱਸ ਦਿੰਦੀ ਬਈ ਮੁੰਡਾ ਮੈਨੂੰ ਪਸੰਦ ਹੈ, ਮੈਂ ਕਿਹੜਾ ਮਨਾ ਕਰ ਦੇਣਾ ਸੀ? ਮਤਲਬ ਤੇਰੀ ਹਾਂ ਹੈ ਹੁਣ? ਵਾਹ ਓਏ ਢਿੱਲੋਂ, ਬਾਹਰ ਜਾਣ ਪਿੱਛੇ ਇੰਨਾ ਕਮਲਾ ਹੋ ਗਿਆ ਕਿ ਆਪਣੇ ਵਿਹੜੇ ਦੀਆਂ ਖੁਸ਼ੀਆਂ ਨਹੀਂ ਮਾਣ ਸਕਿਆ ਕਦੇ, ਭੁੱਲ ਹੀ ਗਿਆ ਕਿ ਇੱਥੇ ਵੀ ਇੱਕ ਦੁਨੀਆ ਵੱਸਦੀ ਹੈ। ਕੀ ਸਮਝੀਏ, ਹਾਂ ਹੈ ਕਿ ਨਾ ਹੈ? ਉਹ ਹੁਣ ਲਿਖ ਕੇ ਦਵਾਂ ਤੈਨੂੰ।
ਪਾ ਬਈ ਮੁੰਦਰੀਆਂ। ਰਿਸ਼ਤੇਦਾਰਾ ਐਵੇਂ ਨਾਰਾਜ਼ ਹੋਇਆ ਖੜਾ, ਜੱਫੀ ਤਾਂ ਪਾਲਾ ਇੱਕ ਕਿਹਦੇ ਨਾਲ? ਯੂਕੇ ਵਾਲੇ ਨਾਲ ਕਿ ਗਿੱਲ ਵਾਲੇ ਨਾਲ? ਉਹ ਯੂਕੇ ਵਾਲੀ ਤਾਂ ਜਿੱਦਾਂ ਹੈਲੂ ਹੀ ਕਰਦੇ ਹੁੰਦੇ ਆ, ਜੱਫੀ ਤਾਂ ਹੁਣ ਗਿੱਲਾਂ ਵਾਲੇ ਨਾਲ ਹੀ ਪਾਉਣੀ ਪੈਣੀ ਹੈ। ਹੈਲੋ, ਪਗਵਾੜੇ ਤੋਂ ਹੁਣੇ ਕੁੜੀ ਦੀ ਦੱਸ ਪਈ ਆ, ਬਹੁਤ ਮੋਟੀ ਸਾਮੀ ਹੈ। ਵੇਅਰ ਦਰ ਇਜ਼ ਅ ਟੀ, ਸਮਝੋ ਗੱਲ ਬਣ ਗਈ। ਕੀ? ਜਿੱਥੇ ਚਾਹ ਉੱਥੇ ਰਾਹ, ਅੰਗਰੇਜ਼ੀ ਵੀ ਨਹੀਂ ਆਉਂਦੀ ਘਟੀਆ ਲੋਕਾਂ ਨੂੰ। ਕੀ ਕੋ ਤੁਹਾਨੂੰ ਮਤਲਬ ਹੋ ਰਹੀ ਹੈ? ਕੁਛ ਨਹੀਂ ਵੀਰ ਜੀ, ਮੈਂ ਕਿਹਾ ਉੱਪਰੋਂ ਸ਼ਗਨ ਪੈਣ ਲੱਗੇ, ਇੱਕ ਵਾਰੀ ਜਾ ਕੇ ਦੇਖ ਕੇ ਆਉਂਗੇ ਵੀ 100-100 ਦੇ ਟੁੱਟੇ ਹੈਗੇ ਉਹਨਾਂ ਕੋਲੇ। ਠੀਕ ਹੈ, ਜਾਓ ਜੀ। ਮੈਂ ਤਾਂ ਮਿਲਖਾ ਸਿੰਘ ਬਣ ਲੱਗਿਆ, ਜੇ ਤੇ ਤੂੰ ਪੀਟੀ ਊਸ਼ਾ ਬਣ ਹੁੰਦਾ ਤਾਂ ਬਣ ਲੈ। ਆ ਜਾ ਭੱਜ ਲੈ। ਮੇਰਾ ਸਪੌਂਜਰ ਦਾ ਦਿਲ ਨਾ ਕਿੱਦਾਂ ਤੇਰੀ ਕਾਟਨ ਵਰਗੀ ਉਂਗਲ ਦੇ ਵਿੱਚ ਰਿੰਗ ਪਾਉਣਾ ਮੰਗਦਾ ਆ। ਫੇਰ ਭਵੇਂ ਦੱਸ ਸੱਚ ਪਾਰੇ। ਲੈ, ਇੱਦਾਂ ਤਾਂ ਕਿੱਦਾਂ ਜੀਰਕਪੁਰ ਵਾਲਾ ਲੁੱਟਿਆ ਜਾਣਾ ਆ, ਇੱਦਾਂ ਕੱਢ ਇੱਕ ਚ ਕਿੱਦਾਂ ਹੁਣ ਪਵਾ ਲਾ, ਬਾਕੀ ਨੌ ਦੇ ਵਿੱਚ ਜੂਕੇ ਜਾ ਕੇ ਪਾ ਦੇਵਾਂਗੇ। ਵੈਸੇ ਆਪਾਂ ਵਿਆਹ ਤੋਂ ਬਾਅਦ ਜਾਣਾ ਕਿੱਥੇ ਆ? ਹਨੀਮੂਨ ਤੇ। ਹੋਰ ਕੀ, ਤੀਰਥ ਯਾਤਰਾ ਤੇ ਜਾਵਾਂਗੇ? ਹਾਂ, ਪਰ ਲੈ ਕੇ ਕਿੱਥੇ ਜਾਵੇਂਗਾ? ਉਹ ਵੀ ਤੀ। ਇਹ ਕਿਹੜੀ ਕੰਟਰੀ ਆ? ਉਸੇ ਬੰਬੀ ਤੇ ਜਿੱਥੇ ਤੂੰ ਯੈਸ ਕੀਤੀ ਸੀ। ਰਹਿਣਾ ਦੇਸੀ ਦਾ ਦੇਸੀ, ਬੰਬੀ ਤੇ। ਸਾਊਥ ਹਾਲ ਚ ਬੰਬੀ ਵੇਖੀ ਹੈ? ਮਤਲਬ ਅਸੀਂ ਯੂਕੇ ਜਾ ਰਹੇ ਹਾਂ? ਹਾਂਜੀ। ਕਿੱਦਾਂ ਹੁਣ ਤਾਂ ਯੂਕੇ ਦੇ ਮੁੰਡਿਆਂ ਦਾ ਯੂਕੇ ਜਾਣਾ ਬਣਦਾ ਆ, ਕੀ ਕਹਿੰਦੇ ਆ? ਹਮ,